ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਇਸ ਕਾਨਫਰੰਸ ਦੇ ਅੱਜ ਜਿਹੜਾ ਪਹਿਲਾ ਸੈਸ਼ਨ ਸੀ, ਉਸ ਤੋਂ ਬਾਅਦ ਆਪਾਂ ਲੰਚ ਕਰਕੇ ਦੁਬਾਰਾ ਇਕੱਤਰ ਹੋਏ ਹਾਂ। ਦੂਜੇ ਸੈਸ਼ਨ ਦੀ ਆਰੰਭਤਾ ਕਰਨ ਦੀ ਇਜਾਜ਼ਤ ਮੰਗਦੇ ਹਾਂ। ਇਸ ਸੈਸ਼ਨ ਵਿੱਚ ਜਿੱਥੇ ਪਹਿਲਾ ਜਿਹੜਾ ਹੁਣ ਸੈਸ਼ਨ ਹੋਣਾ, ਉਹਦੇ ਵਿੱਚ ਪੰਜਾਬੀ ਮਾਂ ਬੋਲੀ 'ਤੇ ਅਸੀਂ ਵਿਚਾਰ ਵਟਾਂਦਰੇ ਕਰਾਂਗੇ। ਅਤੇ ਇਹ ਤੋਂ ਪਹਿਲਾਂ ਜੀ ਆਪਾਂ ਹਰਨੇਕ ਸਿੰਘ ਸਟੋਕਟਨ ਤੋਂ ਆ, ਉਹਨਾਂ ਦੀ ਕਿਤਾਬ ਆ, ਇੱਕ ਮਿੰਨੀ ਕਹਾਣੀ ਸੰਗ੍ਰਹਿ ਆ, ਉਹ ਇੱਕੋ ਰੈਂਕ ਨਾਂ ਆ ਉਹਨਾਂ ਦਾ, ਅਤੇ ਉਹ ਆਪਾਂ ਰਿਲੀਜ਼ ਕਰਨੀ ਆ। ਹਰਨੇਕ ਸਿੰਘ ਜੀ ਸਟੇਜ 'ਤੇ ਆ ਜਾਣ। ਆਪਾਂ ਹੁਣ ਹਰਨੇਕ ਸਿੰਘ ਹੋਰਾਂ ਦੀ ਕਿਤਾਬ ਜਿਹੜੀ ਆ ਉਹ ਰਿਲੀਜ਼ ਕਰਨ ਜਾ ਰਹੇ ਹਾਂ। ਕੰਬੋਜ ਸਾਹਿਬ ਜੇ ਨਹੀਂ ਹੈਗੇ, ਮੈਂ ਫਿਰ ਬੇਨਤੀ ਕਰਾਂਗਾ ਕਿ ਮੈਂ ਸਭ ਤੋਂ ਪਹਿਲਾਂ ਜੀ ਬੇਨਤੀ ਕਰਾਂਗਾ ਡਾਕਟਰ ਦਲਬੀਰ ਸਿੰਘ ਕਥੋਰੀਆ ਟੋਰਾਂਟੋ ਤੋਂ ਆਏ ਜਿਹੜੇ, ਉਹ 5 ਮਿੰਟ ਲਈ ਆਪਣੇ ਵਿਚਾਰ ਪੇਸ਼ ਕਰਨਗੇ। ਡਾਕਟਰ ਦਲਬੀਰ ਸਿੰਘ ਕਥੋਰੀਆ, ਜ਼ੋਰਦਾਰ ਤਾੜੀਆਂ ਦਾ ਯਾਰ, ਬਹੁਤ ਬਹੁਤ ਧੰਨਵਾਦ। ਮੇਰੇ ਬਹੁਤ ਹੀ ਮਾਣ ਅਤੇ ਸਤਿਕਾਰਯੋਗ ਪ੍ਰਧਾਨਗੀ ਮੰਡਲ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਮੂਹ ਹਾਜ਼ਰੀਨ, ਦਲਬੀਰ ਸਿੰਘ ਕਥੋਰੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਵੇਰ ਤੋਂ ਹੀ ਮਾਂ ਬੋਲੀ ਪੰਜਾਬੀ ਦੀਆਂ ਬਾਤਾਂ ਪਾ ਰਹੇ ਹਾਂ, ਗੱਲਾਂ ਬਾਤਾਂ ਕਰ ਰਹੇ ਹਾਂ। ਸਵੇਰੇ ਜਦੋਂ ਮੈਂ ਆਇਆ, ਮੇਰੀ ਆਉਂਦਿਆਂ ਗੱਲਬਾਤ ਦਿਲ ਨਿਜਰ ਹੋਰਾਂ ਹੋਈ, ਗੱਲਬਾਤ ਕਰਨ ਲੱਗੇ ਮਾਂ ਬੋਲੀ ਪੰਜਾਬੀ ਦੀ, ਕਹਿੰਦੇ ਕਿਤੇ ਨਹੀਂ ਜਾਂਦੀ। ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਹੈ, ਕਹਿੰਦੇ ਲੋਕ ਐਵੇਂ ਕਹਿੰਦੇ ਆ ਪੰਜਾਬੀ ਚਲੀ ਜਾਣੀ ਹੈ, ਕਿਤੇ ਨਹੀਂ ਜਾਂਦੀ। ਮੈਂ ਕਿਹਾ ਸਾਨੂੰ ਹੋਰ ਚਾਹੀਦਾ ਕੀ ਹੈ, ਜੇ ਤੁਹਾਡੇ ਵਰਗੇ ਸਬੂਤ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ਲੱਗੇ ਹੋਏ ਹੈ, ਇੰਨਾ ਕੁਝ ਲਿਖਿਆ ਜਾ ਰਿਹਾ, ਇੰਨਾ ਕੁਝ ਪੜ੍ਹਿਆ ਜਾ ਰਿਹਾ, ਤਾਂ ਕਿੱਥੇ ਨਹੀਂ ਜਾਣ ਲੱਗੀ। ਪਰ ਮੈਂ ਕਿਹਾ ਜੇ ਤੁਸੀਂ, ਫਿਰ ਇਹਨਾਂ ਨੇ ਮੈਨੂੰ ਇੱਕ ਉਦਾਹਰਣ ਦਿੱਤੀ, ਕਹਿੰਦੇ ਮੈਨੂੰ ਇੱਕ ਵਿਸ਼ਵਾਸ ਹੈ ਕਿ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸਾਡਾ ਜਿਹੜਾ ਧਾਰਮਿਕ ਗ੍ਰੰਥ ਹੈ ਸਾਡੇ ਗੁਰੂ ਸਾਹਿਬਾਨ ਦਾ, ਉਹ ਜਿੰਨਾ ਚਿਰ ਹੈ ਉਹਨਾਂ ਚਿਰ ਤਾਂ ਪੰਜਾਬੀ ਕਿਤੇ ਨਹੀਂ ਜਾਂਦੀ। ਮੈਂ ਕਿਹਾ ਆਪਾਂ ਨੂੰ ਇਹ ਮਾਣ ਹੋਣਾ ਚਾਹੀਦਾ ਪੰਜਾਬੀ ਮਾਂ ਬੋਲੀ ਦੇ ਉੱਤੇ ਕਿ ਅਸੀਂ, ਸਾਡੇ ਗੁਰੂ ਸਾਹਿਬਾਂ ਨੇ ਉਸ ਬੋਲੀ ਨੂੰ ਮਾਣ ਬਖਸ਼ਿਆ। ਬੋਲੀਆਂ ਉਦੋਂ ਹੀ ਬਹੁਤ ਸੀ, ਪਰ ਸਾਡੇ ਗੁਰੂਆਂ ਨੇ ਸਾਡੀ ਉਸ ਪੰਜਾਬੀ ਮਾਂ ਬੋਲੀ ਨੂੰ ਮਾਣ ਦਿੱਤਾ, ਗੁਰੂ ਗ੍ਰੰਥ ਸਾਹਿਬ ਵਰਗੀ ਸ਼ੋਭਿਤ ਗ੍ਰੰਥ ਸਾਨੂੰ ਦੇ ਦਿੱਤਾ। ਪਰ ਅੱਜ ਅਸੀਂ ਕੀ ਦੇਖ ਰਹੇ ਹਾਂ, ਪੰਜਾਬ ਦੇ ਵਿੱਚੋਂ ਪੰਜਾਬੀ ਗਾਇਬ ਹੁੰਦੀ ਜਾ ਰਹੀ ਹੈ। ਜੇ ਆਪਾਂ ਸਿਰਫ ਇਹੋ ਗ੍ਰੰਥ ਦੀ ਗੱਲ ਕਰੀਏ ਕਿ ਜਿੰਨਾ 'ਚ ਉਹ ਉਹਨਾਂ 'ਚ ਪੰਜਾਬੀ ਨਹੀਂ, ਤਾਂ ਗੁਰੂ ਸਾਹਿਬ ਨੇ ਬਹੁਤ ਸਾਰੀ ਬਾਣੀ ਸੰਸਕ੍ਰਿਤ ਵੀ ਲਿਖੀ ਸੀਗੀ। ਅੱਜ ਸੰਸਕ੍ਰਿਤ ਕਿੱਥੇ ਹੈ? ਇਸ ਕਰਕੇ ਸਾਨੂੰ ਇਹ ਬਿਲਕੁਲ ਵਿਸ਼ਵਾਸ ਤਾਂ ਹੈ ਕਿਤੇ ਜਾਂਦੀ ਨਹੀਂ, ਪਰ ਸਾਨੂੰ ਇਹਦੇ ਲਈ ਕੁਛ ਨਾ ਕੁਛ ਉਲੀਕਣਾ ਜ਼ਰੂਰ ਪੈ ਗਿਆ, ਅਸੀਂ ਬਚਾਉਣਾ ਕਿਵੇਂ ਹੈ। ਸਾਰੇ ਚਿੰਤਾ ਕਰ ਰਹੇ ਹਾਂ ਇੱਥੇ ਬਾਹਰ, ਮੇਰਾ ਖਿਆਲ ਪੰਜਾਬ ਨੂੰ ਜ਼ਿਆਦਾ ਚਿੰਤਾ ਆਪਾਂ ਬਾਹਰ ਕਰਦੇ ਹਾਂ, ਪਰ ਜਦੋਂ ਕਿਤੇ ਕਾਨਫਰੰਸਾਂ 'ਚ ਜਾਂਦੇ ਹਾਂ, ਮੈਨੂੰ ਹਮੇਸ਼ਾ ਜਾਣ ਦਾ ਮੌਕਾ ਮਿਲਦਾ, ਸਾਰੇ ਯੂਰਪ 'ਚ ਮੈਂ ਗਿਆ, ਆਲ ਓਵਰ ਜਾਂਦਾ ਰਹਿੰਦਾ, ਪਰ ਜਦੋਂ ਦੇਖਦਾ ਕਿ ਜਾ ਕੇ ਜਦੋਂ ਸਾਹਿਤਕਾਰ ਸਾਰੇ ਇਕੱਠੇ ਹੁੰਦੇ, ਹਾਲੇ ਕਿ ਮੈਂ ਸਾਹਿਤਕਾਰ ਨਹੀਂ, ਮੈਂ ਤੁਹਾਡੀ ਕਦਰ ਕਰਦਾ, ਪੜ੍ਹਦਾ ਜਰੂਰ ਤੁਹਾਡਾ ਲਿਖਿਆ ਹੋਇਆ, ਪਰ ਜਦੋਂ ਦੇਖਦਾ ਸਾਰੇ ਆਪਣੇ ਇਸ ਉਮਰ ਦੇ ਹੀ ਬੈਠੇ ਹੁੰਦੇ ਆ, ਇਸ ਉਮਰ ਤੋਂ ਅੱਗੇ ਕੋਈ ਨਹੀਂ, ਸਾਨੂੰ ਤਾਂ ਪੰਜਾਬੀ ਨੂੰ ਪਤਾ ਕਿਤੇ ਨਹੀਂ ਜਾਂਦੀ। ਪਰ ਅਗਲੀ ਜਨਰੇਸ਼ਨ ਵਾਸਤੇ ਅਸੀਂ ਕੀ ਕਰ ਰਹੇ ਹਾਂ? ਸਾਨੂੰ ਸੋਚਣਾ ਪੈਗਾ ਅਗਲੀ ਪੀੜ੍ਹੀ ਵਾਸਤੇ। ਕੋਈ ਵੀ ਬੋਲੀ ਓਨਾ ਚਿਰ ਜਿੰਦਾ ਨਹੀਂ ਰਹਿੰਦੀ ਜਿੰਨਾ ਚਿਰ ਅਗਲੀ ਪੀੜ੍ਹੀ ਤੱਕ ਨਹੀਂ ਲੈ ਕੇ ਜਾਂਦੇ। ਸਾਨੂੰ ਕਾਨਫਰੰਸਾਂ ਕਰਕੇ ਵਿਚਾਰ ਕਰਨੀ ਪਏਗੀ ਕਿ ਅਸੀਂ ਇਸ ਆਪਣੀ ਮਾਂ ਬੋਲੀ ਨੂੰ ਅਗਲੀ ਪੀੜ੍ਹੀ ਤੱਕ ਕਿਵੇਂ ਲੈ ਕੇ ਜਾਣਾ।
ਸਾਨੂੰ ਕਾਨਫਰੰਸਾਂ ਵਿੱਚ ਇਹੋ ਜਿਹੀਆਂ ਵਿਚਾਰਾਂ ਕਰਨੀਆਂ ਪੈਣਗੀਆਂ, ਨਾ ਕਿ ਸਿਰਫ ਆਪਾਂ ਪੜ੍ਹ ਕੇ ਸੁਣਾ ਕੇ ਸੁਣ ਸੁਣਾ ਕੇ ਚੰਗੀ ਕਵਿਤਾ ਚੰਗੀ ਕਹਾਣੀ ਤਾੜੀਆਂ ਮਾਰ ਕੇ ਚਲੇ ਜਾਈਏ। ਸਾਨੂੰ ਚਿੰਤਾ ਦਾ ਕਾਰਨ ਤਾਂ ਹੈ, ਪਰ ਚਿੰਤਾ ਨਿਵੇੜ ਤਾਂ ਹੀ ਹੋਏਗੀ ਅਸੀਂ ਉਹਦੇ ਸੋਚਾਂਗੇ, ਉਹਦੇ ਵਿਚਾਰ ਵਟਾਂਦਰੇ ਕਰਾਂਗੇ। ਵਿਚਾਰ ਵਟਾਂਦਰੇ ਕਰਨ ਦਾ ਇਹੀ ਹੈ ਕਿ ਅਸੀਂ ਉਹ ਸੋਚੀਏ ਕਿ ਅਗਲੀ ਪੀੜ੍ਹੀ ਤੱਕ ਨੂੰ ਕਿਵੇਂ ਲੈ ਕੇ ਜਾਣਾ। ਸਾਡੀ ਪੰਜਾਬੀ ਮਾਂ ਬੋਲੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬੋਲੀ ਹੋਵੇ, ਔਰ ਉਸਦਾ ਇਹ ਹਾਲ ਪੰਜਾਬ 'ਚ ਹੋਵੇ ਕਿ ਜਦੋਂ ਪੰਜਾਬ 'ਚ ਬੱਚਾ ਸਕੂਲੋਂ ਪੜ੍ਹ ਕੇ ਆਵੇ ਤਾਂ ਘਰ ਮਾਂ ਵੀ ਉਹਦਾ ਹਿੰਦੀ 'ਚ ਗੱਲ ਕਰੇ, ਪੇਰੈਂਟਸ ਵੀ ਅੰਗਰੇਜ਼ੀ 'ਚ ਗੱਲ ਕਰਨ। ਸਾਨੂੰ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਇਹ ਬੋਲੀ ਤਾਂ ਬਚੇਗੀ ਜੇ ਆਪਣੇ ਬੱਚਿਆਂ ਤੱਕ ਲੈ ਕੇ ਜਾਓਗੇ। ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਗੁਰਬਾਣੀ ਦਾ ਵੀ ਤਾਂ ਹੀ ਫਾਇਦਾ ਹੋਵੇਗਾ ਜੇ ਪੜ੍ਹਨ ਵਾਲਾ ਕੋਈ ਬਚੇਗਾ। ਜੇ ਸਾਨੂੰ ਅੱਜ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੈ, ਸਾਨੂੰ ਜਪਜੀ ਦੀ ਲੋੜ ਹੈ, ਸਾਨੂੰ ਸੁਖਮਨੀ ਦੀ ਲੋੜ ਹੈ, ਸਾਨੂੰ ਰਹਿਰਾਸ ਦੀ ਲੋੜ ਹੈ, ਤੁਸੀਂ ਕੀ ਸਮਝਦੇ ਸਾਡੇ ਬੱਚਿਆਂ ਨੂੰ ਲੋੜ ਨਹੀਂ ਹੈਗੀ? ਅਸੀਂ ਕਿਉਂ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਲੈ ਕੇ ਜਾ ਰਹੇ ਹਾਂ? ਕਿਉਂ ਨਹੀਂ ਬੱਚਿਆਂ ਨੂੰ ਪੰਜਾਬੀ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ? ਸਾਨੂੰ ਮਾਂ ਪਿਓ ਨੂੰ, ਦਾਦਾ ਦਾਦੀ ਨੂੰ, ਨਾਨਾ ਨਾਨੀ ਨੂੰ ਥੋੜ੍ਹੀ ਜਿਹੀ ਕੋਸ਼ਿਸ਼ ਕਰਨੀ ਪੈਗੀ ਕਿ ਆਪਣੇ ਬੱਚਿਆਂ ਨੂੰ ਘਰ ਤੋਂ ਸ਼ੁਰੂ ਕਰੀਏ, ਪੰਜਾਬੀ ਮਾਂ ਬੋਲੀਆਂ ਜੋੜੀਏ। ਅਸੀਂ ਇੱਥੇ ਬਾਹਰ ਰਹਿ ਕੇ ਤਾਂ ਹਾਲੇ ਫਿਰ ਵੀ ਜਿਹੜੇ ਸਾਡੇ ਬਜ਼ੁਰਗ ਆਏ ਹੋਏ ਆ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰ ਲੈਂਦੇ ਹਾਂ। ਮੈਂ ਪੰਜਾਬ ਜਾ ਕੇ ਦੇਖਿਆ ਉੱਥੇ ਮਾਂ ਪਿਓ ਪੰਜਾਬੀ 'ਚ ਗੱਲ ਨਹੀਂ ਕਰਦੇ, ਪੰਜਾਬ ਦੇ ਵਿੱਚ ਰਹਿ ਕੇ ਵੀ। ਨੰਬਰ 2, ਸਾਡੇ 'ਚ ਘਾਟ ਹੈ ਕਿ ਅਸੀਂ ਪੰਜਾਬੀ ਬੋਲੀ ਉਸੇ ਸਿੱਖਾਂ ਦੀ ਬੋਲੀ ਬਣਾ ਕੇ ਰੱਖ ਦਿੱਤਾ ਕਿ ਇਸ ਵਿੱਚ ਸਿੱਖਾਂ ਦੀ ਬੋਲੀ ਹੈ, ਪੰਜਾਬੀ ਪੰਜਾਬੀਆਂ ਦੀ ਬੋਲੀ ਹੈ। ਸਾਨੂੰ ਇਹਦਾ ਦਾਇਰਾ ਵੱਡਾ ਕਰਨਾ ਪਏਗਾ ਕਿ ਸਾਨੂੰ ਸਾਰੇ ਪੰਜਾਬੀਆਂ ਨੂੰ ਰਲ ਮਿਲ ਕੇ ਲਈ ਹਮਲੇ ਮਾਰਨੇ ਪੈਣਗੇ, ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ। ਪਾਕਿਸਤਾਨ ਦੇ ਵਿੱਚ 13 ਕਰੋੜ ਲੋਕ ਪੰਜਾਬੀ ਬੋਲਦੇ ਆ, ਉੱਥੇ ਪੰਜਾਬੀ ਦੀ ਬੜੀ ਦੁਰਦਸ਼ਾ, ਉਹੀ ਹਾਲ ਸਾਡੇ ਪੰਜਾਬ 'ਚ ਹੈ। ਮੈਂ ਪਿੱਛੇ 2 ਮਹੀਨੇ ਪਹਿਲੇ ਉੱਥੇ ਪਾਕਿਸਤਾਨ 'ਚ ਕਾਨਫਰੰਸ ਕਰਕੇ ਆਇਆ, ਵਿਸ਼ਵ ਪੰਜਾਬੀ ਕਾਨਫਰੰਸ, ਉੱਥੇ ਵੀ ਅਸੀਂ ਇਹੀ ਗੱਲਾਂ ਕੀਤੀਆਂ। ਉੱਥੇ ਮੈਨੂੰ ਈਵਨ ਪੰਜਾਬ ਦੀ CM ਜਿਹੜੀ ਹੈ ਨਵਾਜ਼ ਸ਼ਰੀਫ ਮਰੀਅਮ ਦੇ ਨਾਲ ਬੈਠਣ ਦਾ ਮੌਕਾ ਮਿਲਿਆ। ਉਹਨੂੰ ਅਸੀਂ ਜਦੋਂ ਗੱਲ ਕਹੀ ਕਿ ਅਸੀਂ ਦੇਖੋ ਕੈਨੇਡਾ ਤੋਂ ਆ ਕੇ ਇੱਥੇ ਪੰਜਾਬੀ ਦਾ ਰੌਲਾ ਪਾਉਣ ਲਿਆ ਹਾਂ, ਤੁਸੀਂ ਕੀ ਕਰ ਰਹੇ ਹੋ ਇੱਥੇ? ਉਹਨੇ ਬਕਾਇਦਾ ਉਹਨੂੰ ਮੈਂ ਉੱਥੇ ਫੁਲਕਾਰੀ ਭੇਟ ਵੀ ਕੀਤੀ, ਉਹਨੇ ਸਾਨੂੰ ਵਿਸ਼ਵਾਸ ਦਵਾਇਆ ਜਦੋਂ ਤੁਸੀਂ ਨੈਕਸਟ ਟਾਈਮ ਇੱਥੇ ਆਓਗੇ ਮੈਂ ਸਕੂਲਾਂ 'ਚ ਪੰਜਾਬੀ ਲਵਾਵਾਂਗੀ। ਸਾਨੂੰ ਉਹਨਾਂ ਕਾਨਫਰੰਸਾਂ ਦਾ ਫਾਇਦਾ ਹੋਇਆ, ਕੁਛ ਜਾ ਕੇ ਮਿਲਣ ਦਾ ਫਾਇਦਾ ਹੋਇਆ। ਅਸੀਂ ਕੋਈ ਵੀ ਕਾਨਫਰੰਸ ਕਰਦੇ ਹਾਂ ਇਕੱਠੇ ਹੁੰਦੇ ਹਾਂ, ਕੋਈ ਨਾ ਕੋਈ ਨਿਚੋੜ ਲੱਭੀਏ ਕਿ ਆਪਾਂ ਇਸ ਬੋਲੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਆਪਣੇ ਬੱਚਿਆਂ ਤੱਕ ਕਿਵੇਂ ਲੈ ਕੇ ਜਾਣਾ। ਜੇ ਸਾਨੂੰ ਪਾਕਿਸਤਾਨ ਦੇ ਵਿੱਚ ਅਗਲੀ ਵਾਰੀ ਅਸੀਂ ਜਾਂਦੇ ਹਾਂ ਪੰਜਾਬੀ ਉੱਥੇ ਸਕੂਲਾਂ 'ਚ ਲੱਗੀ ਮਿਲ ਜਾਂਦੀ ਹੈ ਅਤੇ ਸਾਡੇ ਕਾਨਫਰੰਸ ਕਰਨ ਦਾ ਫਾਇਦਾ ਵੀ ਹੋ ਗਿਆ, ਸਾਨੂੰ ਜਾਣ ਦਾ ਫਾਇਦਾ ਵੀ ਹੋ ਗਿਆ। ਜੇ ਨਹੀਂ ਤਾਂ ਸਾਨੂੰ ਫਿਰ ਹਮਲਾ ਮਾਰਨਾ ਪਏਗਾ, ਫਿਰ ਕੋਸ਼ਿਸ਼ ਕਰਨੀ ਪਏਗੀ, ਉਹਨੂੰ ਫੋਲੋਅਪ ਕਰਨਾ ਪਏਗਾ। ਇਸ ਕਰਕੇ ਆਪਾਂ ਇਕੱਠੇ ਜਦੋਂ ਵੀ ਹੁੰਦੇ ਹਾਂ ਕੋਸ਼ਿਸ਼ ਕਰੀਏ ਪੰਜਾਬੀ ਮਾਂ ਬੋਲੀ ਗੱਲਬਾਤ ਤਾਂ ਕਰੀਏ, ਪਰ ਇਹ ਜ਼ਰੂਰ ਸੋਚੀਏ ਅਤੇ ਵਿਚਾਰ ਕਰੀਏ ਕਿ ਅਸੀਂ ਇਸ ਬੋਲੀ ਆਪਣੇ ਬੱਚਿਆਂ ਤੱਕ ਕਿਵੇਂ ਲੈ ਕੇ ਜਾਣਾ, ਨਾ ਕਿ ਸਿਰਫ ਇਹੋ ਦਿਲ 'ਚ ਧਾਰ ਲਈਏ ਕਿ ਇਹਨੂੰ ਕੁਛ ਨਹੀਂ ਹੋਣ ਲੱਗਾ। ਬੜੀ ਖੁਸ਼ੀ ਦੀ ਗੱਲ ਹੈ, ਅਸੀਂ ਵੀ ਚਾਹੁੰਦੇ ਇਹਨੂੰ ਕੁਛ ਨਾ ਹੋਵੇ, ਜੁੱਗਾਂ ਜੁੱਗਾਂ ਤੱਕ ਸਾਡੀ ਬੋਲੀ ਰਹੇ, ਔਰ ਇਹ ਬੋਲੀ ਅੱਜ ਦੀ ਨਹੀਂ ਬੜੀ ਪੁਰਾਣੀ ਬੋਲੀ ਹੈ, ਪਰ ਸਾਨੂੰ ਇਹ ਲਈ ਵਿਚਾਰ ਵਟਾਂਦਰੇ ਜ਼ਰੂਰ ਕਰਨੇ ਪੈਣਗੇ। ਇਹ ਕਾਨਫਰੰਸਾਂ ਕਰਨੀਆਂ ਸੌਖੀਆਂ ਨਹੀਂ ਹੈਗੀਆਂ, ਕਾਨਫਰੰਸ ਕਰਨ ਵਾਸਤੇ ਬਹੁਤ ਟਾਈਮ ਚਾਹੀਦਾ, ਪੈਸੇ ਵੀ ਲੱਗਦੇ ਹੈ। ਦਿਲਨਜ਼ਰ ਹੋ ਰਹੀ ਔਰ ਰੰਧਾਵਾ ਸਾਹਿਬ ਹੋ ਰਹੀ 2-3 ਮਹੀਨੇ ਤੋਂ ਕਾਨਫਰੰਸ ਦੇ ਪਿੱਛੇ ਲੱਗੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ, ਪਰ ਇਹ ਇਕੱਲੇ ਕੁਛ ਨਹੀਂ ਕਰ ਸਕਦੇ। ਜਿੰਨਾ ਚਿਰ ਆਪਾਂ ਸਾਰੇ ਰਲ ਮਿਲ ਕੇ ਇਹਦੇ ਬਾਰੇ ਵਿਚਾਰ ਵਟਾਂਦਰੇ ਨਹੀਂ ਕਰਦੇ, ਅੱਗੇ ਤੋਂ ਸਾਰੇ ਇਕੱਠੇ ਹੋ ਕੇ ਹੋਰ ਹਮਲਾ ਮਾਰੀਏ, ਜਦੋਂ ਅਸੀਂ ਕਾਨਫਰੰਸ ਕਰੀਏ ਕਮ ਸੇ ਕਮ ਬੱਚਿਆਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕਰੀਏ। ਕੋਸ਼ਿਸ਼ ਹੀ ਕਰ ਸਕਦੇ ਹਾਂ, ਜ਼ਬਰਦਸਤੀ ਤਾਂ ਕਰ ਨਹੀਂ ਸਕਦੇ, ਪਰ ਜ਼ਰੂਰ ਕੋਸ਼ਿਸ਼ ਕਰੀਏ ਸਾਡੇ ਥੋੜ੍ਹੇ ਜਿਹੇ ਬੱਚੇ ਨੌਜਵਾਨ ਨਾਲ ਆ ਜਾਣ, ਸਾਡੀ ਇਸ ਕਾਨਫਰੰਸ ਕਿਤੇ ਦੀ ਕਿਤੇ ਪਹੁੰਚ ਜਾਏਗੀ, ਅਸੀਂ ਉਹਨਾਂ ਕਾਨਫਰੰਸ ਨੂੰ ਅੱਗੇ ਤੱਕ ਲੈ ਜਾਵਾਂਗੇ, ਨਾ ਕਿ ਸਿਰਫ ਅਸੀਂ ਸੀਨੀਅਰ ਸਿਟੀਜ਼ਨ ਦਾ ਇੱਕ ਅਖਾੜਾ ਬਣਾ ਕੇ ਨਾ ਰੱਖ ਦਈਏ। ਮੈਂ ਦਰਖਾਸਤ ਕਰ ਸਕਦਾ, ਸ਼ਾਇਦ ਕਿਸੇ ਨੂੰ ਮੇਰੀ ਗੱਲ ਮਾੜੀ ਵੀ ਲੱਗੇ ਕਿ ਸੀਨੀਅਰ ਸਿਟੀਜ਼ਨ ਅਖਾੜਾ ਨਹੀਂ ਕਹਿ ਸਕਦੇ, ਨਹੀਂ,
ਕਿਉਂਕਿ ਜੇ ਅਸੀਂ ਬੱਚਿਆਂ ਨੂੰ ਨਾਲ ਨਹੀਂ ਲਵਾਂਗੇ, ਸਾਡੇ ਬੱਚਿਆਂ ਨੂੰ ਸਾਡੇ ਬਾਰੇ ਨਹੀਂ ਪਤਾ ਲੱਗੇਗਾ। ਜੇ ਅਸੀਂ ਬੋਲੀ ਬਚਾ ਲਈ, ਅਸੀਂ ਵਿਰਸਾ ਬਚਾ ਲਿਆ, ਆਪਣਾ ਸਾਹਿਤ ਬਚਾ ਲਿਆ, ਆਪਣਾ ਸੱਭਿਆਚਾਰ ਬਚਾ ਲਿਆ। ਜੇ ਬੋਲੀ ਨਾ ਬਚੀ, ਅਸੀਂ ਸਭ ਕੁਝ ਗਵਾ ਲਵਾਂਗੇ। ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬਹੁਤ ਬਹੁਤ ਧੰਨਵਾਦ। ਬਹੁਤ ਅੱਛੇ ਕਥੂਰੀਆ ਸਾਹਿਬ, ਡਾਕਟਰ ਕਥੂਰੀਆ, ਇਹਨਾਂ ਦੀ ਵੀ ਇੱਕ ਉੱਤੇ ਸੰਸਥਾ ਪੰਜਾਬੀ ਸਾਹਿਤ ਸਭਾ ਦੀ, ਬਹੁਤ ਵਧੀਆ ਕੰਮ ਕਰਦੇ ਆ। ਮੈਂ ਇਹ ਮੇਰੇ ਕੋਲ ਕੱਲ੍ਹ ਦੇ ਆਏ ਆ, ਮੇਰਾ ਖਿਆਲ ਆ ਵੀ ਇਹਨਾਂ ਦਾ ਫੋਨ ਬੰਦ ਨਹੀਂ ਹੋਇਆ। ਉਹ ਭਾਵੇਂ ਕਿ ਇਹ ਬਿਜ਼ਨਸਮੈਨ ਆ, ਇਹਨਾਂ ਨੂੰ ਬਿਜ਼ਨਸ ਦੀ ਕਾਲ ਨਹੀਂ ਸੀ ਆਉਂਦੀ ਕੋਈ। ਜਿੰਨੀਆਂ ਵੀ ਕਾਲਾਂ ਆਈਆਂ ਪੰਜਾਬੀ ਸਾਹਿਤ ਨਾਲ ਸੰਬੰਧਿਤ ਆਈਆਂ, ਇਹ ਨਹੀਂ ਵੀ ਇਕੱਲੀਆਂ ਟੋਰਾਂਟੋ ਤੋਂ ਆਈਆਂ, ਵੀ ਇਹ ਟੋਰਾਂਟੋ ਤੋਂ ਇੱਧਰ ਆਏ ਅਤੇ ਪਿੱਛੋਂ ਕਾਲਾਂ ਆਉਂਦੀਆਂ। ਇਹਨਾਂ ਨੂੰ ਕਾਲਾਂ ਇੰਡੀਆ, ਇੰਗਲੈਂਡ, ਅਮੈਰੀਕਾ ਤੋਂ ਵੀ, ਇੱਥੋਂ ਵੀ ਅਤੇ ਕੈਨੇਡਾ ਤੋਂ ਵੀ ਲਗਾਤਾਰ। ਮੇਰੇ ਖਿਆਲ 2 ਕੁ ਤਾਂ ਮੈਂ ਇਹਨਾਂ ਦੀ ਦੇਖੀਆਂ ਸਵੇਰੇ, ਅੱਜ ਔਨਲਾਈਨ ਇਹਨਾਂ ਨੇ ਜਿਹੜੀ ਕੀਤੀ ਸੀ, ਇੱਕ ਕਵੀ ਸੰਮੇਲਨ ਚੱਲਦਾ ਸੀ ਕਿਤੇ, ਕਦੇ ਕੁਛ ਚੱਲਦੇ, ਔਨਲਾਈਨ ਵੀ ਕਰੀ ਜਾਂਦਾ ਇਹ ਨਾਲ। ਮਤਲਬ ਕਾਫੀ ਚਿੰਤਤ ਆ, ਇਹ ਵੀ ਪੰਜਾਬੀ ਬੋਲੀ ਲਈ ਸਾਨੂੰ ਅਜਿਹੇ ਬੰਦਿਆਂ ਦੀ ਲੋੜ ਆ, ਅਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਇਸ ਸਮਾਗਮ ਵਿੱਚ ਪਹੁੰਚੇ ਇੰਨੀ ਦੂਰੋਂ ਜੀ ਆਇਆਂ ਨੂੰ। ਸਾਡੇ ਅਗਲੇ ਬੁਲਾਰੇ ਹੈਗੇ ਆ ਜੀ, ਡਾਕਟਰ ਬੱਗਾ ਜੀ, ਪਲੀਜ਼ ਸਟੇਜ 'ਤੇ ਆ ਜਾਣ। ਮੈਂ ਦੱਸਣਾ ਚਾਹੁੰਦਾ ਜੀ, ਇਹ ਵੀ ਟੋਰਾਂਟੋ ਤੋਂ ਆਏ ਆ ਜੀ, ਜ਼ੋਰਦਾਰ ਤਾੜੀਆਂ। ਅੱਜ ਦਾ ਸਮਾਂ, ਅੱਜ ਦੀ ਘੜੀ, ਅੱਜ ਦੇ ਪਲ, ਅੱਜ ਦੇ ਲਮਹੇ ਅਤੇ ਅੱਜ ਦਾ ਦਿਨ ਬੜਾ ਮੁਬਾਰਕ ਦਿਨ ਹੈ। ਅੱਜ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਇੱਕ ਬਹੁਤ ਬੜਾ ਉੱਤਮ ਪ੍ਰਯੋਜਨ ਹੋ ਰਿਹਾ। ਗੁਰਜਤਿੰਦਰ ਸਿੰਘ ਜੀ, ਦਲਵੀਰ ਦਿਲ ਜੀ ਅਤੇ ਉਹਨਾਂ ਸਮੁੱਚੀ ਟੀਮ ਵਧਾਈ ਦੇ ਪਾਤਰ ਹੋ। ਜੇਕਰ ਪੰਜਾਬੀ ਭਾਸ਼ਾ ਦੇ ਖੇਤਰ ਦੀ ਗੱਲ ਕਰਨੀ ਹੋਵੇ ਨਾ, ਪੰਜਾਬੀ ਭਾਸ਼ਾ ਦਾ ਘੇਰਾ ਬਹੁਤ ਵੱਡਾ ਹੈ। ਪੰਜਾਬੀ ਭਾਸ਼ਾ ਦਾ ਖੇਤਰ ਬਹੁਤ ਵਿਸ਼ਾਲ ਹੈ, ਇਤਨਾ ਵਿਸ਼ਾਲ ਕਿ ਮਾਂ ਬੋਲੀ ਪੰਜਾਬੀ ਨੇ ਪੰਜਾਬ ਪ੍ਰਾਂਤ ਦੇ ਗਲੋਬਲ ਸਾਈਜ਼ ਨੂੰ, ਭੂਗੋਲਿਕ ਹੱਦਾਂ ਬੰਨੇ ਟੱਪ ਕੇ ਅੱਜ ਪੂਰੇ ਵਿਸ਼ਵ ਨੂੰ ਆਪਣੇ ਕੁਲਾਵੇ ਵਿੱਚ ਸਮੋਇਆ ਹੋਇਆ ਹੈ। ਪੂਰੇ ਵਿਸ਼ਵ ਨੂੰ, ਪੂਰੇ ਸੰਸਾਰ ਨੂੰ ਮਾਂ ਬੋਲੀ ਪੰਜਾਬੀ ਨੇ ਆਪਣੀ ਬੁੱਕਲ ਵਿੱਚ ਲੁਕੋਇਆ ਹੋਇਆ ਹੈ। ਪੰਜਾਬੀ ਬੋਲੀ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਪੰਜਾਬੀ ਕਲਾ ਅਤੇ ਪੰਜਾਬੀ ਗੀਤ ਸੰਗੀਤ ਨੂੰ ਉਸ ਮੁਕੱਦਸ ਧਰਤੀ 'ਤੇ ਪ੍ਰਫੁੱਲਤ ਹੋਣ ਦਾ ਮੌਕਾ ਮਿਲਿਆ ਹੈ, ਜਿਸ ਮੁਕੱਦਰ ਧਰਤੀ ਨੂੰ ਅੱਜ ਪੂਰੇ ਸੰਸਾਰ ਦੇ ਅੰਦਰ ਦੇਵ ਭੂਮੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਦੇਵ ਭੂਮੀ ਗੁਰੂਆਂ ਦੀ ਧਰਤੀ ਆ, ਉਹ ਰਿਸ਼ੀ ਮੁਨੀ, ਜਤੀ ਸਤੀ ਸੰਨਿਆਸੀ, ਪੈਗੰਬਰੀ ਦਿਗੰਬਰੀ, ਜੈਨ, ਸਾਰੇ ਰਿਸ਼ੀ ਮੁਨੀ ਉਸ ਦੇਵ ਭੂਮੀ 'ਤੇ ਪੈਦਾ ਹੋਏ ਨੇ।
ਉਹੋ ਹੀ ਦੇ ਭੂਮੀ ਜਿਸ ਨੂੰ ਕਦੇ ਅਯੋਧਿਆ ਦੀ ਨਗਰੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ, ਔਰ ਉਹੋ ਹੀ ਦੇ ਭੂਮੀ ਜਿਸ ਨੂੰ ਕਦੇ ਮਧੁਰ ਰਾਜ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ, ਮਧੁਰ ਦੇਸ਼ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ। ਪੰਜਾਬੀ ਬੋਲੀ ਨੂੰ ਉਸ ਧਰਤੀ ਦੇ ਉੱਤੇ ਵਿਕਸਿਤ ਹੋਣ ਦਾ ਸੁਭਾਗ ਪ੍ਰਾਪਤ ਹੈ। ਕਦੇ ਸਮਾਂ ਸੀ ਜਦੋਂ ਸੁਲੇਮਾਨ ਪਰਬਤ ਤੋਂ ਲੈ ਕੇ ਜਮਨਾ ਤੱਟ ਦੇ ਹਰੇ ਭਰੇ ਅਤੇ ਖੁੱਲ੍ਹੇ ਡੁੱਲੇ ਮੈਦਾਨਾਂ ਦੇ ਅੰਦਰ ਪੰਜਾਬੀ ਦਾ ਬੋਲਬਾਲਾ ਸੀ। ਦਰਾ ਖੈਬਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉਹ ਦਿੱਲੀ ਦੀ ਬਗਲ ਵਿੱਚ ਸਥਿਤ ਗੁਰਗਾਵਾਂ ਦੇ ਉੱਥੇ ਤੱਕ ਫੈਲਿਆ ਹੋਇਆ ਸਾਰੇ ਦਾ ਸਾਰਾ ਕੁੱਗ ਵੱਸਦਾ ਪੰਜਾਬ ਮਹਾਂ ਪੰਜਾਬ ਅਖਲਾਉਂਦਾ ਸੀ ਉਸ ਵਕਤ, ਮਹਾਂ ਪੰਜਾਬ। ਔਰ ਉੱਥੇ ਦੀ ਪ੍ਰਚਲਿਤ ਬੋਲੀ ਪੰਜਾਬੀ ਬੋਲੀ, ਰਾਣੀ ਬੋਲੀ, ਪਟਰਾਣੀ ਬੋਲੀ ਹੋਇਆ ਕਰਦੀ ਸੀ। ਜੇ ਆਪਾਂ ਗੱਲ ਕਰੀਏ ਨਾ ਪਿਸ਼ਾਵਰ ਦੇ ਮਾਲ ਰੋਡ ਤੋਂ ਲੈ ਕੇ, ਕੀ ਪਿਸ਼ਾਵਰ ਦਾ ਮਾਲ ਰੋਡ ਅਤੇ ਕੀ ਪਿਸ਼ਾਵਰ ਦਾ ਸਦਰ ਬਾਜ਼ਾਰ, ਇਹਨਾਂ ਦੇ ਗਹਿਮਾ ਗਹਿਮੀ, ਉਹਨਾਂ ਦੇ ਅੰਦਰ ਪੰਜਾਬੀ ਬੋਲੀ ਦੀ ਤੂਤੀ ਬੋਲਦੀ ਸੀ। ਕਸ਼ਮੀਰ ਸ਼੍ਰੀਨਗਰ ਦੇ ਲਾਲ ਚੌਂਕ ਬਾਜ਼ਾਰ ਦੇ ਭੀੜ ਭੜੱਕੇ ਦੇ ਅੰਦਰ ਦੁਕਾਨਦਾਰ ਆਪਣੇ ਗ੍ਰਾਹਕਾਂ ਦੇ ਨਾਲ ਪੰਜਾਬੀ ਵਿੱਚ ਤਜਾਰਤ ਕਰਦੇ ਸਨ, ਪੰਜਾਬੀ ਵਿੱਚ ਪੈਸਿਆਂ ਦਾ ਲੈਣ ਦੇਣ ਹੁੰਦਾ ਸੀ, ਅਤੇ ਪੰਜਾਬੀ ਵਿੱਚ ਵੀ ਫਸਲਾਂ ਅਤੇ ਨਸਲਾਂ ਦੇ ਭਾਅ ਨਿਸ਼ਚਿਤ ਹੁੰਦੇ ਸਨ। ਸ਼ਿਮਲੇ ਦੇ ਮਾਲ ਰੋਡ 'ਤੇ ਟਾਂਗਿਆਂ ਵਾਲੇ ਬੈਠੇ ਆਪਣੀਆਂ ਸਵਾਰੀਆਂ ਦੇ ਨਾਲ ਠੇਠ ਪੰਜਾਬੀ ਵਿੱਚ ਗੱਲਾਂ ਬਾਤਾਂ ਗੱਪਾਂ ਛੱਪਾਂ ਮਾਰਦੇ ਮਰਾਉਂਦੇ ਮੀਲਾਂ ਬੱਧੀ ਰਸਤਾ ਤੈਅ ਕਰ ਲੈਂਦੇ ਸਨ, ਇੱਕ ਬੋਲਦੇ ਪੰਜਾਬੀ ਸਨ। ਅੰਬਾਲਾ ਸ਼ਹਿਰ ਔਰ ਅੰਬਾਲੇ ਛਾਉਣੀ ਦੇ ਪੁਰਾਣੇ ਬਾਜ਼ਾਰ ਦੇ ਭੀੜ ਭੜਾਕੇ ਇਲਾਕਿਆਂ ਦੇ ਅੰਦਰ ਲੋਕ ਠੇਠ ਪੰਜਾਬੀ ਵਿੱਚ ਇੱਕ ਦੂਸਰੇ ਨੂੰ ਹਾਕਾਂ ਮਾਰਦੇ, ਖਰੀਦ ਫਰੋਖਤ ਕਰਦੇ, ਲੜਦੇ, ਝਗੜਦੇ, ਗਾਲਾਂ ਕੱਢਦੇ ਅਤੇ ਪ੍ਰੇਮ ਪਾਲਦੇ ਹੁੰਦੇ ਸਨ, ਅਤੇ ਸਿਰਫ ਪੰਜਾਬੀ ਵਿੱਚ ਪਾਲਦੇ ਹੁੰਦੇ ਸਨ। ਅਤੇ ਹੁਣ ਜੇਕਰ ਆਪਾਂ ਗੱਲ ਪੰਜਾਬੀ ਬੋਲੀ ਦੇ ਇਤਿਹਾਸ ਦੀ ਕਰੀਏ ਨਾ, ਪੰਜਾਬੀ ਬੋਲੀ ਇਤਿਹਾਸਕ ਪੱਖੋਂ ਬੜੀ ਅਮੀਰ ਬੋਲੀ ਹੈ, ਬੜਾ ਗੌਰਵਸ਼ਾਲੀ ਇਤਿਹਾਸ ਹੈ ਪੰਜਾਬੀ ਬੋਲੀ ਦਾ। ਪੰਜਾਬੀ ਭਾਸ਼ਾ ਦੀ ਜੋ ਗੁਰਮੁਖੀ ਲਿਪੀ ਹੈ ਇਸ ਵਿੱਚ ਮਿਆਰੀਕਰਨ ਕਰਕੇ ਦੂਸਰੇ ਪਾਤਸ਼ਾਹ ਧੰਨ ਧੰਨ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਮਾਂ ਬੋਲੀ ਦੇ ਮੂੰਹ ਮੱਥੇ ਨੂੰ ਸੰਭਾਲਿਆ, ਬੜੀ ਦੂਰ ਅੰਦੇਸ਼ੀ ਨਾਲ ਤਰਾਸ਼ਿਆ, ਬੜੀਆਂ ਸਾਧਨਾਂ ਦੇ ਨਾਲ ਸ਼ਿੰਗਾਰਿਆ, ਸੰਭਾਲਿਆ, ਸ਼ਿੰਗਾਰਿਆ, ਸੰਭਾਲਿਆ, ਅਤੇ ਉਸ ਤੋਂ ਬਾਅਦ ਰੱਜ ਰੱਜ ਕੇ ਸਤਿਕਾਰਿਆ ਵੀ ਹੈ ਦੂਸਰੇ ਪਾਤਸ਼ਾਹ ਨੇ। ਜੇ ਸਤਿਕਾਰ ਦੀ ਗੱਲ ਕਰੀਏ ਪੰਜਾਬੀ ਭਾਸ਼ਾ ਵਿੱਚ ਸਮਰੱਥ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਂ ਬੋਲੀ ਪੰਜਾਬੀ ਨੂੰ ਮਣਾ ਮੂਹੀ ਮਾਨ ਤਾਨ ਸ਼ਾਨ ਦੇ ਨਾਲ ਮਾਲਾ ਮਾਲ ਕਰ ਦਿੱਤਾ ਹੈ।
ਲੇਕਿਨ ਸਾਡੀ ਤਰਾਸਦੀ ਇਹ ਉਹ ਗੁਰੂ ਗ੍ਰੰਥ ਸਾਹਿਬ ਦੇ ਵਾਰਸ ਹੋ, ਅੱਜ ਅਸੀਂ ਪੰਜਾਬੀ ਬੋਲੀ ਤੋਂ ਬੇਮੁੱਖ ਹੁੰਦੇ ਜਾ ਰਹੇ ਹਾਂ, ਪੰਜਾਬੀ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ। ਪੰਜਾਬੀ ਬੋਲੀ ਨੂੰ ਗੁਵਾਰਾਂ ਦੀ ਬੋਲੀ ਅਖਵਾਉਣਾ, ਪੰਜਾਬੀ ਬੋਲੂ ਨੂੰ ਪੇਂਡੂ ਬੋਲੀ ਅਖਵਾਉਣਾ ਅਸੀਂ ਤਸਲੀਮ ਕਰ ਰਹੇ ਹਾਂ, ਇਕਬਾਲ ਕਰ ਰਹੇ ਹਾਂ। ਜਿਹੜਾ ਇੱਕ ਵਿਸ਼ਾ ਜੋ ਹੈ ਸਿਰਫ ਚਿੰਤਾਜਨਕ ਹੀ ਨਹੀਂ ਬਲਕਿ ਸ਼ਰਮਨਾਕ ਵੀ ਹੈ। ਅਸੀਂ ਮਾਂ ਬੋਲੀ ਪੰਜਾਬੀ ਦੀ ਪਿੱਠ ਛੁਰਾ ਮਾਰ ਰਹੇ ਹਾਂ। ਔਰ ਯਾਦ ਰੱਖੋ, ਜਿਹੜਾ ਬੰਦਾ ਆਪਣੀ ਮਾਂ ਨੂੰ ਮਾਰ ਕੇ ਆਇਆ ਹੋਵੇ ਨਾ, ਪਿੰਡ ਵਾਲੇ ਉਸਨੂੰ ਆਪਣੇ ਘਰ ਨਹੀਂ ਵੜਨ ਦਿੰਦੇ। ਸੋਚਣ ਵਾਲੀ ਗੱਲ ਹੈ, ਆਪਣੇ ਜੜ੍ਹਾਂ ਨਾਲੋਂ ਟੁੱਟ ਜਾਓਗੇ ਅਤੇ ਪੱਤਿਆਂ ਵਾਂਗ ਰੁੱਲ ਜਾਓਗੇ। ਮਾਂ ਬੋਲੀ ਪੰਜਾਬੀ ਨੂੰ ਭੁੱਲ ਜਾਓਗੇ ਅਤੇ ਕੱਖਾਂ ਵਾਂਗ ਰੁੱਲ ਜਾਓਗੇ। ਜੜ੍ਹਾਂ ਨਾਲੋਂ ਟੁੱਟਿਆ ਹੋਇਆ ਬੂਟਾ ਕਦੇ ਵੀ ਪ੍ਰਫੁੱਲਿਤ ਨਹੀਂ ਹੋ ਸਕਦਾ। ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਬੋਲੀ ਆਪਣੀ ਦੇ ਉੱਤੇ ਮਾਣ ਹੋਣਾ ਚਾਹੀਦਾ, ਰੱਬ ਜਿੱਡਾ ਮਾਣ ਹੋਣਾ ਚਾਹੀਦਾ ਬੋਲੀ 'ਤੇ। ਬੋਲੀ ਆਪਣੀ ਦੇ ਉੱਤੇ ਮਾਣ ਹੋਣਾ ਚਾਹੀਦਾ, ਬੋਲੇ ਜਦੋਂ ਬੰਦਾ 'ਤੇ ਪਛਾਣ ਹੋਣਾ ਚਾਹੀਦਾ। ਉਹ ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਉਹ ਦੇਖਿਓ ਪੰਜਾਬੀ, ਉਹ ਪੰਜਾਬੀ ਨਾ ਭੁਲਾ ਦਿਓ, ਦੇਖਿਓ ਪੰਜਾਬੀ, ਉਹ ਪੰਜਾਬੀ ਨਹੀਂ। ਥੈਂਕ। ਬੜਾ ਪ੍ਰਭਾਵ ਪੂਰਵਕ ਕਹਿ ਸਕਦੇ ਹਾਂ ਇਹਨਾਂ ਨੇ ਜਿਹੜਾ ਪੰਜਾਬੀ ਬਾਰੇ ਜੋ ਚਾਨਣਾ ਪਾਇਆ। ਇਹ ਸ਼ਾਇਦ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਬਹੁਤੇ ਅਮਰੀਕਾ ਵਿੱਚ ਹੀ ਰਹੇ ਆ, ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਵੀ ਜਿਹੜੀ ਸਾਡੀ ਪੰਜਾਬੀ ਭਾਸ਼ਾ ਸੀ ਉਹ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਸੀ। ਬੜੇ ਵਿਸਤਾਰ ਨਾਲ ਇਹਨਾਂ ਨੇ ਉਹ ਦੱਸਿਆ ਅਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਡਾਕਟਰ ਪ੍ਰਗਟ ਸਿੰਘ ਬੱਗਾ ਜੀ ਨੂੰ ਜਿਹੜੇ ਵਿਸ਼ੇਸ਼ ਤੌਰ 'ਤੇ ਇਸ ਸੈਮੀਨਾਰ ਵਿੱਚ ਭਾਗ ਲੈਣ ਲਈ ਟੋਰਾਂਟੋ ਤੋਂ ਪਹੁੰਚੇ ਆ। ਅਗਲੇ ਸਾਡੇ ਬੁਲਾਰੇ ਆ ਜੀ, ਸਾਡੇ ਬੇ ਏਰੀਏ ਦੇ ਬਹੁਤ ਉੱਘੇ ਸਾਹਿਤਕਾਰ ਸੁਖਵਿੰਦਰ ਕੰਬੋਜ ਜੀ, ਤਾੜੀਆਂ ਨਾਲ ਸਵਾਗਤ ਕਰੀਏ ਜੀ। ਸਭਾ ਵਿੱਚ ਉਪਸਥਿਤ ਸਾਰੇ ਸੱਜਣੋ, ਭੈਣੋ ਅਤੇ ਭਰਾਵੋ, ਦੋਸਤੋ, ਸਭ ਤੋਂ ਪਹਿਲਾਂ ਮੈਂ ਸੁਰਜੀਤ ਪਾਤਰ ਨੂੰ ਯਾਦ ਕਰਦਾ ਹਾਂ ਕਿਉਂਕਿ ਅੱਜ ਦਾ ਦਿਨ ਸ਼ਾਇਦ ਉਹਨਾਂ ਨੂੰ ਵੀ ਸਮਰਪਿਤ ਹੈ। ਇੱਕ ਵਾਰ ਜਦੋਂ ਐਮਰਜੈਂਸੀ ਲੱਗੀ ਹੈ ਅਤੇ ਮੈਂ ਅਤੇ ਅਸੀਂ ਗ੍ਰਿਫਤਾਰ ਬਾਅਦ 'ਚ ਹੁੰਦੇ ਹਾਂ, ਮੈਂ ਇਹਦੇ ਪਾਸ਼ ਲੁਧਿਆਣੇ ਤੁਰਦੇ ਫਿਰਦੇ ਇਹਦੇ ਕੋਲ ਅੱਪੜ ਗਏ ਅਤੇ ਮੈਂ ਕਿਹਾ ਪਾਤਰ ਸਾਹਿਬ ਵੀ ਹੁਣ ਐਮਰਜੈਂਸੀ 'ਚ ਕੀ ਕਵਿਤਾ ਲਿਖਦੇ ਹੋ, ਅਤੇ ਉਹਨੇ ਮੈਨੂੰ ਸ਼ੇਰ ਸੁਣਾਇਆ, ਕਹਿੰਦਾ ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਮਤ ਸੋਚ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ। ਵੱਜਦਾ ਬਸੰਤ ਰਾਗ ਹੈ ਜੇ ਰੇਡੀਓ ਤੋਂ ਰੋਜ਼, ਮਤ ਸੋਚ ਕੇ ਸ਼ਹਿਰ 'ਚ ਖਿਜਾਂ ਦੀ ਹਵਾ ਤੁਰੀ ਨਹੀਂ। ਪਾਤਰ ਬਹੁਤ ਵੱਡਾ ਸ਼ਾਇਰ ਸੀ, ਅਸੀਂ ਵੀ ਸ਼ਾਇਰ ਹਾਂ, ਪਾਸ਼ ਵੀ ਆਪਣੇ ਯੁੱਗ 'ਚ ਆਪਣੇ ਮੁਹਾਵਰੇ 'ਚ ਵੱਡਾ ਸ਼ਾਇਰ ਹੋਇਆ, ਪਰ ਪਾਸ਼ ਸਭਾਂ ਯੁੱਗਾਂ ਦਾ ਸ਼ਾਇਰ ਸੀ। ਇਸੇ ਤਰ੍ਹਾਂ ਪਾਤਰ ਉਸ ਤੋਂ ਵੀ ਵੱਡਾ ਸ਼ਾਇਰ ਸੀ। ਪਾਸ਼ ਦੀ ਸ਼ਾਇਰੀ ਸ਼ਾਇਦ ਸੀਮਿਤਤਾ ਵਿੱਚ ਰਹਿ ਜਾਂਦੀ ਹੈ ਅਤੇ ਪਾਤਰ ਸਾਹਿਬ ਪੂਰੀ ਅਨੰਤਤਾ ਵਿੱਚ ਫੈਲਦੇ ਹਨ। ਪਾਤਰ ਦੇ ਸ਼ੇਰ ਬੱਚੇ ਬੱਚੇ ਦੀ ਜ਼ੁਬਾਨ 'ਤੇ ਨੇ, ਉਹਦੇ ਗੀਤ ਬੱਚੇ ਬੱਚੇ ਦੀ ਜ਼ੁਬਾਨ 'ਤੇ ਨੇ। ਜਦੋਂ ਉਹਦੀ ਪਹਿਲੀਆਂ ਗਜ਼ਲਾਂ ਦੀ ਕਿਤਾਬ ਆਈ ਹੈ, ਅਤੇ ਸ਼ਾਇਦ ਉਹ ਹੀ ਇੱਕ ਕਿਤਾਬ ਹੈ
ਜਿਹੜੀ ਵਾਹਿਦ ਕਿਤਾਬ ਗਿਣੀ ਜਾਂਦੀ ਹੈ। ਉਸ ਤੋਂ ਬਾਅਦ ਸ਼ਾਇਦ ਉਹਨਾਂ ਨੇ ਗਜ਼ਲਾਂ ਦੀ ਕਿਤਾਬ ਮੇਰੀ ਨਜ਼ਰ 'ਚ ਤਾਂ ਨਹੀਂ ਗੁਜ਼ਰੀ, ਵਾਰਤਕ ਦੀਆਂ ਰਾਤਾਂ ਗੁਜ਼ਰੀਆਂ ਨੇ। ਉਸ ਤੋਂ ਹੀ ਉਹ ਮਤਲਬ ਉਹਦੀਆਂ ਪਹਿਲੀਆਂ ਗਜ਼ਲਾਂ ਦੇ ਵਿੱਚ ਹੀ ਉਹ ਪੰਜਾਬ ਦਾ ਫਿਕਰ ਕਰਦਾ, ਉਹ ਧਰਤੀ ਦਾ, ਬਨਸਪਤੀ ਦਾ, ਹਾਂਜੀ, ਪੰਜਾਬ ਦੀਆਂ ਸ਼ਾਮਾਂ ਦਾ, ਸਵੇਰਾਂ ਦਾ, ਦੁਪਹਿਰਾਂ ਦਾ, ਰਾਤਾਂ ਦਾ, ਪੰਜਾਬ ਦੀਆਂ ਸੁਆਣੀਆਂ ਦਾ, ਪੰਜਾਬ ਦੇ ਲੋਕ ਗੀਤਾਂ ਦਾ ਬਹੁਤ ਬਹੁਤ ਉਹਨੂੰ ਫਿਕਰ ਹੈ, ਪੰਜਾਬੀ ਬੋਲੀ ਦਾ ਤਾਂ ਖਾਸ ਤੌਰ 'ਤੇ। ਪਾਤਰ ਕਹਿੰਦਾ ਹੁੰਦਾ ਸੀ, ਯਾਰ ਆਪਣੇ ਪੰਜਾਬੀ ਕਿੰਨੇ ਕੁ ਸਾਲ ਆਪਾਂ ਜਿਉਂਦੀ ਰੱਖ ਸਕਦੇ ਹਾਂ? ਅਤੇ ਮੈਂ ਇਹ ਕਹਿੰਦਾ ਹੁੰਦਾ ਸੀ ਕਿ ਪਾਤਰ ਸਾਹਿਬ, ਜਿੰਨਾ ਚਿਰ ਪੰਜਾਬ ਦੇ ਵਿੱਚ ਸੂਰ ਬੀਰਤਾ ਜਿਉਂਦੀ ਹੈ, ਪੰਜਾਬੀ ਕਦੇ ਮਰਨ ਨਹੀਂ ਲੱਗੀ। ਹੋ ਸਕਦਾ ਅੱਗੋਂ ਬੱਚੇ ਇੰਨੇ ਨਾ ਬੋਲਣ, ਪਰ ਇਹ ਖਤਮ ਨਹੀਂ ਹੋਏਗੀ ਕਦੇ ਵੀ, ਕਿਉਂਕਿ ਸਾਨੂੰ ਇਕੱਲੀ ਪੰਜਾਬੀ ਪੰਜਾਬ ਜਾਂ ਆਪਣੇ ਵਾਲੇ ਪੰਜਾਬ 'ਚ ਨਹੀਂ ਦੇਖਣੀ ਚਾਹੀਦੀ। ਪਾਕਿਸਤਾਨ 'ਚ ਬਹੁਤ ਲੋਕ ਪੰਜਾਬੀ ਬੋਲਦੇ ਨੇ, ਭਾਵੇਂ ਉਹਨਾਂ ਨੇ ਅਫੀਸ਼ਲੀ ਤੌਰ 'ਤੇ ਆਪਣੀ ਰਾਜਨੀਤਿਕ ਲੋੜਾਂ ਕਰਕੇ ਬੋਲੀ ਜਿਹੜੀ ਹੈ ਉਹ ਉਰਦੂ ਲਿਖਾਈ ਵੀ ਹੈ, ਪਰ ਬੋਲਦੇ ਉਹ ਪੰਜਾਬੀ ਨੇ। ਮਤਲਬ ਮੈਂ ਲਾਹੌਰ 'ਚ ਗਿਆ, ਇੱਕ ਵੀ ਬੰਦੇ ਨੇ ਮੇਰੇ ਨਾਲ ਕੋਈ ਉਰਦੂ 'ਚ ਨਹੀਂ ਗੱਲ ਕੀਤੀ, ਸਾਰੇ ਪੰਜਾਬੀ 'ਚ ਗੱਲਾਂ ਕਰ ਰਹੇ ਸੀ। ਨਨਕਾਣੇ ਸਾਹਿਬ ਸਾਰੇ ਤਕਰੀਬਨ ਇੱਕ ਬੰਦੇ ਨੂੰ ਛੱਡ ਕੇ, ਕਈ ਸੰਕੀਰਣ ਹੁੰਦੇ ਨੇ ਅਤੇ ਬਾਕੀ ਹਰ ਥਾਂ ਦੇ ਉੱਤੇ ਪੰਜਾਬੀ ਜਿਹੜੀ ਬੋਲੀ ਹੈ ਇਹਦੀ ਪ੍ਰਫੁੱਲਤਾ ਦਿਨ ਬ ਦਿਨ ਹੁੰਦੀ ਰਹੇਗੀ ਔਰ ਪੰਜਾਬੀ ਕਦੇ ਨਹੀਂ ਮਰੇਗੀ। ਪਾਤਰ ਸਾਹਿਬ ਨੂੰ ਅਸੀਂ ਸੱਚੇ ਦਿਲੋਂ ਸ਼ਰਧਾਂਜਲੀ ਇਹੀ ਦੇ ਸਕਦੇ ਹਾਂ ਕਿ ਉਹਦੀਆਂ ਲਿਖੀਆਂ ਕਵਿਤਾਵਾਂ ਸਿਰਫ ਇੱਥੇ ਲੋਕਾਂ ਕੋਲੋਂ ਹੀ ਨਾ ਸੁਣੀਏ, ਕਦੀ ਆਪ ਵੀ ਇੱਕ ਕਿਤਾਬ ਖਰੀਦ ਕੇ ਉਹਦੀ ਪੜ੍ਹੀਏ, ਇਹ ਸਭ ਤੋਂ ਅੱਛੀ ਸ਼ਰਧਾਂਜਲੀ ਉਹਨੂੰ ਹੋਏਗੀ ਪਾਤਰ ਸਾਹਿਬ ਨੂੰ। ਮੈਂ ਇੱਕ ਛੋਟੀ ਜਿਹੀ ਨਜ਼ਮ ਤੁਹਾਡੇ ਸਾਹਮਣੇ ਪੇਸ਼ ਕਰਦਾ ਕਿ ਅਸੀਂ ਅਮਰੀਕੀ ਜੀਵਨ ਵਾਰਿਆ ਇਹ, ਅਸੀਂ ਤੇਰੇ ਜ਼ਿਹਨ ਵਿੱਚ ਜੱਗ ਦੇ ਚਿਰਾਗਾਂ ਨੂੰ ਇੰਜ ਦੀ ਮੌਤ ਨਹੀਂ ਦਿਆਂਗੇ ਜਿਵੇਂ ਸੁਕਰਾਤ ਨੂੰ ਦਿੱਤੀ ਸੀ। ਤੈਨੂੰ ਤਾਂ ਅਸੀਂ ਪਹਿਲੀ ਦੁਨੀਆ ਦੇ ਮੁਲਕਾਂ ਦਾ ਗ੍ਰੀਨ ਕਾਰਡ ਦਿੰਦੇ ਹਾਂ, ਫਿਰ ਤੂੰ ਆਪ ਹੀ ਮਰ ਜਾਵੇਂਗਾ ਕਾਰਾਂ ਅਤੇ ਘਰਾਂ ਨੂੰ ਆਜ਼ਾਦ ਕਰਾਉਂਦੇ ਕਰਾਉਂਦੇ। ਕ੍ਰੈਡਿਟ ਕਾਰਡਾਂ ਦੇ ਸੀਤ ਸਿਆਲ ਹੀ ਖਾ ਜਾਣਗੇ ਤੇਰੀਆਂ ਕੋਸੀਆਂ ਕੋਸੀਆਂ ਧੁੱਪਾਂ ਅਤੇ ਖੇਤ। ਕੁੱਲ ਉਮਰ ਤੂੰ ਕੰਮ, ਕਿਸ਼ਤਾਂ, ਨੀਂਦ ਅਤੇ ਹੋਰ ਕੰਮ ਸੋਚੇਗਾ। ਤੇਰੀ ਸਭਤਾ ਦੀ ਹਾਰ ਨਾੜੀ, ਤੇਰੀ ਬੋਲੀ ਅਸੀਂ ਤੇਰੇ ਬੱਚਿਆਂ ਤੋਂ ਖੋਹ ਲਵਾਂਗੇ, ਅਤੇ ਇੰਜ ਤੇਰਾ ਅਸਲ ਸਰਮਾਇਆ ਤੇਰੇ ਬੱਚੇ ਤੈਥੋਂ ਅਸੀਂ ਖੋਹ ਲਵਾਂਗੇ। ਇਹ ਤੈਨੂੰ ਕਦੇ ਵੀ ਪਤਾ ਨਾ ਚੱਲੂ ਕਿ ਇਹ ਕਿੱਦਾਂ ਅਤੇ ਕਿੰਜ ਹੋਇਆ। ਇਹ ਤੈਨੂੰ ਕਦੇ ਵੀ ਪਤਾ ਨਾ ਚੱਲੂ ਇਹ ਕਿੱਦਾਂ ਅਤੇ ਕਿੰਜ ਹੋਇਆ। ਉਹ ਤੇਰੇ ਪੁਰਖਿਆਂ ਦੇ, ਤੇਰੇ ਬੱਚੇ ਤੇਰੇ ਪੁਰਖਿਆਂ ਦੇ ਨਾਂ ਕਨਾਂ ਧਰਨ ਨੂੰ ਵੀ ਫੈਸ਼ਨ ਸਮਝਣਗੇ। ਇੰਜ ਅਸੀਂ ਤੇਰੀਆਂ ਨਸਲਾਂ ਖਤਮ ਕਰ ਦਿਆਂਗੇ। ਤੂੰ ਕੀ ਸਮਝਦਾ ਹੈ, ਤੂੰ ਸਾਨੂੰ ਲੁੱਟਿਆ ਹੈ, ਤੂੰ ਸਾਡੇ ਲੋਕਾਂ ਦੀ ਜੌਬ ਖੋਈ ਹੈ? ਉਹ ਤੁਸੀਂ ਤਾਂ ਉਹੀ ਕੰਮ ਕੀਤੇ ਹਨ ਜੋ ਅਸੀਂ ਆਮ ਤੌਰ 'ਤੇ ਛੱਡੇ ਹੋਏ ਨੇ। ਇੰਜ ਤੇਰਾ ਅਸਲ ਸਰਮਾਇਆ ਤੇਰੇ ਬੱਚੇ ਡਾਕਟਰ ਬਣਨਗੇ, ਤੇਰੇ ਬੱਚੇ ਇੰਜੀਨੀਅਰ ਬਣਨਗੇ, ਪਰ ਉਹ ਸਾਰੇ ਦੇ ਸਾਰੇ ਮੇਰੇ ਸਾਮਰਾਜ ਦੀ ਸੇਵਾ ਕਰਨਗੇ। ਕੌਣ ਜਾਏਗਾ ਪੰਜਾਬ ਵਿੱਚ? ਇੰਜ ਤੈਨੂੰ ਦਿਆਂਗੇ ਮੌਤ ਅਸੀਂ,
ਇੰਜ ਤੈਨੂੰ ਦਿਆਂਗੇ ਮੌਤ ਅਸੀਂ। ਸੁਖਵਿੰਦਰ ਕੰਬੋਜ ਜੀ ਨੇ ਜਿਹੜੇ ਤਰੀਕੇ ਨਾਲ ਸਾਰੀ ਪੰਜਾਬੀ ਬੋਲੀ 'ਤੇ ਗੱਲਬਾਤ ਕੀਤੀ ਹੈ, ਸਲਾਹੁਣਯੋਗ ਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਅਸੀਂ ਨਾਲ ਹੀ ਧੰਨਵਾਦ ਕਰਦੇ ਹਾਂ ਅਤੇ ਸਵਾਗਤ ਕਰਦੇ ਹਾਂ ਸਾਡੇ ਗਾਲਟ ਸਿਟੀ ਦੇ ਮੇਅਰ ਸਰਦਾਰ ਪ੍ਰਗਟ ਸਿੰਘ ਜੀ ਸੰਧੂ, ਉਹ ਪਹੁੰਚ ਚੁੱਕੇ ਆ। ਇਹ ਤਾੜੀਆਂ ਜ਼ੋਰਦਾਰ ਬਣਦੀਆਂ ਮਾਰਨੀਆਂ। ਦੇਖੋ, ਇੱਕ ਦਸਤਾਰਧਾਰੀ ਜਿਹੜਾ ਸਾਡਾ ਇੱਕ ਭਰਾ ਆ, ਅੱਜ ਸ਼ਹਿਰ ਦਾ ਦੂਜੀ ਵਾਰੀ ਮੇਅਰ ਬਣਿਆ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਇੱਥੇ ਆਏ। ਅਗਲੇ ਜਿਹੜੇ ਸਾਡੇ ਬੁਲਾਰੇ ਆ ਜੀ, ਮੈਂ ਬੇਨਤੀ ਕਰਾਂਗਾ ਹਰਜਿੰਦਰ ਪੰਧੇਰ ਜੀ, ਸਟੋਕਟਨ ਤੋਂ ਆਏ ਆ ਵਿਸ਼ੇਸ਼ ਤੌਰ 'ਤੇ। ਹਰਜਿੰਦਰ ਪੰਧੇਰ, ਧੰਨਵਾਦ ਜੀ ਰੰਧਾਵਾ ਸਾਹਿਬ, ਪ੍ਰਧਾਨਗੀ ਮੰਡਲ ਦੇ ਸ਼ੋਭਤ ਡਾਕਟਰ ਸਾਹਿਬਾਨ, ਪ੍ਰਧਾਨ ਇਸ ਸਹਿਤ ਸਭਾ ਦੇ ਦਿਲ ਲੈਚਰ ਜੀ, ਅਤੇ ਸੈਕਟਰੀ ਰੰਧਾਵਾ ਸਾਹਿਬ। ਅੱਜ ਦਾ ਦਿਨ ਜਿਹੜਾ ਪੰਜਾਬੀ ਬੋਲੀ ਨੂੰ, ਪੰਜਾਬੀ ਭਾਸ਼ਾ ਨੂੰ, ਉਸ ਨੂੰ ਬਚਾਉਣ ਦੇ ਲਈ ਅਤੇ ਉਸਨੂੰ ਵਧੀਆ ਰਾਹਾਂ 'ਤੇ ਲੈ ਕੇ ਜਾਣ ਦੇ ਲਈ ਤੁਹਾਡੀ ਇਹ ਕਾਨਫਰੰਸ ਕਰ ਰਹੇ ਹੋ, ਇਹ ਸੱਚਮੁੱਚ ਹੀ ਖੁਸ਼ੀ ਦਾ ਮੌਕਾ ਹੈ। ਅੱਜ ਦੇ ਦਿਨ ਮੈਨੂੰ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਵਾਲੇ ਮੇਰੇ ਦੋਸਤ, ਮੇਰੇ ਸਹਿਪਾਠੀ ਸੁਰਜੀਤ ਪਾਤਰ ਦੀ ਵੀ ਯਾਦ ਆ ਰਹੀ ਹੈ। ਉਹਨਾਂ ਦਿਨਾਂ ਵਿੱਚ 1971 ਦੀ ਗੱਲ ਹੈ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ MA ਕਰ ਰਿਹਾ ਸਾਂ। ਸੁਰਜੀਤ ਪਾਤਰ ਮੈਨੂੰ ਇੱਕ ਸਾਲ ਲੱਗੇ ਸੀ, ਅਤੇ ਮੇਰੇ ਨਾਲ ਅਨੂਪ ਵਿਰਕ ਅਤੇ ਹੋਰ ਕਾਫੀ ਸੱਜਣ ਸੀ। ਉਸ ਵੇਲੇ ਡਾਕਟਰ ਪ੍ਰੇਮ ਪ੍ਰਕਾਸ਼ ਸਾਨੂੰ ਪੰਜਾਬੀ ਭਾਸ਼ਾ ਵਿਗਿਆਨ ਪੜ੍ਹਾਇਆ ਕਰਦੇ ਸੀ। ਉਹਨਾਂ ਦੀ ਸੰਸਕ੍ਰਿਤ ਦੇ ਵਿੱਚ ਮਾਹਰ ਸੀ ਉਹ, ਪਰ ਪੰਜਾਬੀ ਪੜ੍ਹਾਉਂਦੇ ਹੋਏ ਉਹਨਾਂ ਦੀ ਬੋਲੀ ਦੇ ਵਿੱਚ ਸੰਸਕ੍ਰਿਤ ਦੇ ਸ਼ਬਦ ਬਹੁਤ ਹੁੰਦੇ ਸੀ। ਇੱਕ ਦਿਨ ਮੇਰੇ ਕੋਲ ਰਿਹਾ ਨਾ ਗਿਆ, ਮੈਂ ਡਾਕਟਰ ਪ੍ਰੇਮ ਪ੍ਰਕਾਸ਼ ਸਿੱਧੀ ਗੱਲ ਕੀਤੀ। ਮੈਂ ਕਿਹਾ ਡਾਕਟਰ ਸਾਹਿਬ, ਅਸੀਂ ਜੋ ਪੜ੍ਹ ਰਹੇ ਹਾਂ, ਮੈਨੂੰ ਲੱਗਦਾ ਅਸੀਂ ਪੰਜਾਬੀ ਨਹੀਂ ਪੜ੍ਹ ਰਹੇ, ਅਤੇ ਤੁਸੀਂ ਸਾਨੂੰ ਪਲੀਜ਼ ਪੰਜਾਬੀ ਪੜ੍ਹਾ ਸਕਦੇ ਹੋ? ਡਾਕਟਰ ਸਾਹਿਬ ਦਾ ਮੈਨੂੰ ਜਵਾਬ ਸੀ, ਜੇ ਤੁਸੀਂ ਜੋ ਪੰਜਾਬੀ ਤੁਸੀਂ ਬੋਲਦੇ ਹੋ ਉਹ ਲਿਖੋਗੇ, ਤੁਹਾਡੇ ਨੰਬਰ ਨਹੀਂ ਵਧੀਆ ਆਉਣੇ। ਮੈਂ ਕਿਹਾ ਡਾਕਟਰ ਸਾਹਿਬ, ਅਸੀਂ ਜੋ ਸਿੱਖੀ ਹੈ ਨਾ ਆਪਣੇ ਦਾਦੇ ਪੜਦਾਦੇ ਤੋਂ, ਉੱਥੇ ਉਸ ਨੂੰ ਇੱਕ ਸ਼ਬਦ ਲੈ ਲਿਆ ਮੈਂ, ਅਸੀਂ ਕਹਿੰਦੇ ਤੁਸੀਂ ਫਸਲ ਪੈਦਾ ਹੋਈ ਹੈ, ਇਹ ਸ਼ਬਦ ਇਸ ਤਰ੍ਹਾਂ ਬਣਿਆ। ਕਹਿੰਦੇ ਨਹੀਂ, ਤੁਸੀਂ ਇਹਨੂੰ ਲਿਖੋਗੇ ਉਤਪਤੀ ਜਾਂ ਵਿਉਤਪਤੀ, ਜੇ ਨੰਬਰ ਵਧੀਆ ਲੈਣਾ। ਉਸ ਤੋਂ ਬਾਅਦ ਮੈਂ ਸੁਰਜੀਤ ਪਾਤਰ ਅਤੇ ਵਿਰਕ, ਅਨੂਪ ਸਿੰਘ ਵਿਰਕ, ਇਹ ਉਹ ਵੀ ਵਿਚਾਰੇ ਜਿਉਂਦੇ ਰਹੇ ਹੁਣ, ਅਸੀਂ ਇਕੱਠੇ ਬੈਠੇ ਸੀ ਕਾਫੀ ਹਾਊਸ ਦੇ ਵਿੱਚ। ਇਸੇ ਗੱਲ 'ਤੇ ਚਰਚਾ ਹੋਈ ਸਾਡੀ, ਅਸੀਂ ਕਿਹਾ ਅਸੀਂ ਸਾਰੀ ਉਮਰ ਜਦੋਂ ਪੰਜਾਬੀ ਬੋਲਾਂਗੇ ਸ਼ੁੱਧ ਪੰਜਾਬੀ ਬੋਲਾਂਗੇ, ਜਦੋਂ ਲਿਖਾਂਗੇ ਸ਼ੁੱਧ ਪੰਜਾਬੀ ਲਿਖਾਂਗੇ। ਮੈਂ ਉੱਥੋਂ ਪੰਜਾਬੀ ਦੀ MA ਵੀ ਕੀਤੀ, ਹਿੰਦੀ ਦੀ ਮਾਸਟਰ ਕੀਤੀ, ਪਰਸ਼ੀਅਨ ਦਾ ਡਿਪਲੋਮਾ ਵੀ ਕੀਤਾ, ਪਰ ਜਦੋਂ ਮੈਂ ਕਿਸੇ ਭਾਸ਼ਾ ਵਿੱਚ ਗੱਲ ਕਰਦਾ ਨਾ, ਜਿਹੜੀ ਭਾਸ਼ਾ ਵਿੱਚ ਕਰਦਾ ਮੈਂ ਉਸੇ ਭਾਸ਼ਾ ਵਿੱਚ ਗੱਲ ਕਰਦਾ ਹੈਗਾ। ਇੱਥੇ ਅੱਜ ਅਸੀਂ ਦੇਖੋ ਇਸੇ ਨੂੰ ਲੈ ਕੇ ਚਿੰਤਿਤ ਹੋਏ ਹਾਂ। ਸਭ ਤੋਂ ਪਹਿਲਾਂ ਸਾਨੂੰ ਸ਼ੁੱਧ ਪੰਜਾਬੀ ਜਦੋਂ ਪੜ੍ਹਦੇ ਹਾਂ ਅਸੀਂ ਬਾਬਾ ਫਰੀਦ ਤੋਂ ਤੋਰਦੇ ਹਾਂ। ਬਾਬਾ ਫਰੀਦ ਲਹਿੰਦੀ ਪੰਜਾਬੀ ਲਿਖਦੇ ਆ, ਪਰ ਉਹਨਾਂ ਦੀ ਪੰਜਾਬੀ ਕਿੰਨੀ ਪਿਆਰੀ ਅਤੇ ਸਾਫ਼ ਸੁਥਰੀ ਹੈ। ਲਹਿੰਦੇ ਪੰਜਾਬੀ ਦੇ ਬੁੱਲੇ ਸ਼ਾਹ,
ਵਾਰਿਸ ਸ਼ਾਹ, ਸ਼ਾਹ ਹੁਸੈਨ ਅਤੇ ਹੋਰ ਕਿੰਨੇ ਕਵੀ ਨੇ ਜਿਹਨਾਂ ਨੂੰ ਅਸੀਂ ਠੇਠ ਪੰਜਾਬੀ 'ਚ ਗੱਲ ਕਰਦੇ ਦਿਖਦੇ ਹਾਂ, ਭਾਵੇਂ ਉਹਨਾਂ ਦੀ ਲਿਪੀ ਉਸ ਵੇਲੇ ਸ਼ਾਹਮੁਖੀ ਸੀ। ਪਰ ਸਮੇਂ ਦੇ ਗੇੜ ਨਾਲ ਗੱਲ ਕਰਦੇ ਹਾਂ ਕੀ ਹੁੰਦਾ ਕਿ ਬਦਲਦੀ ਜਾਂਦੀ ਹੈ, ਕੁਛ ਉੱਥੇ ਪੋਲੀਟੀਕਲੀ ਸਿਸਟਮ ਅਤੇ ਕੁਛ ਯੂਨੀਵਰਸਿਟੀਆਂ ਵਿੱਚ ਇਹ ਪ੍ਰਭਾਵ ਪਾਇਆ ਜਾਣ ਲੱਗਿਆ ਕਿ ਨਹੀਂ, ਪੰਜਾਬੀ ਦੇ ਨਾਲੋਂ ਹਿੰਦੀ ਜਾਂ ਸੰਸਕ੍ਰਿਤ ਜਿਹੜੀ ਉਹਦੇ 'ਚ ਪਾਇਆ ਜਾਵੇ ਤਾਂ ਲਿਖ ਦਿੱਤੀ ਜਾਵੇ ਤਾਂ ਹੀ ਸਾਨੂੰ ਅੱਗੇ ਅਸੀਂ ਵਧੀਆ ਨੌਕਰੀਆਂ ਲੈ ਸਕਦੇ ਹਾਂ, ਵਧੀਆ ਨੰਬਰ ਲੈ ਸਕਦੇ ਹਾਂ। ਦੋਸਤੋ, ਅੱਜ ਅਸੀਂ ਸਾਰੇ ਇੱਥੇ ਦੇਖ ਰਹੇ ਹਾਂ ਮੌਜੂਦਾ ਹਾਲਾਤਾਂ ਦੇ ਵਿੱਚ ਕਿ ਪੰਜਾਬੀ ਭਾਵੇਂ ਅਸੀਂ ਕਿੰਨਾ ਵੀ ਮੋਹ ਕਰਦੇ ਹੋਏ ਕਿ ਇਸ ਨੂੰ ਤਰੱਕੀਆਂ ਵੱਲ ਲੈ ਕੇ ਜਾਣਾ, ਮੈਂ ਸਾਲ 2008 ਤੋਂ ਸਟਾਕਟਨ ਦੇ ਵਿੱਚ ਸਹਿਤ ਸਭਾ ਦਾ ਦੀ ਅਗਵਾਈ ਕਰ ਰਹੇ ਹਾਂ, ਪ੍ਰਧਾਨ ਵੀ ਹਾਂ, ਅਤੇ ਅਸੀਂ ਜ਼ੋਰ ਸ਼ੋਰ ਨਾਲ ਕੋਸ਼ਿਸ਼ ਕਰਦੇ ਹਾਂ ਕਿ ਕਦੇ ਕਾਨਫਰੰਸ ਕਰਕੇ ਕਦੇ ਮੀਟਿੰਗ ਕਰਕੇ ਪੰਜਾਬੀ ਲਿਖਣ ਵਾਲਿਆਂ ਨੂੰ ਬੋਲਣ ਵਾਲਿਆਂ ਉੱਥੇ ਇਕੱਠਾ ਕੀਤਾ ਜਾਵੇ ਅਤੇ ਪੰਜਾਬੀ ਦੀ ਗੱਲਬਾਤ ਕੀਤੀ ਜਾਵੇ। ਪਰ ਸਮੇਂ ਦੇ ਵਿੱਚ ਜੋ ਇੱਥੇ ਬਦਲ ਰਿਹਾ, ਕਹਿੰਦੇ ਜਿਸ ਭਾਸ਼ਾ ਦੇ ਵਿੱਚ ਰੋਟੀ ਖਾਣ ਨੂੰ ਮਿਲਦੀ ਹੈ ਇਨਸਾਨ ਉਹੀ ਭਾਸ਼ਾ ਬੋਲਦਾ ਹੈ। ਅਸੀਂ ਉੱਥੇ ਵੀ ਪੰਜਾਬੀ, ਮੈਂ ਹੁਣੇ ਉੱਥੋਂ ਆਇਆ ਪੰਜਾਬ ਦੇ ਵਿੱਚੋਂ, ਇੱਕ ਮਹੀਨਾ ਵੀ ਨਹੀਂ ਹੋਇਆ, ਮੈਂ ਉੱਥੇ ਬਹੁਤ ਚੀਜ਼ਾਂ ਨੋਟ ਕੀਤੀਆਂ। ਇੱਕਦਮ ਉੱਥੇ ਇਹ ਨੋਟ ਕੀਤਾ ਪੰਜਾਬੀ ਦੇ ਬਾਰੇ ਕਿ ਜਿਹੜੀ ਸ਼ਹਿਰੀ ਜਿਹੜੀ ਆਬਾਦੀ ਹੈ ਜਿਹਦੀ ਉਮਰ 30 ਸਾਲ ਤੋਂ ਛੋਟੀ ਹੈ ਉਹ ਪੰਜਾਬੀ ਨੂੰ ਬੋਲਣਾ ਨਹੀਂ ਚਾਹੁੰਦੀ ਹੈਗੀ, ਉਹ ਹਿੰਦੀ ਬੋਲਦੇ ਆ ਜਾਂ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਆ। ਮੈਂ ਪਿੰਡਾਂ ਵਿੱਚ ਦੇਖਿਆ, ਆਪਣੇ ਪਿੰਡਾਂ ਵਿੱਚ ਜਾ ਕੇ ਨਿਕਲੇ ਪਿੰਡ ਸੀ, ਜਿਹੜੇ ਨਵੇਂ ਬੱਚੇ ਸਕੂਲਾਂ ਵਿੱਚ ਜਾਂਦੇ ਆ ਹੁਣ ਉਹ ਨਿਕਟਾਈ ਅਤੇ ਉਹ ਪੂਰੀ ਵਰਦੀ ਸਕੂਲ ਦੀ ਪਾ ਕੇ ਜਾਂਦੇ ਆ ਅਤੇ ਬੋਲਦੇ ਹਿੰਦੀ ਨੇ, ਉਹ ਸਕੂਲਾਂ ਵਿੱਚ ਉਹਨਾਂ 'ਚ ਹਿੰਦੀ ਪੜ੍ਹਾਈ ਚੱਲ ਰਹੀ ਹੈ। ਇਹੋ ਜਿਹੇ ਹਾਲਾਤਾਂ ਵਿੱਚ ਨਿਕਲ ਰਹੇ ਹਾਂ ਪੰਜਾਬੀ। ਮੈਨੂੰ ਉਹ ਲੱਗਦਾ ਜਿਸ ਨੂੰ ਕਦੇ ਅਸੀਂ ਆਪਣੀ ਮਾਂ ਬੋਲੀ ਕਹਿੰਦੇ ਸੀ, ਮਦਰ ਟੰਗ ਕਹਿੰਦੇ ਸੀ, ਅੱਜ ਉਹ ਮਦਰ ਟੰਗ ਨਹੀਂ, ਇਹਨਾਂ ਮੁਲਕਾਂ 'ਚ ਦੇਖ ਲਓ ਗ੍ਰੈਂਡ ਮਦਰ ਟੰਗ ਹੁੰਦੀ ਜਾ ਰਹੀ ਹੈ। ਜੋ ਉੱਥੇ ਦੇ ਬਜ਼ੁਰਗ ਪੀੜ੍ਹੀ ਦੇ ਸਾਡੇ ਹਾਣਦੇ ਨੇ ਉਹਨਾਂ, ਉਹ ਪੰਜਾਬੀ ਅਤੇ ਹਿੰਦੀ ਰਲਮੀ ਬੋਲ ਰਹੇ ਆ, ਸ਼ੁੱਧ ਪੰਜਾਬੀ ਨਹੀਂ ਬੋਲਦੇ। ਮੈਂ ਉਹਨੂੰ ਕੁਐਸਚਨ ਕੀਤੇ, ਕਹਿਣ ਮੈਂ ਕਿਹਾ ਕਿਉਂ ਬੋਲਦੇ ਤੁਸੀਂ, ਕਹਿੰਦੇ ਜੀ ਇੱਥੇ ਜਿਹੜੇ ਨਵੇਂ ਬੰਦੇ ਆ ਰਹੇ ਆ ਨਾ ਯੂਪੀ ਵਗੈਰਾ ਤੋਂ ਉੱਥੇ ਨੌਕਰੀਆਂ ਕਰਨ ਲਈ, ਉਹਨਾਂ ਨੂੰ ਤਾਂ ਸਮਝ ਨਹੀਂ ਆਉਂਦੀ ਸਾਡੀ ਪੰਜਾਬੀ, ਉਹਨਾਂ ਪੰਜਾਬੀ ਇੱਕ ਸੈਂਟੈਂਸ ਦੇ ਵਿੱਚ ਦੋ ਸ਼ਬਦ ਪੰਜਾਬੀ ਦੇ ਹੋਣਗੇ, ਦੋ ਹਿੰਦੀ ਦੇ ਹੋਣਗੇ, ਦੋ ਕਿਸੇ ਹੋਰ ਭਾਸ਼ਾ ਬੋਲ ਦਿੰਦੇ ਆ। ਇਸ ਲਈ ਪੰਜਾਬੀ ਨੂੰ ਭਾਵੇਂ ਅਸੀਂ ਦਿਲੋਂ ਕਿੰਨਾ ਪਿਆਰ ਕਰ ਰਹੇ ਹਾਂ, ਇਹ ਨਿਗਾਰ ਵੱਲ ਜਾ ਹੀ ਰਹੀ ਹੈ। ਦੂਸਰੀ, ਸਾਡੇ ਇੱਥੇ ਜੋ ਅੱਜ ਕੱਲ੍ਹ ਬੱਚੇ ਇੱਥੋਂ ਦੇ ਨੇ ਨਾ, ਕਈ ਵਾਰ ਇੱਕ ਕੁਐਸਚਨ ਕਹਿੰਦੇ ਵੀ ਕੋਈ ਵੀ ਲਿਪੀ ਹੋਵੇ ਪੰਜਾਬੀ ਭਾਸ਼ਾ ਮਰੇਗੀ ਨਹੀਂ, ਜਦੋਂ ਕਿਸੇ ਬੋਲੀ ਦੀ ਲਿਪੀ ਬਦਲ ਜਾਏਗੀ ਉਸ ਨੂੰ ਮਰਨ ਨੂੰ ਕੋਈ ਨਹੀਂ ਰੋਕ ਸਕਦਾ। ਜੇ ਅਸੀਂ ਪੰਜਾਬੀ ਨੂੰ ਰੋਮਨ ਦੇ ਵਿੱਚ ਲਿਖਣਾ ਸ਼ੁਰੂ ਕਰਾਂਗੇ, ਜੋ ਅੱਜ ਕੱਲ੍ਹ ਸਿਸਟਮ ਚੱਲ ਰਿਹਾ ਇੱਥੇ ਫੋਨਸ ਦੇ ਵਿੱਚ, ਪੰਜਾਬੀ ਕਦੇ ਨਹੀਂ ਬਚੇਗੀ। ਪੰਜਾਬ ਰੋਮਨ ਦੇ ਵਿੱਚ ਕੋਈ ਵੀ ਸ਼ਬਦ ਤੁਸੀਂ ਲਿਖ ਕੇ ਦੇਖ ਲਓ, ਕਿਸੇ ਅੰਗਰੇਜ਼ੀ ਬੱਚੇ ਨੂੰ ਪੜ੍ਹਾ ਦਿਓ ਉਹ ਪੰਜਾਬੀ ਸ਼ਬਦ ਹੀ ਉਚਾਰਨ ਕਰੇਗਾ, ਅੰਗਰੇਜ਼ੀ ਦਾ ਸ਼ਬਦ ਉਚਾਰਨ ਕਰੇਗਾ। ਉਹਨੇ ਸਾਡੇ ਦੂਸਰੇ ਹਰ ਲਿਪੀ ਦਾ ਜਿਹੜਾ ਦੂਸਰਾ ਅੱਖਰ ਹੈ ਉਹ ਕਦੇ ਵੀ ਉਹ ਕਰ ਹੀ ਨਹੀਂ ਸਕਦੇ, ਅਤੇ ਕਿਵੇਂ ਅਸੀਂ ਕਹਾਂਗੇ ਕਿ ਸਾਡੀ ਮਾਂ ਬੋਲੀ ਅਸੀਂ ਬਚਾ ਲਵਾਂਗੇ। ਸਾਡੇ ਤਾਂ ਹਿੰਮਤ ਨੇ, ਅਸੀਂ ਹਿੰਮਤ ਕਰ ਰਹੇ ਹਾਂ ਕਿ ਪੰਜਾਬੀ ਨੂੰ ਬਚਾਇਆ ਜਾਵੇ ਜਿੰਨਾ ਕੁ ਅਸੀਂ ਕਰ ਸਕਦੇ ਹਾਂ। ਪਰ ਸਾਨੂੰ ਇਹ ਪਤਾ ਸਾਡੇ ਜਿਹੜੇ ਗ੍ਰੈਂਡ ਬੱਚੇ ਨੇ, ਗ੍ਰੈਂਡ ਕਿਡਸ ਨੇ ਸਾਡੇ, ਉਹ ਮੇਰੇ ਪੋਤੇ, ਦੋਤੇ, ਦੋਤੀਆਂ, ਪੋਤੀਆਂ, ਉਹ ਪੰਜਾਬੀ ਸਾਡੀ ਬੋਲੀ ਵੀ ਸਮਝ ਤਾਂ ਲੈਂਦੇ ਆ, ਪਰ ਜਦੋਂ ਉਹਨਾਂ ਦੀ ਵਾਰੀ ਉਹ ਲਿਖਣਗੇ ਨਹੀਂ, ਉਹ ਲਿਖਦੇ ਨਹੀਂ, ਕਿਉਂਕਿ ਉਹਨਾਂ ਨੂੰ ਸਕੂਲ ਦੇ ਵਿੱਚ, ਉਹਨਾਂ ਦੇ ਸੋਸ਼ਲ ਲਾਈਫ ਦੇ ਵਿੱਚ ਹਮੇਸ਼ਾ ਪੰਜਾਬੀ, ਹਮੇਸ਼ਾ ਅੰਗਰੇਜ਼ੀ ਹੀ ਕੰਮ ਆਉਂਦੀ ਹੈ। ਮੈਂ ਕਈ ਵਾਰ ਉਹਨੂੰ ਪੁੱਛਿਆ ਵੀ ਕਿਉਂ ਨਹੀਂ, ਆਪਣੇ ਬੇਟਿਆਂ ਨੂੰ ਪੁੱਛਿਆ ਵੀ ਕਿਉਂ ਨਹੀਂ ਸਿਖਾਉਂਦੇ, ਕਹਿੰਦੇ ਸਾਨੂੰ ਕਦੇ ਲੋੜ ਹੀ ਨਹੀਂ ਪੈਂਦੀ ਇਹਦੀ,
ਤੁਸੀਂ ਕਹਿੰਦੇ ਆਪਣਾ ਸਿਰਫ ਲਿਖੀ ਜਾਓ, ਠੀਕ ਹੈ ਤੁਹਾਡੀ ਤਕਸੀਮਤ ਹੈ, ਅਤੇ ਮੈਂ ਦੇਖਦਾ ਅੱਜ ਸਹਿ ਸੁਭਾਵਾਂ ਦੇ ਵਿੱਚ ਵੀ ਅਸੀਂ ਦੇਖ ਲਓ ਆਪਾਂ ਇੱਥੇ 100 ਦੇ ਲਗਭਗ ਇਨਸਾਨ ਬੈਠਾ ਵਿਅਕਤੀ ਸੱਜਣ ਬੈਠਾ, ਕਿੰਨੇ ਬੱਚੇ ਨੇ ਜਿਹੜੇ 30 ਸਾਲ ਤੋਂ ਬੱਚੇ ਛੋਟੇ ਹੋਣਗੇ, ਕਿੰਨੇ ਹੋਣਗੇ, ਕੋਈ ਦਿੰਦਾ ਚਲਾ ਰਿਹਾ, ਸਾਡੇ ਕੋਈ ਖਾਸ ਪੀੜ੍ਹੀ ਨਾਲ ਅਸੀਂ ਇਹ ਮਿਹਰਬਾਨੀ ਜੀ ਕਹਿ ਗਏ ਹਾਂ, ਅਸੀਂ ਉਮੀਦ ਰੱਖ ਸਕਦੇ ਹਾਂ ਤੁਹਾਡੇ ਤੋਂ ਕਿ ਸ਼ਾਇਦ ਪੰਜਾਬੀ ਲਈ ਕੁਛ ਕਰ ਲਿਓਗੇ, ਜੇ 100 ਦੇ ਵਿੱਚ 1-2% ਲੱਗਦੇ ਮੈਨੂੰ ਫਿਰ ਉਹ ਨਾ ਜੀ। ਉਹਨਾਂ ਨੇ ਮੈਨੂੰ ਕਿਹਾ ਸੀ ਵੀ ਜੇ ਤੁਸੀਂ ਇੱਥੇ ਆਉਣਾ, ਮੈਂ ਕਿਹਾ ਵੀ ਤੁਸੀਂ ਕਵਿਤਾ ਨਹੀਂ ਲਿਖਦੇ, ਕਹਾਣੀ ਜ਼ਰੂਰ ਸੁਣਾਉਣੀ ਹੈ ਨਿੱਕੀ, ਅਤੇ ਪੰਜਾਬੀ ਲਈ ਸਾਨੂੰ ਫਿਰ ਵੀ ਯਤਨ ਕਰਦੇ ਰਹਿਣਾ ਚਾਹੀਦਾ ਜਿੰਨੇ ਕੁ ਅਸੀਂ ਕਰ ਸਕਦੇ ਹਾਂ, ਪਰ ਉਮੀਦ ਘੱਟ ਹੀ ਲੱਗਦੀ ਇਹਨਾਂ ਮੁਲਕਾਂ ਜਾ ਕੇ, ਭਾਵੇਂ ਅਸੀਂ ਜਿਹੜੀ ਬਜ਼ੁਰਗ ਪੀੜ੍ਹੀ ਇੱਥੇ ਆ ਰਹੀ ਹੈ ਉਹ ਪੰਜਾਬੀ ਬੋਲਦੀ ਆ, ਪਰ ਪੰਜਾਬੀ ਨੂੰ ਜਿੰਨੀ ਦੇਰ ਅਸੀਂ ਲਿਖਣ ਦੇ ਵਿੱਚ ਨਹੀਂ ਲੱਗ ਜਾਵਾਂਗੇ, ਰੋਮ ਦੀ ਥਾਂ ਕਿ ਗੁਰਮੁਖੀ ਨਹੀਂ ਲਿਖਾਂਗੇ, ਇਹ ਨਹੀਂ ਬਚੇਗੀ। ਬਹੁਤ ਬਹੁਤ ਮਿਹਰਬਾਨੀ ਸਰਦਾਰ ਪੰਦੇਰ ਜੀ, ਤੁਸੀਂ ਬਹੁਤ ਵਧੀਆ ਆਪਣੇ ਵਿਚਾਰ ਰੱਖੇ ਆ, ਅਤੇ ਇਸ ਸੈਸ਼ਨ ਦੇ ਜਿਹੜੇ ਹੁਣ ਸਾਡੇ ਪ੍ਰਧਾਨਗੀ ਮੰਡਲ ਦੇ ਵਿੱਚ ਬੈਠੇ ਸੁਸ਼ੋਭਿਤ ਦਿਲ ਨਿੱਜਰ ਜੀ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਸਟੇਜ 'ਤੇ ਆਉਣ, ਅਤੇ ਅੱਜ ਦੀ ਕਾਨਫਰੰਸ ਬਾਰੇ ਵੀ ਅਤੇ ਪੰਜਾਬੀ ਮਾਂ ਬੋਲੀ ਬਾਰੇ ਵੀ ਸਾਡੇ ਨਾਲ ਆਪਣੇ ਸ਼ਬਦ ਸਾਂਝੇ ਕਰਨ। ਦਿਲ ਨਿੱਜਰ ਜੀ, ਜ਼ੋਰਦਾਰ ਤਾੜੀਆਂ ਜੀ। ਸ਼ੁਕਰੀਆ ਰੰਧਾਵਾ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਜਿਹੜੀ ਸਾਰੀ ਕਮੇਟੀ, ਸਾਡੇ ਜਿਹੜੇ ਮੈਂਬਰ ਪੰਜਾਬੀ ਸਾਹਿਤ ਸਭਾ ਦੇ, ਅਤੇ ਨਾਲ ਜਿਹੜੀਆਂ ਹੋਰ ਸਾਰੀਆਂ ਔਰਗੇਨਾਈਜੇਸ਼ਨ ਜਿਹੜੀਆਂ ਸਾਡੇ ਸਾਨੂੰ ਜਿਨ੍ਹਾਂ ਨੇ ਸਪੋਰਟ ਕੀਤੀ, ਤੁਸੀਂ ਸਾਰੇ ਇੱਥੇ ਆਏ, ਤੁਹਾਡਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਗੱਲ ਹੋ ਰਹੀ ਪੰਜਾਬੀ ਮਾਂ ਬੋਲੀ ਦੀ, ਕਹਿੰਦਾ ਲਹੂ ਨਾਲ ਲੱਥ ਪੱਥ ਸ਼ਬਦਾਂ ਦੀ ਲਾਸ਼ ਹੈ, ਜ਼ਖਮਾਂ ਦਾ ਹਰਫਾਂ ਨੂੰ ਬੜਾ ਅਹਿਸਾਸ ਹੈ, ਮਿੱਝਿਆ ਹੋਇਆ ਬਦਨ ਹਰ ਇੱਕ ਬਾਗ ਦਾ, ਲੀਰੋ ਲੀਰ ਹੋਇਆ ਮਾਂ ਬੋਲੀ ਦਾ ਲਿਬਾਸ ਹੈ। ਇਹ ਬੋਲੀ ਜਿਹੜੀ ਨਾਥਾਂ ਜੋਗੀਆਂ ਗੁਰੂਆਂ ਪੀਰਾਂ ਫਕੀਰਾਂ ਦੇ ਹੱਥਾਂ ਵਿੱਚ ਜੰਮੀ ਪਲੀ, ਅਤੇ ਸੂਫੀਆਂ ਤੋਂ ਬਾਅਦ ਫਿਰ ਕਿੱਸਾ ਕਾਵਿ ਬੁੱਲੇ ਸ਼ਾਹ ਹਾਸ਼ਮ ਪੀਲੂ ਵਰਗਿਆਂ ਦੇ ਨਾਲ ਪੰਜਾਬ ਦੇ ਖੁੱਲ੍ਹੇ ਮੈਦਾਨਾਂ ਵਿੱਚ, ਹਰਿਆਲੀ ਵਿੱਚ, ਪੰਜਾਂ ਦਰਿਆਵਾਂ ਵਿੱਚ ਤਰਦੀ ਖੇਡਦੀ ਜਵਾਨ ਹੋਈ, ਅਤੇ ਜਦੋਂ ਫਿਰ ਗਾਂਹ ਸਾਡੇ ਰੋਮਾਂਸਵਾਦੀ ਕਵੀਆਂ ਨੇ ਇਹਨੂੰ ਪਿਆਰ ਦੇ ਵਿੱਚ ਢਾਲ ਕੇ, ਪ੍ਰੋਫੈਸਰ ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਗੁਰਬਾਜ ਸਿੰਘ ਪੀਰਲੜੀ ਵਰਗੇ ਜਾਂ ਸਾਡੇ ਕਹਾਣੀਕਾਰ ਉਦੋਂ ਬਾਅਦ ਜਿਹੜੇ ਆਏ ਆ, ਉਹਨਾਂ ਨੇ ਇਸ ਬੋਲੀ ਨੂੰ ਇੰਨੇ ਉੱਚੇ ਮੁਕਾਮ 'ਤੇ ਲਿਜਾ ਕੇ ਰੱਖਿਆ, ਅਤੇ ਅੱਜ ਕੀ ਹੋ ਗਿਆ? ਮੇਰਾ ਪ੍ਰਸ਼ਨ ਇਹ ਆ, ਮੇਰੇ ਮਨ ਦੇ ਵਿੱਚ ਇਹ, ਮੇਰੇ ਜ਼ਿਹਨ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਅੱਜ ਕੀ ਹੋ ਗਿਆ, ਸਾਡੀ ਮਾਂ ਬੋਲੀ ਪੰਜਾਬੀ ਜਾਂ ਸਾਡੀ ਪੰਜਾਬੀ ਬੋਲੀ ਦੇ ਹਾਲਾਤ ਇੰਨੇ ਨਿੱਗਰ ਗਏ ਆ, ਕਿ ਉਹਦੇ ਵਿੱਚ ਅਸੀਂ ਵੈਸਟਰਨ ਕਲਚਰ ਨੂੰ ਦੋਸ਼ ਦੇ ਦਈਏ ਕਿ ਠੀਕ ਆ ਜੀ ਸਾਡਾ ਵੈਸਟਰਨ ਕਲਚਰ ਜਿਹੜਾ ਉਹਦਾ ਪ੍ਰਭਾਵ ਹੋ ਗਿਆ, ਸਾਡੀ ਪੰਜਾਬ ਬੋਲੀ, ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਉਹਦੇ ਵਿੱਚ ਨਿਗਾਰ ਆ ਗਿਆ। ਪਰ ਮੈਂ ਇਸ ਗੱਲ ਨਾਲ ਬੜਾ ਸਹਿਮਤ ਨਹੀਂ ਗਾ, ਕਿਉਂਕਿ ਨਿਗਾਰ ਸਾਡੇ ਆਪਣੇ ਵਿੱਚ ਪਹਿਲਾਂ ਆਇਆ ਅਤੇ ਬੋਲੀ ਦੇ ਵਿੱਚ ਫਿਰ ਆਉਣ ਲੱਗਾ। ਬੋਲੀ ਦੀ ਸ਼ਬਦਾਵਲੀ, ਬੋਲੀ ਦੇ ਸ਼ਬਦ, ਸੁਰਜੀਤ ਪਾਤਰ ਜੀ ਦੀ ਗੱਲ ਹੋਈ ਆ, ਪਾਤਰ ਜੀ ਨੇ ਪਿੱਛੇ ਜੇ ਬੜੀ ਵੱਡੀ ਕਵਿਤਾ ਲਿਖੀ ਜਿਹਦੇ ਕਿ ਜਿਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਨਹੀਂ ਜਿਹੜੇ ਪੁਰਾਣੇ ਸ਼ਬਦ ਜਿਹੜੇ ਅਸੀਂ ਭੁੱਲੀ ਜਾ ਰਹੇ ਹਾਂ ਉਹਨਾਂ ਨੂੰ ਕੋਡ ਕੀਤਾ ਉਹਨਾਂ ਨੇ, ਘੱਟੋ ਘੱਟ ਉਹ 2-3 ਪੇਜ ਦੀ ਕਵਿਤਾ ਹੈ ਉਹ। ਸੇ ਨਿਗਾਰ ਸਾਡੇ ਵਿੱਚ ਹੀ ਆ ਰਿਹਾ। ਮੈਨੂੰ ਇਹ ਲੱਗਦਾ ਜਦੋਂ 78 ਦੇ ਨੇੜੇ ਬਾਹਰਲੇ ਮੁਲਕਾਂ ਦਾ ਦੌਰ ਚੱਲਿਆ ਅਤੇ ਉਦੋਂ ਬਾਪੂ ਸਿਰ ਦੇ ਉੱਤੇ ਡੱਬੀ ਵਾਲਾ ਪਰਨਾ ਬੰਨੀ, ਸਾਈਕਲ ਦੇ ਗੇੜੇ ਤੇਜ਼ੀ ਤੇਜ਼ੀ ਦੇ ਕੇ ਆਪਣੇ ਬੱਚਿਆਂ ਨੂੰ ਜਦੋਂ ਮਾਡਲ ਸਕੂਲਾਂ ਵਿੱਚ ਲਿਜਾਂਦਾ ਸੀ ਕਿ ਮੇਰਾ ਬੱਚਾ ਕਿਤੇ ਇੰਗਲਿਸ਼ ਕਰਕੇ ਬਾਹਰ ਜਾਣ ਤੋਂ ਨਾ ਰਹਿ ਜਾਵੇ, ਉਸ ਵੇਲੇ ਜਿਹੜਾ ਅਸੀਂ ਬੱਚਿਆਂ ਨੂੰ, ਇੱਕ ਪਿੰਡ ਦੇ ਸਕੂਲ ਦੇ ਬੱਚੇ ਅਤੇ ਇੱਕ ਜਿਹੜੇ ਮਾਡਲ ਸਕੂਲਾਂ ਦੇ ਬੱਚੇ, ਉਹਨਾਂ ਨੂੰ ਅਸੀਂ ਮਾਨਸਿਕ ਤੌਰ 'ਤੇ ਵੱਖਰੇ ਕਰ ਦਿੱਤਾ। ਜਦੋਂ ਮਾਡਲ ਸਕੂਲ ਦੇ ਬੱਚੇ ਪੜ੍ਹ ਕੇ ਆਉਂਦੇ ਸੀ,
ਉਹ ਆ ਕੇ ਆਪਣਾ ਹੋਮਵਰਕ ਕਰਦੇ ਸੀ, ਜਦਕਿ ਪ੍ਰਾਇਮਰੀ ਸਕੂਲ ਦੇ ਬੱਚੇ ਉਹ ਆ ਕੇ ਬਾਹਰ ਮਿੱਟੀ ਦੇ ਵਿੱਚ ਖੇਡਦੇ ਸੀ। ਉਹ ਜਿਹੜਾ ਇੱਕ ਮਾਨਸਿਕ ਜਿਹੜਾ ਪਾੜਾ ਸੀਗਾ ਉਹ ਅੱਜ ਇੰਨਾ ਵੱਧ ਗਿਆ ਕਿ ਜਿਹੜੀ ਸਾਡੇ ਤੋਂ ਪੀੜ੍ਹੀ ਬਾਅਦ ਆਈ ਆ, ਮੈਨੂੰ ਵੀ ਮੇਰੇ ਘਰਦਿਆਂ ਨੇ, ਸਾਡੇ ਡੈਡੀ ਆਰਮੀ ਸੀਗੇ, ਉਹਨੇ ਸੈਂਟਰ ਸਕੂਲ ਆਲਮਪੁਰ ਪੜ੍ਹਨ ਪਾਇਆ। ਇੱਕ ਹੋਰ ਸਾਡੇ ਨਾਲ ਸਾਡੇ ਪਿੰਡ ਦਾ ਮੁੰਡਾ ਸੀ, ਸਾਡੇ ਬਾਬਾ ਜੀ ਬਬਰਾਂ ਜੀ ਵੀ ਰਹੇ ਆ, ਉਹ ਢਾਡੀ ਸੀ, ਕਿਤੇ 15-20 ਦਿਨ ਮਹੀਨੇ ਬਾਅਦ ਮੁੜਦੇ ਸੀ। ਉਹ ਜਦੋਂ ਵਾਪਸ ਆਏ ਉਹ ਕਹਿੰਦੇ ਵੀ ਨਿਆਣੇ ਸਾਰੇ ਪੜ੍ਹ ਕੇ ਆ ਗਏ, ਵੀ ਦਲਵੀਰ ਕਿਉਂ ਨਹੀਂ ਆਇਆ। ਸਾਡੀ ਮਾਤਾ ਜੀ ਦੱਸਦੇ, ਉਹ ਕਹਿੰਦੇ ਵੀ ਉਹ ਤਾਂ ਸੈਂਟਰ ਸਕੂਲੇ ਪੜ੍ਹਨ ਗਿਆ ਆ ਆਲਮਪੁਰ। ਉਹਨੇ ਸਾਈਕਲ ਚੱਕਿਆ, 3 ਕਿਲੋਮੀਟਰ ਦੀ ਬਾੜ ਆ ਸਿੱਧਾ ਰਾਹ ਜਿਹੜਾ, ਅਸੀਂ ਰਾਹ ਦੇ ਵਿੱਚ ਮੈਂ ਅਤੇ ਉਹ ਮੁੰਡਾ ਸੀ, ਦੋਨੋਂ ਮਿੱਟੀ 'ਚ ਖੇਡਦੇ ਆਉਂਦੇ ਸੀ ਜਿੱਦਾਂ ਨਿਆਣੇ ਆਉਂਦੇ ਆ, 5ਵੀਂ ਦੀ ਗੱਲ ਹੋਣੀ ਆ। ਉਹਨੇ ਸਾਨੂੰ ਦੋਨਾਂ ਨੂੰ ਬਿਠਾਇਆ, ਉਹਨਾਂ ਦੇ ਘਰ ਗਏ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਉਹਨਾਂ ਨੂੰ ਕਹਿੰਦੇ ਵੀ ਜੇ ਤੁਸੀਂ ਆਪਣਾ ਮੁੰਡਾ ਸੈਂਟਰ ਸਕੂਲੇ ਪੜ੍ਹਾਉਣਾ ਤਾਂ ਤੁਸੀਂ ਆਪਣਾ ਪ੍ਰਬੰਧ ਕਰ ਲਓ, ਕੱਲ੍ਹ ਤੋਂ ਸਾਡੇ ਮੁੰਡੇ ਨੇ ਸੈਂਟਰ ਸਕੂਲੇ ਨਹੀਂ ਪੜ੍ਹਨ ਜਾਣਾ। ਇਹ ਪਤਾ ਨਹੀਂ ਚੰਗੀ ਗੱਲ ਹੋਈ ਜਾਂ ਮਾੜੀ ਗੱਲ ਹੋਈ, ਇਹ ਉਹਨਾਂ ਦੀ ਸੋਚ ਸੀ, ਬਜ਼ੁਰਗਾਂ ਦੀ ਸੋਚ ਸੀਗੀ। ਸੋ ਮੈਨੂੰ ਲੱਗਦਾ 80 ਦਹਾਕੇ ਤੋਂ ਜਦੋਂ ਅਸੀਂ ਤੁਰੇ ਹਾਂ, ਉਸ ਵੇਲੇ ਜਿਹੜਾ ਸਾਡੇ ਇੰਗਲਿਸ਼ ਸਕੂਲ, ਬਾਲ ਫੁਲਵਾੜੀ ਸਕੂਲ, ਮਾਡਲ ਸਕੂਲਾਂ ਨੇ ਇੰਨਾ ਪ੍ਰਭਾਵ ਪਾ ਦਿੱਤਾ ਕਿ ਹਰ ਜਿਹੜੀ ਫੈਮਿਲੀ, ਹਰ ਬੱਚਾ ਜਿਹੜਾ ਸੀ ਉਹ ਇਸ ਗੱਲ ਦੇ ਉੱਤੇ, ਇਸ ਗੱਲ ਦੇ ਮਗਰ ਪੈ ਗਿਆ ਕਿ ਇੰਗਲਿਸ਼ ਪੜ੍ਹਾਈ ਜਾਵੇ। ਪਰ ਬੱਚਿਆਂ ਦਾ ਉਹਦੇ ਵਿੱਚ ਕੀ ਕਸੂਰ ਆ? ਕਸੂਰ ਤਾਂ ਸਾਡਾ, ਜਿਹੜੇ ਮਾਪੇ ਚਾਹੁੰਦੇ ਸੀ ਵੀ ਇੰਗਲਿਸ਼ ਪੜ੍ਹਨ ਤਾਂ ਬਾਹਰ ਜਾ ਕੇ ਸੈੱਟ ਹੋਣਗੇ। ਜੇ ਤਾਂ ਬਾਹਰੋਂ ਵੀ ਗੱਲ ਹੁੰਦੀ ਸੀ ਤਾਂ ਅਸੀਂ ਇਹੀ ਕਹਿੰਦੇ ਸੀ ਵੀ ਛੋਟੇ ਭਰਾ ਨੂੰ ਇੰਗਲਿਸ਼ ਪੜ੍ਹਾ ਦਿਓ, ਉਹਨੂੰ ਕੋਈ ਇੰਗਲਿਸ਼ ਪੜ੍ਹ ਲਵੇ ਤਾਂ ਇੰਗਲਿਸ਼ ਬਹੁਤ ਕੰਮ ਆਉਂਦੀ ਆ। ਪਰ ਉਸ ਵੇਲੇ ਸ਼ਾਇਦ ਅਸੀਂ ਆਪਣੇ ਰੁਜ਼ਗਾਰ ਕਰਕੇ ਜਾਂ ਆਪਣੀ ਗਰੀਬੀ ਕਰਕੇ ਇਹ ਭੁੱਲ ਗਏ ਸੀਗੇ ਕਿ ਇਹ ਸਾਰਾ ਕੁਝ ਜੋ ਹੋ ਰਿਹਾ ਇਹ ਐਡਾ ਵੱਡਾ ਪਾੜਾ ਪੈ ਜਾਣਾ ਜਿਹਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਰੁਲ ਜਾਵੇਗੀ, ਔਰ ਰੁਲਦੀ ਆ, ਆਪਾਂ ਦੇਖ ਰਹੇ ਹਾਂ ਇਸ ਵੇਲੇ। ਦੂਜੀ ਗੱਲ, ਸਾਡੇ ਜਿਹੜੇ ਮਾਡਰਨ ਕਵੀ ਆਏ ਆ, ਆਧੁਨਿਕ ਕਵੀ ਆਏ ਆ, ਉਹਨਾਂ ਨੇ ਪੰਜਾਬੀ ਦੇ ਵਿੱਚ ਇਹੋ ਜਿਹਾ ਸਾਹਿਤ ਲਿਖਣਾ ਸ਼ੁਰੂ ਕਰ ਦਿੱਤਾ, ਇਹੋ ਜਿਹੇ ਸਲੈਂਗ, ਇਹੋ ਜਿਹੀ ਲੈਂਗੁਏਜ ਜਾਂ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਸਾਡੇ ਬੱਚਿਆਂ ਨੇ ਛੇਤੀ ਅਡੋਪਟ ਕੀਤੀ। ਉਹ ਜ਼ਿਆਦਾ ਜਿਹੜੇ ਬੱਚੇ ਸੀ, ਜਿਹੜੇ ਰਾਈਟਰ ਬਣੇ, ਕਵੀ ਬਣੇ, ਅਸੀਂ ਉੱਧਰ ਨੂੰ ਤੁਰ ਪਏ। ਲੱਚਰ ਗੀਤਾਂ ਦੀ ਗੱਲ ਵੀ ਆਪਾਂ ਕਰ ਸਕਦੇ ਹਾਂ, ਲੱਚਰ ਕਵਿਤਾਵਾਂ ਦੀ ਗੱਲ ਵੀ ਕਰ ਸਕਦੇ ਹਾਂ, ਲੱਚਰ ਸਾਹਿਤ ਦੀ ਗੱਲ ਵੀ ਕਰ ਸਕਦੇ ਹਾਂ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ, ਤੀਜੀ ਗੱਲ ਮੈਂ ਇਹ ਕਹਾਂ ਕਿ ਬਾਹਰ ਆ ਕੇ ਸਾਡਾ ਜ਼ੋਰ ਜਿਹੜਾ ਉਹ ਧਰਮ ਬਚਾਉਣ ਨੂੰ ਲੱਗ ਗਿਆ। ਇੱਥੇ ਜਿੰਨੇ ਵੀ ਕੈਨੇਡਾ, ਅਮੈਰੀਕਾ ਦੇ ਵਿੱਚ ਜਾਂ ਹੋਰ ਕੰਟਰੀਆਂ ਵਿੱਚ ਆ, ਅਸੀਂ ਇਹ ਤਾਂ ਚਾਹੁੰਦੇ ਹਾਂ ਗੁਰਦੁਆਰਾ ਬਹੁਤ ਵੱਡਾ ਹੋ ਜਾਵੇ, ਪਰ ਕਦੀ ਅੱਜ ਤਾਂ ਅਸੀਂ ਇਹ ਨਹੀਂ ਸੋਚਿਆ ਕਿਸੇ ਯੂਨੀਵਰਸਿਟੀ ਵਿੱਚ ਜਾ ਕੇ ਪੰਜਾਬੀ ਦੀਆਂ ਕਲਾਸਾਂ ਦਾ ਪ੍ਰਬੰਧ ਕਰੀਏ, ਕਿਸੇ ਯੂਨੀਵਰਸਿਟੀ ਵਿੱਚ ਜਾ ਕੇ ਆਪਾਂ ਉਹ ਗੱਲਾਂ ਦੱਸੀਏ ਜਾਂ ਉਹ ਚੇਅਰ ਸਥਾਪਿਤ ਕਰੀਏ ਜਿੱਥੇ ਸਾਡੇ ਬੱਚੇ ਜਾ ਕੇ ਪੰਜਾਬੀ ਦੀ ਤਲੀਮ ਲੈ ਸਕਣ। ਦੂਜੇ ਪਾਸੇ ਅਸੀਂ ਜਦੋਂ ਗੱਲ ਕਰਦੇ ਹਾਂ ਪੰਜਾਬੀ ਦੀ, ਮੈਂ ਇੱਕ ਵਾਰੀ HMB ਕਾਲਜ ਜਲੰਧਰ, ਮੈਨੂੰ ਪੁੱਛਿਆ, ਉਹ ਕਹਿੰਦੇ ਤੁਸੀਂ ਪੰਜਾਬੀ ਦੇ ਹਿੰਦੀ ਦੇ ਜਿਹੜੇ ਬਾਰੇ ਕੀ ਤੁਹਾਡਾ ਵਿਚਾਰ ਆ? ਮੈਂ ਕਿਹਾ ਜੀ ਦੋਨੋਂ ਲਾਗੂ ਹੋਣੀਆਂ ਚਾਹੀਦੀਆਂ, ਪੰਜਾਬੀ ਵੀ ਕੰਪਲਸਰੀ ਕਰੋ, ਹਿੰਦੀ ਵੀ ਕੰਪਲਸਰੀ ਕਰੋ, ਇਹਦੇ ਨਾਲ ਸਾਡੇ ਟੀਚਰ ਵੱਧ ਲੱਗਣਗੇ। ਜੇ ਇੱਕ ਨਿਆਣਾ, ਜੇ ਮੈਂ 10ਵੀਂ ਦੇ ਹਿੰਦੀ ਪੜ੍ਹੀ ਤਾਂ ਮੈਨੂੰ BA ਦੇ ਪੜ੍ਹਦੇ ਨੂੰ ਕੀ ਹੁੰਦਾ, ਹਿੰਦੀ ਪੜ੍ਹ ਸਕਦੇ ਹਾਂ, ਕੋਈ ਗੱਲ ਨਹੀਂ ਹੈਗੀ। ਇੰਗਲਿਸ਼ ਵੀ ਕੰਪਲਸਰੀ ਕਰੋ, ਸਾਡੇ ਜਿਹੜੇ ਬੱਚੇ ਸਾਡੇ ਉੱਤੇ ਭੈਣਾਂ ਭਰਾ ਨੂੰ ਰੁਜ਼ਗਾਰ ਮਿਲੂਗਾ। ਸੋ ਇਹੋ ਜਿਹੀਆਂ ਗੱਲਾਂ, ਅਤੇ ਅਸੀਂ ਕਦੀ ਵੀ ਅੱਜ ਤੀਂ ਸਟੇਟ ਅਸੈਂਬਲੀ ਤੱਕ, ਡਾਕਟਰ ਓਮਕਾਰ ਬਿੰਦਰਾ ਪਹਿਲਾਂ ਰਹੇ ਆ, ਸਾਡੇ ਦੋਸਤ ਹਰਜਿੰਦਰ ਮੱਟੂ ਵੀ ਸਕੂਲ ਦੇ ਵਿੱਚ ਇਨਵੋਲਵ ਰਹੇ ਆ, ਮਨਜੀਤ ਸੇਖੋਂ ਬੈਠੇ ਆ। ਤੁਸੀਂ ਦੇਖੋ ਸਾਡੀ ਤਰਾਸਦੀ ਆ, ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੀਆਂ ਧਰਤੀਆਂ 'ਤੇ ਬੈਠੇ ਅਸੀਂ, ਮਿਲੀਅਨ ਡਾਲਰ ਅਸੀਂ ਲਾਉਂਦੇ ਹਾਂ ਗੁਰਦੁਆਰਿਆਂ ਦੇ ਉੱਪਰ ਜਾਂ ਕਮਿਊਨਿਟੀ ਹਾਲ ਬਣਾਉਣ ਲਈ, ਪਰ ਸਾਨੂੰ ਇਹ ਸੋਚਣਾ ਪੈਣਾ ਜੇ ਅਸੀਂ ਪੰਜਾਬੀ ਨੂੰ ਜਿੰਦਾ ਰੱਖਣਾ ਇਹਨਾਂ ਮੁਲਕਾਂ ਦੇ ਵਿੱਚ, ਸਾਡੇ ਬੱਚੇ ਜੇ ਪੰਜਾਬੀ ਪੜ੍ਹਨ ਤਾਂ ਸਾਨੂੰ ਕਾਲਜਾਂ, ਯੂਨੀਵਰਸਿਟੀਆਂ ਵਿੱਚ ਜਾ ਕੇ ਪੰਜਾਬੀ ਲਾਗੂ ਕਰਾਉਣੀ ਪੈਣੀ ਆ, ਸਾਨੂੰ ਪੰਜਾਬੀ ਉੱਥੇ ਪੜ੍ਹਾਉਣੀ ਪੈਣੀ ਆ। ਬਾਕੀ ਅਸੀਂ ਸਰਕਾਰਾਂ ਦੀ ਗੱਲ ਕਰੀਏ, ਸਰਕਾਰਾਂ ਨੂੰ ਕੀ ਲੋੜ ਆ? ਸਾਡੇ ਦੇਸ਼ ਦੇ ਵਿੱਚ ਤਾਂ ਲੈਂਗੁਏਜ ਇੰਨੀਆਂ ਆ ਕਿ ਕੋਈ ਬੋਲੇ, ਕੋਈ ਨਾ ਬੋਲੇ, ਕੋਈ ਲੜੇ ਨਾ ਬੋਲੇ, ਉਹਨਾਂ ਦੀ ਤਾਂ ਇੱਕ ਬੜਾ ਵਧੀਆ ਮੁੱਦਾ ਹੁੰਦਾ, ਹਿੰਦੀ ਵਾਲੇ ਪੰਜਾਬੀ ਨਾਲ ਲੜਾ ਦਿਓ, ਪੰਜਾਬੀ ਵਾਲੇ ਹਿੰਦੀ ਨਾਲ ਲੜਾ ਦਿਓ, ਅਤੇ ਉੱਧਰ ਗੁਜਰਾਤ ਵਾਲੇ ਲੜਾ ਦਿਓ, ਹਰਿਆਣੇ ਵਾਲੇ, ਉਹਨਾਂ ਲਈ ਤਾਂ ਬਹੁਤ ਸੌਖਾ ਕੰਮ ਆ ਇਹ। ਉਹ ਤਾਂ ਚਾਹੁੰਦੇ ਨਹੀਂ ਗੇ,
ਉਹਨੇ ਤਾਂ ਜਿੰਨਾ ਪੰਜਾਬੀ ਦੇ ਖੇਤਰ ਨੂੰ ਜਾਂ ਪੰਜਾਬੀ ਸੂਬੇ ਨੂੰ ਕੱਟ ਕੱਟ ਕੇ ਜਿੰਨਾ ਛੋਟਾ ਕਰ ਦਿੱਤਾ। ਅਤੇ ਕੋਈ ਵੀ ਸਰਕਾਰ ਹੋਵੇ, ਚਾਹੇ ਅਕਾਲੀਆਂ ਦੀ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਬੀਜੇਪੀ ਦੀ ਹੋਵੇ, ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਕਹਿ ਨਹੀਂ ਸਕਦੇ ਨਵੀਆਂ, ਉਹ ਹਰ ਚਾਹੁੰਦਾ ਪੰਜਾਬੀ ਦਾ ਸੂਬਾ ਜਿੰਨਾ ਵੀ ਛੋਟੇ ਤੋਂ ਛੋਟਾ ਹੋ ਜਾਵੇ, ਕਿਉਂਕਿ ਉਹਨਾਂ ਨੂੰ ਇਹ ਹੀ ਪਤਾ ਆ ਕਿ ਪੰਜਾਬੀ ਆ ਜਿਹੜੇ ਜੁਝਾਰੂ ਆ, ਪੰਜਾਬ ਤੋਂ ਜਦੋਂ ਲਹਿਰ ਉੱਠਦੀ ਹੈ ਇਨਕਲਾਬ ਦੀ, ਪੰਜਾਬ ਤੋਂ ਜਿਹੜਾ ਲਿਟਰੇਚਰ ਉੱਠਦਾ, ਗਦਰੀ ਲਿਟਰੇਚਰ ਦੀ ਗੱਲ ਕਰੀਏ ਇੱਥੋਂ, ਜਾਂ ਆਪਣੇ ਪਾਸ ਦੀ ਗੱਲ ਕਰਕੇ ਗਏ ਆ, ਜਾਂ ਲਾਲ ਸਿੰਘ ਸੀਗੇ ਸਾਡੇ ਕਵੀ ਜਿਹੜੇ, ਉਹਨਾਂ ਨੇ ਇਨਕਲਾਬ ਲਿਖਿਆ, ਜਾਂ ਫਿਰ ਸਾਡੇ ਬੰਗਾਲ ਵੱਲੋਂ ਉੱਧਰ ਵੀ ਦੇਖ ਲਓ ਜੋ ਹਾਲ ਪੰਜਾਬ ਦੇ, ਉੱਧਰ ਵੀ ਉਹੀ ਹਾਲ। ਸੋ ਸਾਡੀਆਂ ਸਰਕਾਰਾਂ 'ਤੇ ਕੋਈ ਐਡਾ ਸਾਨੂੰ ਸਰਕਾਰਾਂ ਦੇ ਉੱਤੇ ਕੋਈ ਐਡੀ ਆਸ ਨਹੀਂ ਰੱਖਣੀ ਚਾਹੀਦੀ, ਇਹ ਉਪਰਾਲੇ ਸਾਨੂੰ ਆਪ ਹੀ ਕਰਨੇ ਚਾਹੀਦੇ ਆ। ਬਾਕੀ ਸਭ ਤੋਂ ਜਿਹੜੀ ਵੱਡੀ ਗੱਲ ਦਾ ਦੁੱਖ ਮੈਨੂੰ ਹੁੰਦਾ ਜਦੋਂ ਮੈਂ ਕਈਆਂ ਨੂੰ ਸੁਣਦਾ, ਜਿਹੜੇ ਬੰਦੇ ਪੰਜਾਬੀ ਮਰ ਜਾਣੀ ਆ, ਪੰਜਾਬੀ ਰੁਲ ਜਾਣੀ ਆ, ਇਸ ਗੱਲ ਦਾ ਰੌਲਾ ਪਾਉਂਦੇ ਆ, ਉਹਨਾਂ ਬੰਦਿਆਂ ਦੇ ਇੰਡੀਆ ਦੇ ਵਿੱਚ ਮਾਡਲ ਸਕੂਲ ਆ ਅਤੇ ਉਹਨਾਂ ਦੇ ਹਿੱਸੇ ਆ ਅਤੇ ਉਹ ਟਰੱਸਟ ਆ ਅਤੇ ਉਹਨਾਂ ਨੂੰ ਪੈਸੇ ਆਉਂਦੇ ਉੱਥੋਂ, ਇਹ ਕਿੰਨੇ ਬੰਦੇ ਆ ਕੈਨੇਡਾ ਅਮੈਰੀਕਾ ਦੇ ਵਿੱਚ, ਇੱਕ ਬੰਦਾ ਨਹੀਂ ਗਾ। ਉਹਨੇ ਉੱਥੇ ਪ੍ਰਾਇਮਰੀ ਸਕੂਲਾਂ ਨੂੰ ਨਹੀਂ ਤਾਂ ਚੱਕਣ ਦੀ ਗੱਲ ਕੀਤੀ, ਉੱਥੇ ਮਾਡਲ ਸਕੂਲ ਖੋਲ੍ਹੇ, ਉਹਨਾਂ ਦੇ ਵਿੱਚ ਉਹਨੇ ਪੈਸੇ ਇਨਵੈਸਟ ਕੀਤੇ ਆ, ਔਰ ਉੱਥੋਂ ਉਹਨਾਂ ਨੂੰ ਵੀ ਪੈਸੇ ਇੱਥੇ ਬੈਠਣ ਨੂੰ ਆਉਂਦੇ ਆ। ਸੋ ਇਹ ਜਿਹੜੇ ਉਹ ਬੰਦੇ ਆ ਜਿਹੜੇ ਸਾਡੇ ਜਾਣਗੇ ਪੰਜਾਬੀ ਦਾ ਬੇੜਾ ਬਿਠਾ ਰਹੇ ਆ, ਉਹਨਾਂ ਬੰਦਿਆਂ ਨੂੰ ਵੀ ਸਾਨੂੰ ਪਛਾਣਨਾ ਪੈਣਾ ਵੀ ਕੀ ਗੱਲ ਭਾਈ, ਤੂੰ ਦੋ ਦਿਨ ਇੰਗਲਿਸ਼ ਸਕੂਲ ਖੋਲ੍ਹੀ ਜਾਂਦਾ, ਕਿਤੇ ਆਦਮਪੁਰ ਖੋਲ੍ਹਦਾ, ਡੀਂਗਰੀ ਭੋਗਪੁਰ ਖੋਲ੍ਹ ਦਿੱਤਾ, ਅਤੇ ਇਹ ਫਿਰ ਤੂੰ ਕਿਉਂ ਖੋਲ੍ਹਦਾ ਜੇ ਤੂੰ ਪੰਜਾਬੀ ਦੀ ਗੱਲ ਕਰਦਾ, ਫਿਰ ਪੰਜਾਬੀ ਪੜ੍ਹਨ ਦੇ ਇੱਥੇ। ਬਾਕੀ ਸਾਡੇ ਜਿਹੜੇ ਪਿੰਡਾਂ ਦੇ ਪ੍ਰਾਇਮਰੀ ਸਕੂਲ ਆ, ਜਿੰਨਾ ਚਿਰ ਅਸੀਂ ਉਹਨਾਂ ਨੂੰ ਤਾਂ ਨਹੀਂ ਚੱਕਦੇ, ਉਹਨਾਂ ਦਾ ਅਸੀਂ ਮਿਆਰ ਨਹੀਂ ਉੱਚਾ ਕਰਦੇ, ਅਤੇ ਉਹਨਾਂ ਚਿਰ ਇਹ ਪੰਜਾਬੀ ਜਿਹੜੀ ਆ ਇਹ ਕਠਿਨਾਈਆਂ ਵਿੱਚ ਲੰਘੂਗੀ, ਮਰਦੀ ਨਹੀਂ। ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਜਿੰਨਾ ਔਖਾ ਇਸ ਵੇਲੇ ਹੋ ਰਿਹਾ, ਜੋ ਹਾਲਾਤ ਇਸ ਵੇਲੇ ਹੈਗੇ ਆ, ਉਹਦੇ ਨਾਲ ਕੋਈ ਐਡੀ ਜ਼ਿਆਦਾ ਆਸ ਵੀ ਹੈ ਨਹੀਂ ਕਿ ਪੰਜਾਬੀ ਮਰੇ ਨਾ ਮਰੇ। ਪਰ ਮੈਂ ਤੁਹਾਨੂੰ ਇਹ ਕਹਿ ਦਿੰਦਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਲਿਟਰੇਚਰ ਜਿਹੜਾ ਇੰਨਾ ਵਧੀਆ ਪੜ੍ਹਨ ਨੂੰ ਨਹੀਂ ਮਿਲੂਗਾ ਪੰਜਾਬੀ ਦੇ ਵਿੱਚ, ਬਹੁਤ ਘੱਟ ਰਾਈਟਰ ਹੋਣਗੇ ਜਿਹੜੇ, ਕਿਉਂਕਿ ਜਦੋਂ ਵੀ ਤੁਸੀਂ ਕੋਈ ਇਹੋ ਜਿਹਾ ਲਿਟਰੇਚਰ ਲਿਖਦੇ ਆ, ਪਹਿਲੀ ਗੱਲ ਤੁਸੀਂ ਕਿਸੇ ਦੇ ਖਿਲਾਫ਼ ਲਿਖੋ, ਉਹ ਲੋਕ ਚੱਕ ਦਿੰਦੇ ਜੀ ਬਹੁਤ ਵਧੀਆ ਜੀ, ਇੱਦਾਂ ਦਾ ਬੰਦਾ ਹੀ ਕੋਈ ਵਿਦਵਾਨ ਨਹੀਂ ਹੈਗਾ। ਜਿਹੜੀਆਂ ਸਾਡੀਆਂ ਪਰੰਪਰਾ ਚੱਲਦੀਆਂ, ਗੁਰਮਤਿ ਕਾਵਿ ਦੇ ਗੁਰੂਆਂ ਦੇ ਖਿਲਾਫ਼ ਇੱਕ ਲਾਈਨ ਲਿਖੋ, ਇੱਕ ਕਵਿਤਾ ਲਿਖੋ, ਤੁਸੀਂ ਰਾਤੋ ਰਾਤ ਬਣ ਜਾਂਦੇ ਸ਼ਾਇਰ। ਕਿਸੇ ਸ਼ਾਇਰ ਦੇ ਖਿਲਾਫ਼ ਇੱਕ ਲਿਖੋ, ਤੁਸੀਂ ਦਿਨਾਂ ਦੇ ਵਿੱਚ ਤੁਹਾਡੇ ਲੱਖਾਂ ਵਿਊ ਹੋਣਗੇ, ਕਿਉਂਕਿ ਉਹ ਕੰਟਰਾਵਰਸੀ ਉਹ ਕ੍ਰੀਏਟ ਕਰਨੀ ਮੰਗਦੇ ਆ। ਇਹਨਾਂ ਸਾਰੀਆਂ ਗੱਲਾਂ ਤੋਂ ਬਚਣਾ, ਅਤੇ ਮੇਰੇ ਖਿਆਲ ਨਾਲ ਸਾਨੂੰ ਸਾਰਿਆਂ ਨੂੰ ਰਲ ਕੇ ਜਿੰਨਾ ਵੀ ਹੋ ਸਕੇ ਘਰਾਂ ਦੇ ਵਿੱਚ ਪੰਜਾਬੀ ਨਿਆਣੇ ਬੋਲਦੇ, ਬਹੁਤ ਵਧੀਆ ਗੱਲ ਆ। ਪਰ ਸਾਡਾ ਹੰਭਲਾ, ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਅਸੀਂ ਇੱਥੇ ਯੂਨੀਵਰਸਿਟੀਆਂ ਵਿੱਚ, ਇੱਥੇ ਕਾਲਜਾਂ ਦੇ ਵਿੱਚ ਆਪਾਂ ਪੰਜਾਬੀ ਨੂੰ ਲਾਗੂ ਕਰਾ ਸਕੀਏ, ਉਹਨਾਂ ਦੀ ਚੇਅਰ ਕੋਈ ਸਥਾਪਿਤ ਹੋ ਸਕੇ। ਜੇ ਨਹੀਂ ਤਾਂ ਫਿਰ ਕਹਿੰਦਾ ਗੀਤ ਮੇਰੇ ਦੇ ਨੈਣਾਂ 'ਚੋਂ ਖੂਨ ਦੇ ਅਥਰੂ ਚੋਏ ਨੇ, ਜਦ ਕਦੇ ਵੀ ਕਲਮ ਮੇਰੀ ਨੇ ਹਾਲ ਪੰਜਾਬ ਦੇ ਰੋਏ ਨੇ, ਇਹ ਤਾਂ ਆਪਣਾ ਇਹੀ ਹਾਲ ਰਹਿਣਾ। ਇਹ ਮੇਰਾ ਦਿਲ ਕਹਿੰਦਾ, ਤੁਹਾਡਾ ਜਾਂ ਕਹਿੰਦਾ ਜਾਂ ਨਹੀਂ ਕਹਿੰਦਾ, ਪਰ ਮੈਨੂੰ ਲੱਗਦਾ ਆ ਕਿ ਜੇ ਆਪਾਂ ਇਕੱਠੇ ਨਾ ਹੋਏ, ਜੇ ਆਪਾਂ ਪੰਜਾਬੀ ਲਈ ਇੱਥੋਂ ਹੰਭਲਾ ਨਾ ਮਰਿਆ, ਤਾਂ ਪੰਜਾਬੀ ਦੀ ਜਿਹੜੀ ਤਰਾਸਦੀ ਦਿਨੋ ਦਿਨ ਡਿੱਗਦੀ ਜਾਊਗੀ, ਵਧੀਆ ਨਹੀਂ ਹੋਣੀ। ਬੇਸ਼ੱਕ ਸਰਕਾਰਾਂ ਨੇ ਲੱਖਾਂ ਰੁਪਈਏ ਤਨਖਾਹ ਕਰ ਦਿੱਤੀ ਆ, ਜਦੋਂ ਮੈਂ ਪੜ੍ਹਾਉਂਦਾ ਸੀ 3,250 ਰੁਪਈਆ ਤਨਖਾਹ ਸੀ, ਹੁਣ ਲੱਖ ਲੱਖ ਰੁਪਈਆ ਤਨਖਾਹ ਆ ਜਿਹੜੇ ਪ੍ਰੋਫੈਸਰ ਪ੍ਰਿੰਸੀਪਲ ਲੱਗੇ ਆ। ਪਰ ਜੇ ਉਹ ਕੀ ਹੋਇਆ, ਪੈਸੇ ਜਦੋਂ ਵੱਧ ਮਿਲੇ, ਮੈਂ ਕਹਿੰਦਾ ਉਹਨਾਂ ਸਾਰਿਆਂ ਦੀ ਤਨਖਾਹ ਘਟਾਉਣੀ ਚਾਹੀਦੀ ਆ, ਉਹਨਾਂ ਦੀ ਤਨਖਾਹ 50-50 ਹਜ਼ਾਰ ਕਰਨੀ ਚਾਹੀਦੀ ਆ। ਇੱਕ 10,000 ਦੇ ਉੱਤੇ ਬੰਦਾ MA MPhil ਵਾਲਾ, PhD ਵਾਲਾ ਪੜ੍ਹਾਉਂਦਾ ਸਕੂਲਾਂ ਦੇ ਵਿੱਚ, ਉਹਨੂੰ 25,000 ਦਿਓ। ਔਰ ਉਹ ਬੰਦੇ ਕੀ ਹੋਇਆ, ਤੁਸੀਂ ਪਿਛਲੇ 20 ਸਾਲਾਂ ਦੀ 30 ਸਾਲਾਂ ਦੀ ਕੱਢ ਕੇ ਦੇਖ ਲਓ, ਉਹ ਸਾਰੇ ਬੰਦੇ ਵਪਾਰੀ ਬਣੇ ਆ, ਹਰੇਕ ਬੰਦੇ ਦੀਆਂ 3-3 ਕੋਠੀਆਂ। ਕਿਸੇ ਨਾਲ ਗੱਲ ਕਰ ਲਓ, ਪ੍ਰਿੰਸੀਪਲ ਪ੍ਰੋਫੈਸਰ ਕੋਈ ਸਕੂਲ ਦਾ ਮਾਸਟਰ ਦੇਖ ਲਓ, ਉਹ ਕਹਿੰਦਾ ਜੀ ਮੈਂ ਤਾਂ 2 ਕੋਠੀਆਂ ਫੁਗਾੜੇ ਪਾ ਲਈਆਂ। ਉਹ ਕਿੱਥੋਂ ਪਾ ਲਈਆਂ ਉਹਨੇ, ਸਕੂਲਾਂ ਨਿਆਣੇ ਪੜ੍ਹੇ ਨਹੀਂ, ਤਨਖਾਹ ਇੰਨੀ ਵੱਧ ਗਈ, ਉਹ ਜਿਹੜਾ ਸੀ ਉਹ ਆਪਣੇ ਨਜ਼ਾਰੇ ਲੁੱਟਦੇ ਰਹੇ। ਪਹਿਲਾਂ ਕਦੇ ਸੁਣਦੇ ਹੁੰਦੇ ਸੀ ਕਿ ਕੋਈ ਸਕੂਲ ਦਾ ਮਾਸਟਰ ਪਿੰਡੋਂ ਦੇਸੀ ਦੀ ਬੋਤਲ ਲੈ ਕੇ ਕਿਸੇ ਨਿਆਣੇ ਨੂੰ ਪਾਸ ਕਰ ਦਿੰਦਾ ਹੁੰਦਾ ਸੀ, ਹੁਣ ਤਾਂ ਆਵਾ ਹੀ ਉੱਧ ਗਿਆ, ਹੁਣ ਤਾਂ ਬੋਤਲਾਂ ਦੀ ਗੱਲ ਹੀ ਕੋਈ ਨਹੀਂ, ਹੁਣ ਤਾਂ ਠੇਕੇ ਖੋਲ੍ਹ ਕੇ ਦੇਣ ਦੇ ਅਗਲੇ, ਕਹਿੰਦੇ ਸਾਡਾ ਨਿਆਣਾ ਪਾਸ ਕਰੋ।
ਸੋ ਮੈਂ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਆਉਣ 'ਤੇ। ਚਲੋ ਆਪਾਂ ਸੁਣੋ ਪੰਜਾਬੀ ਵੀਰੋ, ਪੰਜਾਬੀ ਦਿਲ 'ਚੋਂ ਕੱਢਿਓ ਨਾ, ਸਾਡੇ ਵਿਹੜੇ ਸੁੰਨੇ ਹੋ ਜਾਣੇ, ਪੜ੍ਹਨਾ ਲਿਖਣਾ ਛੱਡਿਓ ਨਾ, ਚੀਨੀ ਇੰਗਲਿਸ਼ ਜਾਂ ਸਪੈਨਿਸ਼ ਲਾਖੀ ਸਿੱਖ ਲਵੋ, ਪਰ ਮਾਂ ਬੋਲੀ ਪੰਜਾਬੀ ਨੂੰ ਕਦੇ ਬੋਲਣਾ ਛੱਡਿਓ ਨਾ, ਮਾਂ ਬੋਲੀ ਪੰਜਾਬੀ ਨੂੰ ਕਦੇ ਬੋਲਣਾ ਛੱਡਿਓ। ਥੈਂਕ ਯੂ, ਸ਼ੁਕਰੀਆ। ਅੱਜ ਤਾਂ ਮੇਰਾ ਖਿਆਲ ਹੈ ਮੰਮੀ ਹੋਰਾਂ ਨੇ ਸਪੈਸ਼ਲ ਖਵਾ ਕੇ ਭੇਜਿਆ ਕੁਛ, ਨਿੱਜਰ ਸਾਹਿਬ ਨੇ ਵੀ ਸਾਰੀ ਕਿਤਾਬ ਹੀ ਫਰੋਲਤੀ ਪੰਜਾਬੀ ਮਾਂ ਬੋਲੀ 'ਤੇ। ਬਹੁਤ ਪ੍ਰਭਾਵਸ਼ਾਲੀ ਲੈਕਚਰ ਇਹਨਾਂ ਨੇ ਅੱਜ ਕੀਤਾ, ਬਹੁਤ ਵਧੀਆ ਰਿਹਾ, ਹਰ ਪੱਖ ਇਹਨਾਂ ਨੇ ਜਿਹੜੇ ਆ ਉਹਦੇ ਵਿੱਚੋਂ ਲਏ ਆ, ਅਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡੇ ਕੋਲ ਇਹ ਪ੍ਰਧਾਨ ਹੈਗਾ ਇੱਥੇ। ਅਤੇ ਅੱਜ ਦੇ ਇਸ ਜਿਹੜਾ ਸਮਾਗਮ, ਜਿਹੜਾ ਆਹ ਸੈਸ਼ਨ ਹੋਇਆ, ਉਹਦੇ ਲਈ ਕੀ ਨੋਟ ਸਾਡੇ ਜਿਹੜੇ ਸਪੀਕਰ ਆ, ਮੈਂ ਬੇਨਤੀ ਕਰਾਂਗਾ ਹਰਜਿੰਦਰ ਸਿੰਘ ਮੱਟੂ ਹੋਰਾਂ ਨੂੰ, ਅਤੇ ਉਹ ਪਲੀਜ਼ ਸਟੇਜ 'ਤੇ ਆ ਜਾਣ, 5 ਮਿੰਟ 'ਚ ਜੋ ਵੀ ਅੱਜ ਇਹਨਾਂ ਨੇ ਆਪਣੀ ਗੱਲਬਾਤ ਕੀਤੀ ਆ ਉਹਦੇ ਬਾਰੇ ਇਹ ਵੇਰਵੇ ਦੇਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਨਮਾਨ ਤੁਹਾਡਾ। ਮੈਂ ਸੋਚਦਾ ਕਿ ਪੰਜਾਬੀ ਦੀ ਵਿਸ਼ਾਲਤਾ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਜ਼ਰੂਰ ਹੋਣਾ ਚਾਹੀਦਾ ਕਿ ਜਿੱਥੇ ਪੰਜਾਬੀ ਦੀ ਗੱਲ ਹੋ ਰਹੀ ਹੈ ਉੱਥੇ ਸਿਰਫ ਸਤਿ ਸ਼੍ਰੀ ਅਕਾਲ ਨਾ ਕਹਿਣਾ ਪਵੇ, ਆਦਾਬ ਅਤੇ ਨਮਸਕਾਰ ਵੀ ਕਹਿਣਾ ਹੋਵੇ, ਤਾਂ ਜੋ ਸਾਡੇ ਸਰੋਤੇ ਹਰ ਪਾਸਿਓਂ ਆਉਣ। ਡਾਕਟਰ ਕਥੂਰੀਆ ਨੇ ਪਹਿਲਾਂ ਗੱਲ ਕੀਤੀ ਕਿ ਪੰਜਾਬੀ ਬੋਲੀ ਕੀ ਵਾਕਈ ਖਤਰੇ 'ਚ ਹੈ। ਪੰਜਾਬੀ ਬੋਲੀ ਜਿਹਦਾ ਇੰਨਾ ਲੰਮਾ ਇਤਿਹਾਸ ਹੈ, ਇੱਕ ਰੂਹ ਬਣ ਚੁੱਕੀ ਆ, ਉਹ ਕੋਈ ਛੋਟੀ ਮੋਟੀ ਚੀਜ਼ ਨਹੀਂ ਵੀ ਜਿਹੜੀ ਕੁਛ ਸਾਲਾਂ 'ਚ ਖਰਾਬ ਹੋ ਜਾਏ, ਖਤਮ ਹੋ ਜਾਏ। ਤਕਰੀਬਨ 1950 ਦੇ ਵਿੱਚ ਆਪਣੇ ਇੰਡੀਆ ਦੇ ਬੜੇ ਮਸ਼ਹੂਰ ਲੇਖਕ ਸਰਦਾਰ ਖੁਸ਼ਵੰਤ ਸਿੰਘ ਨੇ ਕਿਹਾ ਸੀਗਾ, ਸਿੱਖ ਧਰਮ ਬਾਰੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ, ਉਦੋਂ ਸਿੱਖ ਧਰਮ 'ਤੇ ਆਰੀਆ ਸਮਾਜ ਦਾ ਬੜਾ ਅਸਰ ਹੁੰਦਾ ਜਾ ਰਿਹਾ ਸੀਗਾ, ਅਤੇ ਉਹਨਾਂ ਨੇ ਕਿਹਾ ਸੀ ਕਿ ਤਕਰੀਬਨ 50 ਸਾਲ ਦੇ ਵਿੱਚ ਸਿੱਖ ਧਰਮ ਮੁੜ ਕੇ ਹਿੰਦੂ ਧਰਮ ਵਿੱਚ ਰਲ ਜਾਏਗਾ ਅਤੇ ਕੋਈ ਸਿੱਖ ਧਰਮ ਨਹੀਂ ਰਹੇਗਾ। ਪਰ ਸਿੱਖ ਧਰਮ ਦੀ ਸੋਚ ਐਡੀ ਛੋਟੀ ਨਹੀਂ ਸੀ, ਜਾਂ ਸਿੱਖ ਧਰਮ ਦੀ ਰੂਹ ਐਡੀ ਛੋਟੀ ਨਹੀਂ ਸੀ ਕਿ ਜਿਹੜੀ 50 ਸਾਲਾਂ ਬਾਅਦ ਖਤਮ ਹੁੰਦੀ। ਔਰ 2000 ਦੇ ਵਿੱਚ ਖੁਸ਼ਵੰਤ ਸਿੰਘ ਨੇ ਇਹ ਆਪਣਾ ਬਿਆਨ ਵਾਪਸ ਲਿਆ। ਅਤੇ ਇਸ ਤਰ੍ਹਾਂ ਹੀ ਜੇ ਕੋਈ ਸੋਚਦਾ ਕਿ ਪੰਜਾਬੀ ਖਤਮ ਹੋ ਜਾਏਗੀ, ਮੇਰਾ ਖਿਆਲ ਨਹੀਂ। ਪੰਜਾਬੀ ਸਾਡੇ ਗੁਰੂਆਂ ਪੀਰਾਂ ਨੇ, ਵਿਦਵਾਨਾਂ ਨੇ, ਸ਼ਾਇਰਾਂ ਨੇ ਇੰਨਾ ਕੰਮ ਕੀਤਾ ਹੈ ਕਿ ਇਹ ਭਾਸ਼ਾ ਖਤਮ ਹੋਣ ਵਾਲੀ ਨਹੀਂ। ਹੁਣ ਗੱਲ ਕਰੀ ਕਿ ਅਸੀਂ ਕੀ ਕਰ ਸਕਦੇ ਹਾਂ। ਇੱਕ ਤਾਂ ਸਾਰੇ ਇਹ ਕਹਿ ਰਹੇ ਕਿ ਵਾਕਿਆ ਵੀ ਬੱਚੇ ਜ਼ਰੂਰ ਸ਼ਾਮਿਲ ਹੋਣੇ ਚਾਹੀਦੇ, ਬੱਚਿਆਂ ਨੂੰ ਭਾਸ਼ਾ ਹੋਣੀ ਆਉਣੀ ਚਾਹੀਦੀ ਹੈ। ਅਤੇ ਉਹਦੇ ਲਈ ਕੀ ਹੈ, ਜੇ ਅਸੀਂ ਪੰਜਾਬੀ ਨੂੰ ਇੱਕ ਧਰਮ ਦੇ ਨਾਲ ਬੰਨ੍ਹ ਦਿੰਦੇ ਹਾਂ ਤਾਂ ਅਸੀਂ ਪੰਜਾਬੀ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜੇ ਅਸੀਂ ਮੈਂ ਆਪਣੇ ਬੱਚੇ ਨੂੰ ਪੰਜਾਬੀ ਪੜ੍ਹਾਉਣਾ ਚਾਹੁੰਦਾ, ਜੇ ਤਾਂ ਮੈਂ ਉਹਨੂੰ ਕੋਈ ਪਰੀਆਂ ਦੀਆਂ ਕਹਾਣੀਆਂ, ਕੋਈ ਗੀਤ, ਬੱਚਿਆਂ ਦੇ ਗੀਤ, ਕੁਦਰਤ ਦੇ ਗੀਤ ਦੀ ਉਹਨਾਂ ਦੀ ਕਿਤਾਬ ਲਿਆ ਕੇ ਦੇਵਾਂ, ਉਹਨਾਂ ਵਿੱਚ ਸੋਹਣੀਆਂ ਸੋਹਣੀਆਂ ਮੂਰਤਾਂ ਹੋਣ, ਬੱਚਾ ਇਹਨੂੰ ਉਹ ਕਿਤਾਬ ਚੰਗੀ ਲੱਗੀ ਪੜ੍ਹੇਗੀ, ਪੜ੍ਹੇਗਾ ਬੱਚਾ, ਉਹਦੇ ਵਿੱਚ ਬੱਚਿਆਂ ਦੀਆਂ ਖੇਲਾਂ ਬਾਰੇ ਹੋਵੇ,
ਹੁਣ ਜੇ ਮੈਂ ਗੁਰਦੁਆ ਬੱਚੇ ਦੇ ਮੋਹਰੇ ਇੱਕ ਗੁਟਕਾ ਲਿਆ ਕੇ ਰੱਖਦਾ ਕਿ ਲੈ ਪੁੱਤ ਆਹ ਤੂੰ ਪੜ੍ਹਨਾ ਸ਼ੁਰੂ ਕਰ, ਉਹ ਬੱਚਾ ਉਹਦੇ ਨਾਲ ਕਿੱਦਾਂ ਰਿਲੇਟ ਕਰ ਲਏਗਾ? ਉਹ ਅਸੀਂ ਉੱਥੇ ਹੀ ਉਹਨੂੰ ਦਬਾ ਦਿੰਦੇ ਹਾਂ, ਲੈਂਗੁਏਜ ਨੂੰ ਦਬਾ ਦਿੰਦੇ। ਅਤੇ ਜਿਹੜੀ ਸਾਡੀ ਧਰਮ ਦੀ ਸ਼ਰਧਾ ਅਲੱਗ ਗੱਲ ਹੈ, ਪਰ ਅਸੀਂ ਭਾਸ਼ਾ ਨੂੰ ਸਿਰਫ ਇੱਕ ਧਰਮ ਦੇ ਨਾਲ ਨਾ ਜੋੜੀਏ। ਸਾਡੇ ਮਸ਼ਹੂਰ ਪੰਜਾਬੀ ਦੇ ਸ਼ਾਇਰ ਲਾਲਾ ਧਨੀ ਰਾਮ ਚਾਤਰਿਕ, ਆਪਣਾ ਜਿਹੜਾ ਉਹਨਾਂ ਦਾ ਬੜਾ ਮਸ਼ਹੂਰ ਗੀਤ ਸੀ ਐ ਪੰਜਾਬ ਕਰਾਂ ਕਿ ਸਿਫਤ ਤੇਰੀ, ਉਹਦੇ 'ਚ ਉਹ ਲਿਖਦੇ ਨੇ ਕਿ ਲਾਲਾ ਮੀਆਂ ਸਰਦਾਰ ਤੇਰਾ, ਕਿ ਇਹ ਜੋ ਸਭ ਹਿੰਦੂ ਮੁਸਲਿਮ ਔਰ ਹੁਣ ਤਾਂ ਈਸਾਈ ਵੀ ਸਭ ਪੰਜਾਬੀ ਨੇ, ਸਭ ਪੰਜਾਬ ਦੇ ਨੇ। ਅਸੀਂ ਇਹ ਨਾ ਕਹੀਏ ਕਿ ਪੰਜਾਬੀ ਸਿੱਖਾਂ ਦੀ ਹੈ ਜਾਂ ਸਿੱਖ ਹੀ ਪੰਜਾਬੀ ਹੈ। ਅਤੇ ਅਸੀਂ ਬੜਾ ਕੁਛ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂ ਨਾ ਅਸੀਂ ਹੋਰ ਧਰਮਾਂ ਦੀਆਂ ਕਿਤਾਬਾਂ ਵੀ ਪੰਜਾਬੀ 'ਚ ਅਨੁਵਾਦ ਕਰੀਏ। ਸਾਨੂੰ ਇਹ ਕਹਿਣ ਨੂੰ ਸੰਗ ਆਉਂਦੀ ਆ ਕਿ ਚਲੋ ਜੀ ਅਸੀਂ ਭਗਵਤ ਗੀਤਾ ਵੀ ਪੰਜਾਬੀ 'ਚ ਅਨੁਵਾਦ ਕਰ ਲਈਏ। ਸਾਨੂੰ ਲੱਗਦਾ ਕੋਈ ਯਾਰ ਇਹ ਕੋਈ ਸਾਨੂੰ ਮਾੜਾ ਨਾ ਕਹਿ ਦੇ ਕਿ ਇਹ ਕਿਉਂ ਬੰਦਾ ਗੀਤਾ ਦੀਆਂ ਗੱਲਾਂ ਕਰੀ ਜਾਂਦਾ। ਅਤੇ ਅਸੀਂ ਉਹ ਜਿਹੜੇ ਸਾਡਾ ਹੋਰ ਭਾਈਚਾਰੇ ਆ ਉਹ ਵੀ ਸਾਡੇ ਨਾਲ ਕਿਉਂ ਨਾ ਰਲਣ, ਔਰ ਸਾਡੇ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਪੰਜਾਬ 'ਚ, ਅਸੀਂ ਮੈਂ ਤਾਂ ਲੋਕਾਂ ਨੂੰ ਇਹ ਵੀ ਕਹਿੰਦੇ ਸੁਣਿਆ ਲਓ ਜੀ ਇਹਨਾਂ ਨੇ ਤਾਂ ਆ ਕੇ ਸਾਡੀ ਪੰਜਾਬੀ ਦਾ ਸੱਤਿਆਨਾਸ਼ ਕਰਤਾ, ਦੋ ਲਫ਼ਜ਼ ਪੰਜਾਬੀ ਦੇ ਬੋਲਦੇ, ਬਾਕੀ ਪਤਾ ਨਹੀਂ ਕਿੱਥੋਂ ਦੀ ਬੋਲਦੇ, ਹਿੰਦੀ ਬੋਲਦੇ, ਕੀ ਬੋਲਦੇ। ਅਸੀਂ ਜੇ ਉਹਨਾਂ ਦਾ ਸਤਿਕਾਰ ਨਹੀਂ ਕਰਾਂਗੇ, ਉਹਨਾਂ ਨੂੰ ਆਪਣੇ ਗਲ ਦੇ ਨਾਲ ਨਹੀਂ ਲਾਵਾਂਗੇ, ਆਪਣੇ ਭੈਣ ਭਰਾਵਾਂ ਵਾਂਗੂ ਉਹਨਾਂ ਨੂੰ ਟ੍ਰੀਟ ਨਹੀਂ ਕਰਾਂਗੇ, ਤਾਂ ਉਹ ਫਿਰ ਆਪਣੀ ਭਾਸ਼ਾ ਬੋਲਦੇ ਰਹਿਣਗੇ। ਔਰ ਅਸਲੀਅਤ ਇਹ ਆ ਕਿ ਪੰਜਾਬ ਵਿੱਚ ਕੱਲ੍ਹ ਦੇ ਜਿਹੜੇ ਪਾਠਕ ਜ਼ਿਆਦਾਤਰ ਉਹ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਹੋਣਗੇ, ਹੈ ਵੀ। ਔਰ ਅਸੀਂ ਜੇ ਉਹਨਾਂ ਨੂੰ ਨਫ਼ਰਤ ਦੇ ਨਾਲ ਪਹੀਏ ਕਹੀਏ, ਭਈਆ ਲਫ਼ਜ਼ ਅਸੀਂ ਸੋਚਦੇ ਕਿ ਕਿੱਡਾ, ਹਾਲਾਂਕਿ ਭਈਆ ਦਾ ਭਈਆ ਦਾ ਮਤਲਬ ਭਰਾ ਹੁੰਦਾ, ਪਰ ਜਦੋਂ ਸਾਡੇ ਬੰਦੇ ਭਈਆ ਕਹਿੰਦੇ ਨਾ, ਉਹਨਾਂ ਦੇ ਮਨ 'ਚ ਪਤਾ ਨਹੀਂ ਕੁਛ ਹੋਰ ਹੀ ਹੁੰਦਾ, ਉਹਨਾਂ ਨੇ ਉਹ ਪੰਜਾਬੀ ਦਾ ਲਫ਼ਜ਼ ਵੀ ਖਰਾਬ ਕਰ ਦਿੱਤਾ। ਅਤੇ ਇੱਕ ਜਿਹੜੀ ਸਾਡੇ ਵੀਰ ਸੁਖਵਿੰਦਰ ਕੰਬੋਸ ਨੇ ਇਹ ਗੱਲ ਕੀਤੀ ਸੁਰਜੀਤ ਪਾਤਰ ਹੋਣਾਂ ਦੀ, ਅਸੀਂ ਬਾਏ ਦੀ ਵੇ ਇੱਕ ਕਾਲਜ ਪੜ੍ਹੇ ਜਦੋਂ ਮੈਂ ਫਰੈਸ਼ਮੈਨ ਆਇਆ ਸੀ ਕਾਲਜ, ਅਤੇ ਇਹ ਸੀਨੀਅਰ ਸੀਗੇ, ਅਤੇ ਇਹ ਉੱਥੇ ਸਾਡੇ ਕਾਲਜ ਬਾਹਰ ਖੱਤੇ ਹੁੰਦੇ, ਉੱਥੇ ਖੱਤਿਆਂ 'ਚ ਖੜ੍ਹੇ ਕਵਿਤਾਵਾਂ ਪੜ੍ਹਦੇ ਹੁੰਦੇ ਸੀਗੇ, ਅਤੇ ਬੜੀ ਖੁਸ਼ੀ ਅੱਜ ਆਪਾਂ ਇੱਥੇ ਇਕੱਠੇ ਬੈਠੇ ਹਾਂ, ਨਕੋਦਰ ਦੀ ਗੱਲ ਕਰ ਰਿਹਾ ਜੀ ਮੈਂ। ਅਤੇ ਇਹ ਇਹਨਾਂ ਨੇ ਦੱਸਿਆ ਕਿ ਪਾਤਰ ਸਾਹਿਬ ਜਿਨ੍ਹਾਂ ਦੇ ਨੂੰ ਅਸੀਂ ਸਮਰਪਿਤ ਕਰ ਰਹੇ ਹਾਂ, ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਦੁੱਖ ਉਦੋਂ ਹੀ ਪਤਾ ਲੱਗਣਾ ਜਦੋਂ ਖੰਜਰ ਤੁਹਾਡੇ 'ਚ ਵੱਜਾ, ਤੁਹਾਡੇ ਸੀਨੇ 'ਚ ਵੱਜਾ। ਅਤੇ ਉਹ ਰਾਜਸੀ ਹਮਲੇ ਹਜੇ ਵੀ ਹੋ ਰਹੇ ਔਰ ਹੁੰਦੇ ਰਹਿਣਗੇ, ਕਈ ਚਲਾਕ ਬੰਦੇ ਇੱਕ ਖਾਸ ਭਾਸ਼ਾ ਨੂੰ ਰਾਜਸੀ ਭਾਸ਼ਾ ਕਹਿੰਦੇ ਆ, ਨੈਸ਼ਨਲ ਭਾਸ਼ਾ ਦਾ ਦਰਜਾ ਦੇਣ ਨੂੰ ਫਿਰਦੇ ਆ, ਔਰ ਉਦੋਂ ਸਿਰਫ ਉਹ ਪੰਜਾਬ ਨੂੰ ਨਹੀਂ ਹਿੱਟ ਕਰਦੀ, ਜਿਹੜੀਆਂ ਤੇਲਗੂ ਕੰਨੜ ਤਾਮਿਲ ਸਾਰਿਆਂ ਨੂੰ ਹਿੱਟ ਕਰਦੀ ਆ, ਔਰ ਜ਼ਿਆਦਾ ਵਿਰੋਧ ਫਿਰ ਸਾਊਥ ਵਿੱਚੋਂ ਆਉਂਦਾ, ਅਸੀਂ ਪੰਜਾਬੀ ਚੁੱਪ ਕਰਕੇ ਬੈਠੇ ਰਹਿੰਦੇ। ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਔਰ ਦੂਸਰਾ ਅਸੀਂ ਫਿਰ ਉਹ ਮਦਰਾਸੀਆਂ ਨੂੰ ਅਸੀਂ ਸਮਝਦੇ ਉਹ ਤਾਂ ਬੰਦੇ ਹੀ ਨਹੀਂ ਹੈਗੇ।
ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਕੋਪਰੇਟ ਕਰੀਏ, ਸਾਡੀਆਂ ਪੰਜਾਬੀ ਦੀਆਂ ਰਚਨਾਵਾਂ ਸਾਊਥ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਣ, ਔਰ ਸਾਊਥ ਦੀਆਂ ਰਚਨਾਵਾਂ ਅਸੀਂ ਪੰਜਾਬੀ 'ਚ ਜਿੰਨਾ ਹੋਵੇ ਅਨੁਵਾਦ ਕਰੀਏ, ਪੜ੍ਹੀਏ, ਔਰ ਤਾਂ ਜੋ ਸਾਨੂੰ ਪਤਾ ਲੱਗੇ ਕਿ ਇਨਸਾਨੀਅਤ ਦੌਰ ਦੇ ਅਸੀਂ ਇੱਕ ਹੈ, ਅਤੇ ਜੇ ਸਾਡੀਆਂ ਜਿਹੜੀਆਂ ਇਲਾਕਾਈ ਭਾਸ਼ਾਵਾਂ ਆ ਉਹਨਾਂ 'ਤੇ ਹਮਲਾ ਹੁੰਦਾ ਆ ਤਾਂ ਅਸੀਂ ਬੰਗਾਲੀਆਂ, ਮਦਰਾਸੀਆਂ, ਕੇਰਲਾ ਵਾਲਿਆਂ ਨਾਲ ਰਲ ਕੇ ਅਸੀਂ ਉਹਦਾ ਵਿਰੋਧ ਕਰਾਂਗੇ, ਅਸੀਂ ਇਕੱਲੇ ਨਹੀਂ ਉਹਦਾ ਵਿਰੋਧ ਕਰਾਂਗੇ। ਔਰ ਦੂਜਾ ਸਾਡੇ ਲਈ ਆਪ ਜਿਹੜਾ ਹੈ ਕਿ ਅਸੀਂ ਇਕੱਲਾ ਪੰਜਾਬੀ ਦਾ ਸਾਹਿਤ ਨਾ ਪੜ੍ਹੀਏ, ਅਸੀਂ ਹੋਰ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹੀਏ, ਔਰ ਸਾਡੇ ਸਾਹਿਤਕਾਰ ਹੋਰਾਂ ਦੇਸ਼ਾਂ ਵਿੱਚ ਜਾ ਕੇ, ਹੋਰਾਂ ਸੂਬਿਆਂ ਵਿੱਚ ਜਾ ਕੇ ਪੰਜਾਬੀ ਦਾ ਸਾਹਿਤ ਸੁਣਾਉਣ, ਔਰ ਉਹਨਾਂ ਦਾ ਸਾਹਿਤ ਅਸੀਂ ਸੁਣੀਏ। ਥੋੜ੍ਹੇ ਸਾਲ ਪਹਿਲਾਂ ਕੋਲੰਬੀਆ ਦੇ ਮੇਦੇਯੀਨ ਸ਼ਹਿਰ ਦੇ ਵਿੱਚ ਕਵਿਤਾ, ਇੰਟਰਨੈਸ਼ਨਲ ਕਵਿਤਾ ਦਾ ਫੰਕਸ਼ਨ ਹੋਇਆ ਸੀ, ਜਿੱਥੇ ਸਾਡੇ ਮਰਹੂਮ ਸੁਰਜੀਤ ਪਾਤਰ ਸਾਹਿਬ ਗਏ, ਅਤੇ ਉਹਨਾਂ ਨੇ ਇੱਕ ਆਪਣੀ ਬੜੀ ਨਾਜ਼ੁਕ ਜਿਹੀ ਨਜ਼ਮ ਪੜ੍ਹੀ, ਜਾਦੂਗਰ, ਔਰ ਉਹਨਾਂ ਨੇ ਉੱਥੇ ਹੀ ਲਿਖੀ ਜਾ ਕੇ। ਇੱਕ ਦਿਨ ਉਹ ਪਾਰਕ 'ਚ ਗਏ ਸੀਗੇ ਮੇਦੇਯੀਨ ਸ਼ਹਿਰ ਦੇ ਵਿੱਚ, ਅਤੇ ਇੱਕ ਬੱਚਾ ਸਾਈਕਲ ਚਲਾ ਰਿਹਾ ਸੀਗਾ, ਉਹ ਉਹਨਾਂ ਨੂੰ ਉੱਥੋਂ ਦੀ ਭਾਸ਼ਾ ਵਿੱਚ ਆ ਕੇ ਪੁੱਛਦਾ ਕਿ ਉੱਥੇ ਤਾਂ ਸਪੈਨਿਸ਼ ਬੋਲਦੇ ਆ, ਕਿ ਤੂੰ ਜਾਦੂਗਰ ਹੈ? ਉਹਨੇ ਦੇਖਿਆ ਬੰਦੇ ਦਾ ਦਾੜਾ ਉੱਤੇ ਪੱਗ ਰੱਖੀ ਹੋਈ, ਜਾਦੂਗਰ ਹੈ? ਅਤੇ ਉਹ ਕਹਿੰਦੇ ਵੀ ਪਹਿਲਾਂ ਉਹ ਕਹਿਣ ਲੱਗੇ ਨਹੀਂ, ਪਰ ਫਿਰ ਉਹਨਾਂ ਦੇ ਇੱਕਦਮ ਦਿਮਾਗ 'ਚ ਕਹਿੰਦੇ ਹਾਂ ਮੈਂ ਜਾਦੂਗਰ। ਅਤੇ ਬੱਚਾ ਕਹਿੰਦਾ ਫਿਰ ਤੂੰ ਮੇਰਾ ਸਾਈਕਲ ਨੂੰ ਘੋੜਾ ਬਣਾ ਦੇ। ਅਤੇ ਉਹ ਕਹਿੰਦੇ ਵੀ ਇਹ ਕੰਮ ਨਹੀਂ ਮੇਰੇ ਕੋਲ ਹੋਣਾ, ਮੈਂ ਸ਼ਬਦਾਂ ਦਾ ਜਾਦੂਗਰ। ਅਤੇ ਉਸ ਸ਼ਬਦਾਂ ਦੀ ਜਾਦੂਗਰੀ ਦੇ ਵਿੱਚ ਹੁਣ ਮੈਂ ਤੈਨੂੰ ਵੀ ਸ਼ਾਮਿਲ ਕਰ ਲਿਆ, ਤੂੰ ਮੇਰੀ ਕਵਿਤਾ ਦਾ ਹਿੱਸਾ ਬਣ ਗਿਆ। ਅਤੇ ਅਸੀਂ ਸਿਰਫ ਇੱਕ ਰੀਜਨ ਤੋਂ ਉੱਪਰ ਉੱਠ ਕੇ ਵਿਸ਼ਵੀਕਰਨ ਦੀ ਗੱਲ ਕੀਤੀ ਡਾਕਟਰ ਭਗਤ ਸਾਹਿਬ ਹੋਣਾ ਨੇ, ਹੁਣ ਸਾਨੂੰ ਇਸ ਵਿਸ਼ਵੀਕਰਨ ਬਾਰੇ ਸੋਚਣਾ ਕਿ ਪੰਜਾਬੀ ਸਿਰਫ ਅਸੀਂ ਪੰਜਾਬ 'ਚ ਨਹੀਂ ਸੋਚਣੀ, ਕੈਨੇਡਾ ਵਿੱਚ ਵੀ ਸੋਚਣੀ, ਸਾਰੀ ਦੁਨੀਆ 'ਚ ਸੋਚਣੀ ਹੈ। ਔਰ ਜਿਹੜੀ ਇੱਕ ਹਜੇ ਵੀ ਬਹੁਤ ਲੋਕ ਇਸ ਗੱਲੋਂ ਸਖਤ ਨੇ ਕਿ ਹੋਰ ਕਿਸੇ ਭਾਸ਼ਾ ਦਾ ਲਫਜ਼ ਪੰਜਾਬੀ ਵਿੱਚ ਨਾ ਆ ਜਾਏ। ਜਿਹੜੀ ਕੋਈ ਵੀ ਭਾਸ਼ਾ ਆ ਉਹ ਇੱਕ ਜ਼ਿੰਦਾ ਵਸਤੂ ਹੈ, ਉਹ ਇੱਕ ਜੀਵ ਦੀ ਤਰ੍ਹਾਂ, ਉਹ ਹਮੇਸ਼ਾ ਨਵੇਂ ਲਫਜ਼ ਗ੍ਰਹਿਣ ਕਰਦੀ ਆ, ਔਰ ਕੁਛ ਸ਼ਬਦ ਪਿੱਛੇ ਛੁੱਟ ਵੀ ਜਾਂਦੇ ਆ। ਜਿਹੜੀ ਅੰਗਰੇਜ਼ੀ ਦੀ ਆਕਸਫੋਰਡ ਡਿਕਸ਼ਨਰੀ ਆ, ਉਹ ਹਰ ਸਾਲ ਇੰਗਲਿਸ਼ ਦੇ ਵਿੱਚ ਨਵੇਂ ਲਫਜ਼ ਐਡ ਕਰਦੇ, ਔਰ ਉਹਨਾਂ ਦੀ ਲਿਸਟ ਜਾਰੀ ਕਰਦੇ ਕਿ ਆਹ ਅਸੀਂ ਲਫਜ਼ ਐਡ ਕਹੇ, ਆਹ ਲਫਜ਼ ਅਸੀਂ ਫਰ ਕਰਮ ਲਫਜ਼ ਹਿੰਦੀ ਤੋਂ ਲਿਆ, ਯੋਗੀ ਲਫਜ਼ ਹਿੰਦੀ ਤੋਂ ਲਿਆ। ਔਰ ਅਸੀਂ ਕਿਉਂ, ਜਦਕਿ ਸਾਨੂੰ ਪਤਾ ਕਿ ਸਾਡੀ, ਅਸੀਂ ਪੰਜਾਬੀ ਸਾਡੀ ਖੇਤੀਬਾੜੀ ਦਾ ਸਮਾਜ ਸੀਗਾ, ਉਹ ਸਾਡੇ ਬਹੁਤ ਚੀਜ਼ਾਂ ਜਿਹੜੀਆਂ ਸਾਡੇ ਕੋਲ ਲਫਜ਼ ਹੀ ਨਹੀਂ ਸੀਗੇ। ਅੱਜ ਕੱਲ੍ਹ ਦੇ ਜਿਹੜੇ ਆਧੁਨਿਕ ਮਸ਼ੀਨਰੀ ਆ, ਕੰਪਿਊਟਰ ਦੇ ਯੁੱਗ, ਉਹ ਲਫਜ਼ ਨਹੀਂ ਸੀ, ਅਤੇ ਸਾਨੂੰ ਉਹ ਲਫਜ਼ ਅਪਣਾਉਣ ਵਿੱਚ ਕੋਈ ਗਿਲਾ ਨਹੀਂ ਹੋਣਾ ਚਾਹੀਦਾ, ਅਸੀਂ ਇਸੇ ਤਰ੍ਹਾਂ ਸਾਡੇ ਲਫਜ਼ ਹੋਰਾਂ ਕੋਲ ਜਾਣ। ਸੋ ਮੈਂ ਇਹ ਕਹਿ ਕੇ ਸਮਾਪਤ ਕਰਾਂਗਾ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਬਹੁਤ ਹੀ ਸੋਹਣੇ ਤੁਸੀਂ ਵਿਚਾਰ ਕੀਤੇ, ਥੈਂਕ ਯੂ ਦਿਲ। ਅਤੇ ਪੰਜਾਬੀ ਆਈ ਥਿੰਕ ਜ਼ਿੰਦਾ ਰਹੇਗੀ, ਜ਼ਿੰਦਾਬਾਦ ਰਹੇਗੀ। ਬਹੁਤ ਵਧੀਆ ਕੀ ਨੋਟ ਇਹਨਾਂ ਨੇ ਪੇਸ਼ ਕੀਤਾ, ਧੰਨਵਾਦ ਤੁਹਾਡਾ ਮੱਟੂ ਸਾਹਿਬ।
ਮੈਂ ਬੇਨਤੀ ਕਰਾਂਗਾ ਜੀ, ਸਾਡੇ ਕੋਲ ਤਿੰਨ ਬੁਲਾਰੇ ਆ, ਉਹਨਾਂ ਨੂੰ ਤਿੰਨ ਤਿੰਨ ਮਿੰਟ ਦਾ ਜਿਹੜਾ ਟਾਈਮ ਦਿੱਤਾ ਜਾ ਰਿਹਾ। ਮੇਰੀ ਮੁਰਾਦ ਆ ਸਭ ਤੋਂ ਪਹਿਲਾਂ ਪ੍ਰੋਫੈਸਰ ਮੁਖਤਾਰ ਸਿੰਘ ਗਿੱਲ, ਉਹ ਪਲੀਜ਼ ਸਟੇਜ 'ਤੇ ਆ ਜਾਣ। ਮੰਚ 'ਤੇ ਸੁਸ਼ੋਭਿਤ ਪ੍ਰਧਾਨਗੀ ਮੰਡਲ ਅਤੇ ਸਰੋਤਾਗਣ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਿਤ ਅੱਜ ਦਾ ਜਿਹੜਾ ਸੈਮੀਨਾਰ ਔਰਗੇਨਾਈਜ਼ ਕੀਤਾ ਗਿਆ, ਬਹੁਤ ਹੀ ਵਧੀਆ ਉਪਰਾਲਾ। ਔਰ ਇਹ ਟੀਮ ਜਿਹੜੀ ਆ ਪਿਛਲੇ 2 ਸਾਲ ਤੋਂ ਕੰਮ ਕਰ ਰਹੀ ਆ, ਦਿਲ ਨਿੱਜਰ, ਰੰਧਾਵਾ ਸਾਹਿਬ, ਮੱਲੀ ਸਾਹਿਬ ਸਾਡੇ ਅੰਮ੍ਰਿਤਸਰ ਤੋਂ, ਹੁੰਦਲ ਸਾਹਿਬ, ਬਹੁਤ ਹੀ ਵਧੀਆ ਉਪਰਾਲਾ। ਪੰਜਾਬੀ ਮਾਂ ਬੋਲੀ ਨੂੰ ਅਸੀਂ ਕੁੱਜੇ 'ਚ ਬੰਦ ਨਹੀਂ ਕਰ ਸਕਦੇ। ਕਿੰਨੇ ਸੌ ਸਾਲ ਪੁਰਾਣੀ ਇਹ ਬੋਲੀ ਆ, ਪਰ ਇਹਦੇ ਉੱਪਰ ਇੰਨੇ ਕਾਤਲਾਨਾ ਹਮਲੇ ਪਿਛਲੇ ਸਮੇਂ ਦੇ ਦੌਰਾਨ ਹੋਏ ਆ, ਔਰ ਫਿਰ ਵੀ ਇਹ ਸਰਵਾਈਵ ਕੀਤੀ ਆ। ਇਹ ਇੱਕ ਖਿੱਤੇ ਦੀ ਬੋਲੀ ਨਹੀਂ ਹੈਗੀ, ਇਹ ਯੂਨੀਵਰਸ ਦੀ ਬੋਲੀ ਆ। ਜੇ ਖਿੱਤੇ ਦੀ ਬੋਲੀ ਹੋਵੇ ਤਾਂ ਅੱਜ ਟੋਰਾਂਟੋ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ 'ਚ, ਅਮੈਰੀਕਾ ਦੇ ਵਿੱਚ, ਸਾਰੇ ਸ਼ਹਿਰਾਂ ਦੇ ਵਿੱਚ ਕਿਉਂ ਬੋਲੀ ਜਾਵੇ? ਇਹ ਤਾਂ ਥਾ ਸਕੋਪ ਐਡਾ ਲੰਬਾ ਚੌੜਾ ਆ ਕਿ ਇਹਨੂੰ ਆਪਾਂ ਫੀਲ ਨਹੀਂ ਕਰ ਸਕਦੇ। ਮੈਂ ਪਿੱਛੇ ਜੇ 2 ਵਾਰੀ ਪਾਕਿਸਤਾਨ ਗਿਆ, ਉੱਥੇ ਇੱਕ ਮੈਨੂੰ ਪ੍ਰੋਫੈਸਰ ਸਾਹਿਬ ਮਿਲੇ, ਮੈਨੂੰ ਕਹਿੰਦੇ ਆ ਸਾਡੇ ਤਾਂ ਯਾਰ ਇੱਥੇ ਪੰਜਾਬੀ ਦੀ ਕੋਈ ਸਾਹਿਤ ਨਹੀਂ ਹੈਗੀ, ਇੱਥੇ ਕੋਈ ਕਿਸੇ ਕਿਸਮ ਦੀ ਲਿਖਤ ਨਹੀਂ ਹੈਗੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸ਼੍ਰੀਮਾਨ ਜੀ ਪੰਜਾਬ ਯੂਨੀਵਰਸਿਟੀ ਲਾਹੌਰ ਜਾਓ ਔਰ ਉੱਥੇ ਜਾ ਕੇ ਦੇਖੋ ਸ਼ੈਲਫਾਂ 'ਤੇ ਪਿਆ ਕਿੰਨਾ ਸਾਹਿਤ, ਕਿੰਨਾ ਪੰਜਾਬੀ ਮਾਂ ਬੋਲੀ ਦੀ ਜਿਹੜੀ ਰਿਚ ਕੰਟਰੀਬਿਊਸ਼ਨ ਆ ਇਸ ਖੱਤੇ ਦੇ ਪ੍ਰਤੀ, ਉਹ ਤੁਹਾਨੂੰ ਉੱਥੋਂ ਪਤਾ ਲੱਗੂ। ਤੁਸੀਂ ਕਦੀ ਗਏ ਨਹੀਂ, ਤੁਸੀਂ ਫਿਜ਼ਿਕਸ ਦੇ ਪ੍ਰੋਫੈਸਰ ਸੀ, ਇਸ ਕਰਕੇ ਤੁਹਾਨੂੰ ਪੰਜਾਬੀ ਦਾ ਪਤਾ ਨਹੀਂ ਹੈਗਾ। ਅੱਜ ਤੱਕ ਪੰਜਾਬੀ ਡੋਮੀਨੇਟ ਕਰਦੇ ਆ ਪਾਕਿਸਤਾਨ ਦੇ ਵਿੱਚ, ਫੌਜ ਦੇ ਵਿੱਚ ਵੀ, ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ, ਪਰ ਅੱਜ ਤੱਕ ਪੰਜਾਬੀ ਨੂੰ ਉੱਥੇ ਰੈਕਗਨਾਈਜ਼ ਨਹੀਂ ਕੀਤਾ ਗਿਆ, ਭਾਵੇਂ ਕਿ ਉੱਥੇ ਮੈਜੋਰਿਟੀ ਲੋਕ ਪੰਜਾਬੀ ਬੋਲਦੇ ਆ, ਪੰਜਾਬੀ ਫੀਲ ਕਰਦੇ ਆ। ਹਰ ਸਾਲ ਉੱਥੇ ਪ੍ਰੋਟੈਸਟ ਹੁੰਦੇ ਆ ਕਿ ਇਹਨੂੰ, ਪੰਜਾਬੀ ਨੂੰ ਲਾਗੂ ਕੀਤਾ ਜਾਵੇ ਸਕੂਲਾਂ 'ਚ, ਕਾਲਜਾਂ 'ਚ। ਹੁਣੇ ਪ੍ਰਧਾਨਗੀ ਮੰਡਲ ਤੋਂ ਇੱਕ ਵਿਅਕਤੀ ਨੇ ਬੋਲਿਆ ਸੀਗਾ ਕਿ ਅਸੀਂ ਮਰੀਅਮ ਨਵਾਜ਼ ਨੂੰ ਮਿਲੇ ਔਰ ਉਹਨਾਂ ਕਿਹਾ ਕਿ ਅਸੀਂ ਲਾਗੂ ਕਰਾਂਗੇ। ਸੋ ਇਸ ਕਰਕੇ ਰੰਧਾਵਾ ਸਾਹਿਬ ਖੜ੍ਹੇ ਹੋ ਗਿਆ। ਮੈਂ ਅਖੀਰ 'ਤੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ, ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਉਲੀਕਿਆ ਔਰ ਉਹਨੂੰ ਨੇਪਰੇ ਚਾੜਿਆ। ਮੈਂ ਆਪਣੇ ਸੀਨੀਅਰ ਗਰੁੱਪ ਵੱਲੋਂ, ਇੰਡੋ ਅਮੈਰੀਕਨ ਸੀਨੀਅਰ ਗਰੁੱਪ ਸੈਕਰਾਮੈਂਟੋ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਤੁਸੀਂ ਸਾਨੂੰ ਸੱਦੋਗੇ, ਜੋ ਵੀ ਸਾਡੀ ਡਿਊਟੀ ਲਾਓਗੇ, ਅਸੀਂ ਤੁਹਾਡੇ ਸ਼ਾਨਾ ਬਸ਼ਾਨਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਖੜ ਕਰਕੇ ਅਸੀਂ ਖੜ੍ਹੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਹੈ ਜੀ ਮੁਖਤਾਰ ਸਿੰਘ ਗਿੱਲ। ਅਗਲੇ ਸਾਡੇ ਬੁਲਾਰੇ ਹੈਗੇ ਜੀ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ, ਪਿੱਛੇ ਜੇ ਉਹਨਾਂ ਦੀ ਇੱਕ ਬੁੱਕ ਵੀ ਆਈ ਆ, ਅਤੇ ਉਹ ਪਲੀਜ਼ ਆ ਜਾਓ ਸਟੇਜ 'ਤੇ 3 ਮਿੰਟ ਲਈ। ਡਾਕਟਰ ਧੁੱਗਾ, ਗੁਰਪ੍ਰੀਤ ਸਿੰਘ ਧੁੱਗਾ ਜੀ। ਨਹੀਂ ਵੇਖਦੇ ਨਾ, ਓਨੈਸਟ ਇਜ਼ ਦਾ ਬੈਸਟ ਪੋਲਿਸੀ, 3 ਮਿੰਟ ਵਾਕਈ ਘੱਟ ਹੈ, ਪਰ ਮੈਂ ਨਾ ਬਰੀਫ ਰਹੂੰਗਾ ਕਿਉਂਕਿ ਵਾਕਈ ਪ੍ਰੋਗਰਾਮ ਥੋੜ੍ਹਾ ਜਿਹਾ ਲੇਟ ਹੋ ਰਿਹਾ। ਸਤਿਕਾਰਯੋਗ ਪ੍ਰਧਾਨਗੀ ਮੰਡਲ,
ਅਜੀਮ ਸਾਹਿਤਕਾਰ, ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਸ਼ਰੋਤਾਗਣ, ਜਿਹੜੀ ਮੇਰਾ ਜਦੋਂ ਦਿਲਨਜ਼ਰ ਹੁਣਾਂ ਨੇ ਕਾਨਫਰੰਸ ਬਾਰੇ ਕਾਲ ਕੀਤੀ, ਸਾਡੀ ਗੱਲਬਾਤ ਹੋਈ, ਉਹ ਤੋਂ ਪਹਿਲਾਂ ਵੀ ਗੱਲ ਚੱਲਦੀ ਸੀ, ਕੁਛ 40 ਦਿਨ ਬਾਰੇ ਸੀ, ਕੁਛ ਪੰਜਾਬੀ ਮਾਂ ਬੋਲੀ ਬਾਰੇ, ਅਤੇ ਮੈਂ 3-4 ਮਿੰਟ ਦੇ ਵਿੱਚ ਨਾ ਆਪਣਾ ਵਿਊ ਜੋ ਮੇਰਾ ਥੋੜ੍ਹਾ ਜਿਹਾ ਤੁਹਾਨੂੰ ਅਲੱਗ ਇਸ ਕਰਕੇ ਲੱਗੇਗਾ ਕਿ ਥੋੜ੍ਹੀ ਜਿਹੀ ਆਪਾਂ ਨਾ ਜਿਹੜੀ ਮਾਯੂਸੀ ਦਿਖਾਈ ਹੈ ਕਿ ਪੰਜਾਬੀ ਬੋਲੀ ਦਾ ਜਿਹੜਾ ਨਿਘਾਰ ਹੈ ਉਹਦੇ 'ਚ ਝੂਠਾ ਨਹੀਂ, ਕੁਛ ਅਸਲੀਅਤ ਵੀ ਹੈ, ਪਰ ਮੈਂ ਥੋੜ੍ਹੀ ਜਿਹੀ ਤੁਹਾਨੂੰ ਇਹਦਾ ਪੋਜ਼ਿਟਿਵ, ਇਹਦਾ ਜਿਹੜਾ ਸਾਈਡ ਹੈ ਨਾ, ਉਹ ਮੈਂ ਦੱਸਣਾ ਚਾਹੁੰਦਾ, ਕਿਉਂਕਿ ਸਾਨੂੰ ਉਹ ਵੀ ਪਤਾ ਹੋਣਾ ਚਾਹੀਦਾ, ਪਲੱਸ ਇਹ ਤਾਂ ਸਾਨੂੰ ਪਤਾ ਕਿ ਸਾਨੂੰ ਪੰਜਾਬੀ ਬੋਲੀ ਲਈ ਕੁਛ ਕਰਨ ਦੀ ਲੋੜ ਆ, ਕੀ ਕਰਨ ਦੀ ਲੋੜ ਹੈ। ਸੋ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਬਰੀਫਲੀ ਕਰਾਂਗਾ। ਸਭ ਤੋਂ ਪਹਿਲਾਂ ਜੇ ਸਾਨੂੰ ਇਹਨੂੰ ਅੰਡਰਸਟੈਂਡ ਕਰਨਾ ਨਾ, ਤਾਂ 2-3 ਗੱਲਾਂ 'ਚ ਡਿਫਰੈਂਸ ਸਾਨੂੰ ਨਾ ਕਲੀਅਰ ਕਰਨਾ ਪੈਣਾ। ਇੱਕ ਉਹ ਇਹ ਹੈ ਕਿ ਪੰਜਾਬੀ ਇੱਕ ਬੋਲੀ ਹੈ, ਇੱਕ ਪੰਜਾਬੀ ਲਿਪੀ ਹੈ, ਨਹੀਂ ਲਿਪੀ ਹੈ, ਠੀਕ ਹੈ ਜੀ, ਉਹਨੂੰ ਆਪਾਂ ਗੁਰਮੁਖੀ ਕਹਿ ਲਈਏ। ਪਰ ਦੇਖੋ ਜਿਹੜੀ ਲਿਪੀ ਹੈ ਉਹਦੇ 'ਚ ਨਿਘਾਰ ਜਿਹੜਾ ਨਾ ਉਹ ਕਈ ਕਾਰਨਾਂ ਕਰਕੇ ਆ ਰਿਹਾ, ਪਰ ਪੰਜਾਬੀ ਬੋਲੀ ਹੈ ਜਿਹੜੀ ਉਹ ਸਾਡੇ ਖਿੱਤੇ ਨਾਲ ਇਕੱਲੀ ਜੁੜੀ ਨਹੀਂ, ਇਕੱਲੇ ਪੰਜਾਬ 'ਚ ਨਹੀਂ ਹੈ, ਉਹ ਪੰਜਾਬ ਤੋਂ ਬਾਹਰ ਵੀ ਹੈ, ਸਾਡੇ ਦੇਸ਼ ਤੋਂ ਵੀ ਬਾਹਰ ਹੈ। ਪਾਕਿਸਤਾਨ ਦੀ ਗੱਲ ਹੋਈ ਹੈ, ਵਾਕਈ ਸਾਡੇ ਇੰਡੀਆ 'ਚ ਜਿੰਨੇ ਅਸੀਂ ਪੰਜਾਬੀ ਹਾਂ ਉਸ ਤੋਂ ਵੱਧ ਪੰਜਾਬੀ ਬੋਲਣ ਵਾਲੇ ਪਾਕਿਸਤਾਨ 'ਚ ਨੇ, ਉਹਨਾਂ ਦੀ ਲਿਪੀ ਡਿਫਰੈਂਟ ਹੈ, ਉਹ ਸ਼ਾਹਮੁਖੀ 'ਚ ਆਪਾਂ ਕਈ ਵਾਰ ਕਹਿ ਦਈਦਾ। ਸੋ ਜਦੋਂ ਆਪਾਂ ਥੋੜ੍ਹਾ ਜਿਹਾ ਡੀਪਲੀ ਸੋਚਦੇ ਹਾਂ ਪੰਜਾਬੀ ਬਾਰੇ, ਸਾਨੂੰ ਇਹ ਫਰਕ ਨੋਟ ਕਰਨਾ ਚਾਹੀਦਾ, ਕਿਉਂਕਿ ਤੁਸੀਂ ਨਾ ਜੇ ਤੁਸੀਂ ਥੋੜ੍ਹਾ ਜਿਹਾ ਸੋਸ਼ਲ ਮੀਡੀਆ 'ਤੇ ਧਿਆਨ ਦਿਓ, ਪੰਜਾਬੀ ਨੂੰ ਪੰਜਾਬੀ 'ਚ ਵੀ ਲਿਖਿਆ ਜਾਂਦਾ, ਰੋਮਨ 'ਚ ਵੀ ਲਿਖਦੇ ਆ ਲੋਕ, ਯੂਨੋ ਜਿਹੜੀ ਅਲਫਾਬੈਟਸ ਦੇ ਵਿੱਚ ਵੀ ਪੰਜਾਬੀ ਲਿਖੀ ਜਾਂਦੀ ਆ। ਮੈਂ ਹਿੰਦੀ 'ਚ ਵੀ ਪੰਜਾਬੀ ਲਿਖੀ ਹੋਈ ਦੇਖੀ ਹੈ, ਸ਼ਾਹਮੁਖੀ 'ਚ ਤਾਂ ਆਪਾਂ ਦੇਖਦੇ ਹਾਂ। ਸੋ ਜਦੋਂ ਆਪਾਂ ਇਹਨੂੰ ਸਾਰੇ ਨੂੰ ਦੇਖਦੇ ਹਾਂ ਤਾਂ ਟੋਟਲ ਸਾਡੇ ਪੰਜਾਬੀ ਬੋਲਣ ਵਾਲੇ ਜਿਹੜੇ ਨੇ ਨਾ, ਉਹ ਆਪਾਂ ਨੂੰ ਉਹਨੂੰ ਗਲੋਬਲ, ਇੱਕ ਗਲੋਬਲ ਫਨੋਮਨਾ ਦੇ ਤੌਰ 'ਤੇ ਦੇਖੀਏ, ਅਤੇ ਸਾਨੂੰ ਜਿਹੜੀ ਕੋਸ਼ਿਸ਼ਾਂ ਹੈਗੀਆਂ ਉਹ ਵੀ ਸਾਡੀਆਂ ਜਿਹੜੀਆਂ ਹੈਗੀਆਂ ਉਹ ਇੰਟਰਨੈਸ਼ਨਲ ਲੈਵਲ 'ਤੇ ਚਾਹੀਦੀਆਂ। ਸੋ ਇੱਕ ਤਾਂ ਇਹ ਆ, ਦੂਸਰਾ ਮੁੱਦਾ ਜਿਹੜਾ ਹੁਣੇ ਕੀਤਾ ਕਿ ਧਰਮ ਜਿਹੜਾ ਨਾ, ਧਰਮ ਦਾ ਬੋਲੀ ਨਾਲ ਨਹੀਂ ਸੰਬੰਧ ਹੈਗਾ। ਸੋ ਹਿੰਦੂ ਵੀ, ਮੁਸਲਮਾਨ ਵੀ, ਈਸਾਈ ਕੋਈ ਵੀ, ਉਹ ਪੰਜਾਬੀ ਹੋ ਸਕਦਾ, ਇਹਦੇ 'ਚ ਸਾਡੀ ਥੋੜ੍ਹੀ ਜਿਹੀ ਤੰਗ ਦਿਲੀ ਹੈ। ਜੇ ਕੋਈ ਹਿੰਦੀ ਟਾਈਪ ਜੀ ਪੰਜਾਬੀ ਬੋਲਦਾ ਨਹੀਂ, ਭਾਪਾ ਜਿਹਾ ਕਹਿ ਕੇ ਆਪਾਂ ਪਰੇ ਕਰ ਦਈਦਾ, ਅਤੇ ਥੋੜ੍ਹਾ ਜਿਹਾ ਸਾਨੂੰ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਆਪ ਕਿੰਨੇ ਕੁ ਵਿਸ਼ਾਲ ਦਿਲ ਹੈ ਕਿ ਬਾਕੀਆਂ ਨੂੰ ਅਸੀਂ ਨਾਲ ਜੋੜਦੇ ਹਾਂ। ਤੀਸਰੀ ਗੱਲ ਇਹ ਹੈ ਕਿ ਹੁਣ ਇੱਥੇ ਗੱਲ ਹੋਈ ਸੀ ਕਿ ਯੰਗਰ ਜਨਰੇਸ਼ਨ, ਕੋਈ ਬੱਚੇ ਨਹੀਂ ਹੈਗੇ। ਹੁਣ ਤੁਸੀਂ ਜੇ ਕਹੋ ਕਿ ਬੱਚੇ ਨਹੀਂ ਬੋਲਦੇ ਤਾਂ ਗਲਤ ਹੈ। ਪੰਜਾਬੀ ਮਿਊਜ਼ਿਕ ਦਾ ਜੋ ਮਿਆਰ ਇਸ ਵੇਲੇ ਹੈ, ਪੰਜਾਬ ਦੀ ਹਿਸਟਰੀ, ਪੰਜਾਬੀ ਬੋਲੀ ਦੀ ਹਿਸਟਰੀ 'ਚ ਕਦੇ ਨਹੀਂ ਹੋਇਆ। ਜੇ ਦਲਜੀਤ ਦੁਸਾਂਝ ਸਟੇਜ ਤੋਂ ਪੰਜਾਬੀ 'ਚ ਗੱਲ ਕਰਕੇ, ਕਚੈਲਾ ਵਰਗੀ ਸਟੇਜ 'ਤੇ ਸਭ ਤੋਂ ਪਾਪੂਲਰ ਹੋ ਸਕਦਾ, ਪੰਜਾਬੀ ਗਾਣੇ ਉਹਦੇ ਸੁਣ ਸਕਦੇ ਆ, ਪੰਜਾਬ ਦੇ, ਇੰਡੀਆ ਦੇ ਇੰਟਰਨੈਸ਼ਨਲ ਲੈਵਲ 'ਤੇ ਸੋਲਡ ਆਊਟ ਸ਼ੋਅ ਜਾ ਸਕਦੇ ਆ, ਅਤੇ ਆਪਾਂ ਇਹ ਨਹੀਂ ਕਹਿ ਸਕਦੇ ਜੇ ਕਿ ਜਿਹੜੀ ਸਾਡੀ ਯੰਗਰ ਜਨਰੇਸ਼ਨ ਉਹ ਪੰਜਾਬੀ ਨਾਲ ਟੁੱਟੀ ਹੈ। ਜੇ ਅੱਜ ਪੰਜਾਬੀ ਮੂਵੀ ਆ ਕੋਈ 100 ਕਰੋੜ ਦਾ ਬਿਜ਼ਨਸ ਕਰ ਰਹੀ ਆ, ਕੈਰੀ ਔਨ ਜੱਟਾ 3 ਸਾਰਿਆਂ ਨੂੰ ਪਤਾ, 100 ਕਰੋੜ ਦਾ ਬਿਜ਼ਨਸ, ਅਤੇ ਆਪਾਂ ਕਿਵੇਂ ਕਹਿ ਸਕਦੇ ਕਿ ਪੰਜਾਬੀ ਜਿਹੜੀ ਆ ਉਹਨੂੰ ਲੋਕ ਪਿਆਰ ਨਹੀਂ ਕਰਦੇ, ਦੇਖਦੇ ਨਹੀਂ ਜਾਂ ਸੁਣਦੇ ਨਹੀਂ। ਗੱਲ ਇਹ ਹੈ
ਕਿ ਸਾਨੂੰ ਥੋੜ੍ਹਾ ਜਿਹਾ ਇਹਨੂੰ ਇਹ ਦੇਖਣਾ ਚਾਹੀਦਾ ਕਿ ਜੇ ਸਾਡੇ ਪੰਜਾਬ ਦੇ ਵਿੱਚ ਪੇਰੈਂਟਸ ਆਪਣੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਾਉਂਦੇ ਆ ਤਾਂ ਉਹਦਾ ਇਕਨੋਮਿਕ ਰੀਜ਼ਨ ਹੈ। ਉੱਥੇ ਪੰਜਾਬੀ ਪ੍ਰਾਇਮਰੀ ਸਕੂਲ ਸਰਕਾਰੀ ਸਕੂਲਾਂ ਦਾ ਹਾਲਾਤ ਖਰਾਬ ਨਹੀਂ ਹੈਗੇ, ਸਮਾਰਟ ਸਕੂਲ ਨੇ। ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਜਿਹੜੀ ਕੰਸਟਰਕਸ਼ਨ ਹੋਈ ਆ ਉਹਦਾ ਠੇਕੇਦਾਰ ਪੱਗ ਬੰਨ੍ਹੀ ਹੋਈ ਮੁੰਡਾ ਪੰਜਾਬੀ ਬੋਲ ਰਿਹਾ ਪਰ ਉਹ ਪ੍ਰਵਾਸੀ ਮਜ਼ਦੂਰ ਦਾ ਮੁੰਡਾ ਸੀ। ਹੁਣ ਆਪਾਂ ਨੂੰ ਇਹ ਮੈਨੂੰ ਬਹੁਤ ਚੰਗੀ ਗੱਲ ਲੱਗੀ ਭਾਈ ਹੁਣਾਂ ਨੇ ਜਿਹੜਾ ਕਿਹਾ ਸੀ ਆਪਾਂ ਭਈਏ ਕਹਿ ਕੇ ਉਹਨਾਂ ਨੂੰ ਦਰਕਾਰ ਦਿੰਦੇ ਹਾਂ, ਇਹ ਸਾਡੀ ਵੀ ਗਲਤੀ ਹੈ। ਸਾਨੂੰ ਥੋੜ੍ਹਾ ਜਿਹਾ ਵਿਸ਼ਾਲ ਦਿਲ ਹੋਣ ਦੀ ਲੋੜ ਹੈ। ਜੇ ਈਸਾਈ ਜਿਹੜੇ ਆ ਉਹ ਦੁਨੀਆ ਦੇ ਹਰ ਇੱਕ ਹਿੱਸੇ 'ਚ ਜਾ ਕੇ ਲੋਕਾਂ ਨੂੰ ਕ੍ਰਿਸਚੀਅਨਿਟੀ 'ਚ ਕਨਵਰਟ ਕਰ ਦਿੰਦੇ ਆ, ਅਤੇ ਜੇ ਕੋਈ ਪੰਜਾਬ ਦੇ ਕਿਸੇ ਹੋਰ ਸੂਬੇ 'ਚੋਂ ਆ ਕੇ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਲਈ ਤਿਆਰ ਹੈ, ਪੱਗ ਬੰਨ੍ਹਣ ਲਈ ਤਿਆਰ ਹੈ, ਤਾਂ ਅਸੀਂ ਉਹਨਾਂ ਨੂੰ ਕਿਉਂ ਦਰਕਾਰੀਏ ਬਈ? ਜੇ ਕੋਈ ਕਰਦਾ ਤਾਂ ਸਾਨੂੰ ਰੋਕਣਾ ਚਾਹੀਦਾ। ਉਹ ਕੌਣ ਰੋਕੇਗਾ? ਇੰਟਲੈਕਚੁਅਲ। ਹੁਣ ਤੁਸੀਂ ਇੱਥੇ ਬੈਠੇ ਹੋ, ਆਪਣੇ ਆਪ ਨੂੰ ਤੁਸੀਂ ਉਸ ਕਲਾਸ ਦੇ ਵਿੱਚ ਮਹਿਸੂਸ ਕਰੋ ਜੇ ਨਹੀਂ ਕਰਦੇ, ਕਿਉਂਕਿ ਜਿਹੜਾ ਸਾਹਿਤ ਸਭਾਵਾਂ ਦਾ ਇੱਕ ਬੜਾ ਵੱਡਾ ਰੋਲ ਹੈ। ਕਾਨਫਰੰਸ ਹੋ ਰਹੀ ਹੈ, ਇਹਦੇ ਵਿੱਚ ਸਾਨੂੰ ਜੋ ਚੰਗੀਆਂ ਚੀਜ਼ਾਂ ਹੋ ਰਹੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਰੈਕੋਗਨਾਈਜ਼ ਕਰਨਾ ਚਾਹੀਦਾ। ਚਾਰਟਰ ਸਕੂਲ ਹੈ ਇੱਥੇ ਵੈਸਟ ਸੈਕਰਾਮੈਂਟੋ ਦਾ, ਮੈਨੂੰ ਬੜਾ ਚੰਗਾ ਲੱਗਦਾ ਜੇ ਉਹਨਾਂ ਦੇ ਕਿਸੇ ਇੱਥੇ ਨੁਮਾਇੰਦੇ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ। ਭੈਣ ਜੀ ਉਹਨਾਂ ਨੇ ਕਿਹਾ 400 ਸਟੂਡੈਂਟ ਪੜ੍ਹ ਰਹੇ, ਇਹ ਦੇਣ ਆ ਨਾ। ਜੇ ਅੱਜ ਦੀ ਕਾਨਫਰੰਸ ਦਾ ਜਿਹੜਾ ਮੁੱਦਾ ਹੈ ਉਹ ਪੰਜਾਬੀ ਮਾਂ ਬੋਲੀ ਆ, ਜਿਹੜੇ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਆ ਉਹਨਾਂ ਨੂੰ ਕਰੋ। ਗਾਰਡ ਦੇ ਇੱਥੇ ਆਪਣੇ ਮੇਅਰ ਸਾਹਿਬ ਬੈਠੇ ਆ, ਸਾਨੂੰ ਬੜੀ ਖੁਸ਼ੀ ਆ, ਪੱਗ ਬੰਨ੍ਹ ਕੇ ਬੈਠੇ ਆ, ਇਹਨਾਂ ਦੀ ਵੀ ਕੰਟਰੀਬਿਊਸ਼ਨ ਹੈ, ਪਰ ਉਹਨਾਂ ਦੇ ਆਇਆਂ 'ਤੇ ਵੀ ਇੱਦਾਂ ਹੀ ਤਾੜੀਆਂ ਵੱਜਣੀਆਂ ਚਾਹੀਦੀਆਂ ਸੀ। ਬੱਚਾ ਉਹੀ ਬਣਨਾ ਚਾਹੁੰਦਾ ਜਿਹੜਾ ਨੂੰ ਉਹ ਆਪਣੇ ਮਾਂ ਬਾਪ ਨੂੰ ਆਪਣੇ ਕਲਚਰ ਨੂੰ ਉਹਨਾਂ ਨੂੰ ਉਹਨਾਂ ਦੀ ਕਦਰ ਕਰਦੇ ਦੇਖਦਾ। ਜੇ ਪੋਲੀਟੀਸ਼ੀਅਨ ਦੇ ਆਏ ਤਾਂ ਸੜਕਾਂ ਬੰਦ ਹੋ ਜਾਂਦੀਆਂ ਅਤੇ ਹਰ ਇੱਕ ਬੱਚਾ ਪੋਲੀਟੀਸ਼ੀਅਨ ਬਣਨਾ, ਹਰ ਇੱਕ ਬੱਚਾ MLA ਬਣਨਾ ਚਾਹੁੰਦਾ। ਜੇ ਲਿਖਾਰੀ ਨੂੰ ਤੁਸੀਂ ਸੁਣ ਕੇ ਰਾਜ਼ੀ ਨਹੀਂ ਤਾਂ ਉਹ ਕਿਉਂ ਲਿਖਾਰੀ ਬਣੇਗਾ? ਜੇ ਅਸੀਂ ਆਪਣੇ ਜਿਹੜੇ ਯੰਗਰ ਜਨਰੇਸ਼ਨ ਜਿਹੜੀ ਅੱਜ ਕੱਲ੍ਹ ਕੋਈ ਲਿਖ ਰਹੇ ਆ, ਹੁਣ ਮੈਂ ਜਿਸ ਕਰਕੇ ਦਿਲਨਜ਼ਰ ਹੋਣਾ ਨੇ ਮੈਨੂੰ ਟਾਈਮ ਦਿੱਤਾ, ਮੇਰੇ ਖਿਆਲ ਮੇਰੇ 3 ਮਿੰਟ ਹੁਣ ਸ਼ੁਰੂ ਹੋਣ ਲੱਗਿਆ, ਮੈਂ ਖਤਮ ਕਰਨ ਲੱਗਿਆ ਗੱਲ, ਕਿ 40 ਦਿਨ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ, ਸਾਰੀਆਂ ਸਾਹਿਤ ਸਭਾਵਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਇਨਕਰੇਜ ਕੀਤਾ। ਉਹਦੇ 8 ਐਡੀਸ਼ਨ 9 ਮਹੀਨਿਆਂ ਛਪ ਕੇ ਵਿਕਿਆ। ਸੋ ਇੱਕ ਤਾਂ ਇਹ ਗੱਲ ਕਿ ਪੰਜਾਬੀ ਕਿਤਾਬਾਂ ਪਾਠਕ ਪੜ੍ਹਦੇ ਨਹੀਂ ਜਾਂ ਖਰੀਦਦੇ ਨਹੀਂ, ਇਹ ਤਾਂ ਆਪਾਂ ਹੁਣ ਗੱਲ ਕਹਿਣੀ ਬੰਦ ਕਰ ਦਈਏ। ਦੂਸਰੀ ਗੱਲ ਕਿ ਜਿਹੜੇ ਆਪਾਂ ਪਾਕਿਸਤਾਨ ਨੂੰ ਪੰਜਾਬੀ ਨੂੰ ਥੋੜ੍ਹਾ ਜਿਹਾ ਹੋਰ ਨੇੜੇ ਹੋਣ ਦੀ ਲੋੜ ਹੈ। ਉੱਥੇ ਕਿਸੇ ਨੇ ਕਿਤਾਬ ਪੜ੍ਹ ਕੇ ਸ਼ਾਹਮੁਖੀ 'ਚ ਕੀਤੀ, ਫਿਰ ਮੈਂ ਉੱਥੇ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਉੱਤੇ ਮੈਨੂੰ ਇਨਵਾਈਟ ਕੀਤਾ ਗਿਆ, ਮੈਂ ਉੱਥੇ ਗਿਆ ਅਤੇ ਉਹਨਾਂ ਨੇ ਸ਼ਾਹਮੁਖੀ 'ਚ ਜਮੀਲ ਪਾਲ ਹੋਣਾ ਨੇ, ਬੜੇ ਵੱਡੇ ਲਿਖਾਰੀ ਨੇ, ਉਹਨਾਂ ਨੇ ਸ਼ਾਹਮੁਖੀ 'ਚ ਉਹਨੂੰ ਟਰਾਂਸਲੇਟ ਕਰਕੇ ਅੱਜ ਲਾਹੌਰ ਦੇ ਪੰਜਾਬੀ ਬੁੱਕ ਸਟਾਂ ਜਿੱਥੇ ਉਰਦੂ ਦੀਆਂ ਕਿਤਾਬਾਂ ਨੇ ਉੱਥੇ 40 ਦਿਨ ਵੀ ਪਈ ਹੈ। ਸੋ ਹੁਣ ਲੋੜ ਸਿਰਫ ਇਹ ਹੈ ਕਿ ਆਪਾਂ ਨੂੰ ਕਰਨ ਦੀ ਕੀ ਲੋੜ ਹੈ? ਇੱਕ ਤਾਂ ਇਹ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ ਹੈਗੇ ਨੇ, ਕੋਸ਼ਿਸ਼ ਕਰ ਰਹੇ ਨੇ ਲੋਕ ਸਾਹਿਤ ਸਭਾਵਾਂ ਨੂੰ ਵੀ, ਜਿਹੜੇ ਬੱਚਿਆਂ ਨੂੰ ਦੇਖੋ ਜ਼ਬਰਦਸਤੀ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਘੱਟੋ ਘੱਟ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਜਾ ਸਕਦਾ। ਮੇਰਾ ਖਿਆਲ ਹੈ ਵੀ ਜੇ ਆਪਾਂ ਉਹਨਾਂ ਦੇ ਨਾਲ ਥੋੜ੍ਹੀ ਕੋਲੈਬੋਰੇਸ਼ਨ ਕਰੀਏ, ਕਿਉਂਕਿ ਮੈਨੂੰ ਯਾਦ ਹੈ ਕਿ ਫੇਅਰਫੀਲਡ ਗੁਰਦੁਆਰਾ ਸਾਹਿਬ ਜਿਹੜਾ ਪੰਜਾਬੀ ਸਕੂਲ ਹੈ
ਉਹਦੇ ਵਿੱਚ ਸਾਨੂੰ ਕਈ ਵਾਰ ਟੀਚਰ ਲੱਭਣ ਦੀ ਪ੍ਰੋਬਲਮ ਹੁੰਦੀ ਰਹੀ ਹੈ। ਤਾਂ ਮੈਂ ਕਹਿ ਰਿਹਾ ਕਿ ਸਾਨੂੰ ਥੋੜ੍ਹਾ ਜਿਹਾ ਆਪਾਂ ਨੂੰ ਉਸ ਹਿਸਾਬੇ ਇਹਨਾਂ ਨੂੰ ਥੋੜ੍ਹੀ ਕੋਲੈਬੋਰੇਸ਼ਨ ਨੂੰ ਵਧਾਉਣ ਦੀ ਲੋੜ ਹੈ। ਇੱਕ ਜਿਹੜੀ ਹੋਰ ਗੱਲ ਆਪਾਂ ਕਰ ਸਕਦੇ ਹਾਂ ਉਹ ਇਹ ਹੈ ਕਿ ਅੱਜ ਨਹੀਂ ਪਰ ਆਉਣ ਵਾਲੇ ਦਹਾਕਿਆਂ ਦੇ ਵਿੱਚ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦੇ ਵਿੱਚ ਜਿਹੜੀ ਕੋਲੈਬੋਰੇਸ਼ਨ ਵਧਣੀ ਚਾਹੀਦੀ ਹੈ ਇਕਨੋਮਿਕ ਲੈਵਲ 'ਤੇ ਵੀ, ਸੱਭਿਆਚਾਰਕ ਲੈਵਲ 'ਤੇ ਵੀ, ਕਿਉਂਕਿ ਉਹ ਪੰਜਾਬੀ ਨੂੰ ਵਾਕਈ ਪਿਆਰ ਕਰਦੇ। ਤੁਸੀਂ ਉੱਥੇ ਜਾਓ ਤੁਹਾਨੂੰ ਵੀ ਬਹੁਤ ਪਿਆਰ ਸਤਿਕਾਰ ਮਿਲਦਾ। ਉਹ ਸਟਰਗਲ ਕਰ ਰਹੇ ਆ ਕਿ ਪੰਜਾਬੀ ਨੂੰ ਉੱਥੇ ਅਫੀਸ਼ੀਅਲ ਲੈਂਗੁਏਜ ਬਣਾਇਆ ਜਾਵੇ। ਮਰੀਅਮ ਨਵਾਜ਼ ਉਹਨਾਂ ਨੇ ਵਾਅਦਾ ਵੀ ਕੀਤਾ ਪਰ ਕਈ ਵਾਰ ਜਿਹੜੇ ਸਿਆਸਤਦਾਨਾਂ ਦੇ ਵਾਅਦੇ ਪੂਰੇ ਹੁੰਦਿਆਂ ਟਾਈਮ ਲੱਗ ਜਾਂਦਾ, ਪਰ ਆਪਣੀ ਵੋਟ ਦੀ ਵੈਲਿਊ ਸਮਝਣ ਦੀ ਲੋੜ ਆ, ਸਾਨੂੰ ਇੱਕ ਦੂਜੇ ਨਾਲ ਹੋਰ ਸਹਿਯੋਗ ਕਰਨ ਦੀ ਲੋੜ ਹੈ। ਪੰਜਾਬੀ ਜ਼ਿੰਦਾਬਾਦ ਰਹੀ ਹੈ ਅਤੇ ਪੰਜਾਬੀ ਜ਼ਿੰਦਾਬਾਦ ਰਹੇਗੀ। ਥੈਂਕ ਯੂ ਵੈਰੀ ਮੱਚ ਡਾਕਟਰ ਗੁਰਪ੍ਰੀਤ ਤੁਗਾ ਜੀ। ਸਾਡੇ ਕੋਲ ਇਸ ਸੈਸ਼ਨ ਦੇ ਆਖਰੀ ਬੁਲਾਰੇ ਆ ਜੀ, ਦਲਜੀਤ ਸਿੰਘ ਜੀ ਸੰਧੂ, ਉਹ ਪਲੀਜ਼ ਸਟੇਜ 'ਤੇ ਆ ਜਾਣ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਦੀ ਅੱਜ ਇਹ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਸਾਡੇ ਸ਼ਹਿਰ ਸੈਕਰਾਮੈਂਟੋ ਤੋਂ ਪੰਜਾਬੀ ਸਹਿਤ ਸਭਾ ਦੀ ਤਰਫੋਂ ਕੀਤੀ ਜਾ ਰਹੀ ਹੈ। ਮੈਂ ਅਤੇ ਇਹਨਾਂ ਨੂੰ ਖਾਲਸਾ ਕਾਲਜ ਅੰਮ੍ਰਿਤਸਰ, ਜੋ ਕਿ ਪੰਜਾਬੀ ਦਾ ਇੱਕ ਸਭ ਤੋਂ ਪਹਿਲਾ ਸਕੂਲ ਹੈ ਅਤੇ ਪੰਜਾਬੀ ਦਾ ਬੋਰਡ ਹੈ, ਉਸ ਕਾਲਜ ਦੀ ਮੈਨੇਜਮੈਂਟ ਦਾ ਇੱਕ ਹਿੱਸਾ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਮੈਂਬਰ ਹੁੰਦੇ ਹਾਂ, ਮੈਂ ਇਹਨਾਂ ਨੂੰ ਵਧਾਈ ਦੇਣ ਆਇਆ ਸਰ ਰੰਧਾਵਾ ਸਾਹਿਬ ਨੂੰ, ਦਿਲਨਿੱਜਰ ਸਾਹਿਬ ਨੂੰ ਅਤੇ ਸਾਰੀ ਇਹਨਾਂ ਦੀ ਸਿਹਤ ਸਭਾ ਦੀ ਕਮੇਟੀ ਨੂੰ। ਅੱਜ ਤੋਂ 6-7 ਸਾਲ ਪਹਿਲਾਂ ਵੀ ਇਹਨਾਂ ਨੇ ਇੱਕ ਕਾਨਫਰੰਸ ਕੀਤੀ ਸੀ ਉੱਥੇ ਬੌਬੀ ਗੋਸਲ ਦੇ ਹੋਟਲ ਦੇ ਵਿੱਚ, ਅਤੇ ਉਦੋਂ ਵੀ ਮੈਨੂੰ ਇਹਨਾਂ ਨੇ 2-3 ਮਿੰਟ ਦਿੱਤੇ ਸੀ ਬੋਲਣ ਨੂੰ। ਅਤੇ ਮੈਂ ਮਹਿਸੂਸ ਕਰਦਾ ਵੀ ਸਾਡੀ ਇਹ ਸੈਕਰਾਮੈਂਟੋ ਦੀ ਸਿਹਤ ਸਭਾ ਬੜੀ ਹਿੰਮਤ ਨਾਲ, ਬੜੀ ਦਲੇਰੀ ਨਾਲ ਜਿਹੜਾ ਆਪਣਾ ਫਰਜ਼ ਹੈ ਉਹ ਨਿਭਾ ਰਹੇ ਆ। ਜਿਵੇਂ ਫਿਕਰ ਕੀਤਾ ਜਾ ਰਿਹਾ ਵੀ ਪੰਜਾਬੀ ਸ਼ਾਇਦ ਨਾ ਰਹੇ, ਪੰਜਾਬੀ ਨਾ ਬੋਲੀ ਜਾਵੇ, ਇਹ ਕਦੀ ਹੋ ਨਹੀਂ ਸਕਦਾ, ਕਿਉਂਕਿ ਇਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿਹੜੇ ਹੈ ਉਹ ਕਿੰਨੇ ਕੁ ਦਲੇਰ ਅਤੇ ਕਿੰਨੇ ਕੁ ਹਿੰਮਤ ਵਾਲੇ ਹੈ ਇਹ ਅਸੀਂ ਤੁਸੀਂ ਸਭ ਜਾਣਦੇ ਹਾਂ। ਮੈਂ ਇੱਥੇ ਦੱਸਣ 'ਚ ਖੁਸ਼ੀ ਮਹਿਸੂਸ ਕਰਦਾ, ਸਾਨੂੰ ਸਭ ਨੂੰ ਪਤਾ ਵੀ ਹੈ ਵੀ ਅਮੈਰੀਕਾ ਵਰਗੇ ਸ਼ਹਿਰ ਦੇ ਵਿੱਚ ਡਰਾਈਵਿੰਗ ਲਾਇਸੈਂਸ ਲਈ ਵੀ ਪੰਜਾਬੀ ਦੀਆਂ ਲੈਂਗੁਏਜ ਵਿੱਚ ਕੁਐਸਚਨ ਆਨਸਰ ਹੁੰਦੇ ਆ ਅਤੇ ਆਪਾਂ ਆਨਸਰ ਦਿੰਦੇ ਹਾਂ, ਅਤੇ ਹੁਣ ਸਿਟੀਜ਼ਨਸ਼ਿਪ ਵਾਸਤੇ ਵੀ ਮੇਰੀ ਸਮਝ ਮੁਤਾਬਕ ਪੰਜਾਬੀ ਦੇ ਕੁਐਸਚਨ ਆਨਸਰ ਜਿਹੜੇ ਆ ਹੁੰਦੇ ਆ। ਅਤੇ ਸੈਕਟਰੀ ਆਫ ਸਟੇਟ ਦੇ ਵਿੱਚ ਮੇਰਾ ਛੋਟਾ ਵੀਰ ਗੁਰਜਤਿੰਦਰ ਰੰਧਾਵਾ ਪੰਜਾਬੀ ਦੇ ਤੌਰ 'ਤੇ ਉੱਥੇ ਮੈਂਬਰ, ਹੀ ਜੁਆਇੰਡ ਸੈਕਟਰੀ ਆਫ ਸਟੇਟ। ਅਤੇ ਮੈਂ ਸਮਝਦਾ ਵੀ ਟਾਈਮ ਦੇ ਮੁਤਾਬਕ ਜਿੰਨਾ ਕਿ ਇਹਨਾਂ ਟਾਈਮ ਦਿੱਤਾ, ਗੁਰੂ ਮਹਾਰਾਜ ਕਰੇ ਇਸ ਸ਼ਹਿਰ ਦੇ ਵਿੱਚ, ਇਸ ਸਟੇਟ ਦੇ ਵਿੱਚ, ਇਸ ਮੁਲਕ ਦੇ ਵਿੱਚ, ਜਿਵੇਂ ਸਿੰਗਾਪੁਰ ਦੇ ਵਿੱਚ ਪੰਜਾਬੀ ਸੈਕਿੰਡ ਲੈਂਗੁਏਜ ਹੈ, ਜਾਂ ਕੈਨੇਡਾ ਦੇ ਵਿੱਚ ਏਅਰਪੋਰਟਾਂ 'ਤੇ ਪੰਜਾਬੀ 'ਚ ਬੋਲਿਆ ਜਾਂਦਾ ਵੀ ਆਪਣੇ ਸਮਾਨ ਦਾ ਧਿਆਨ ਆਪ ਰੱਖੋ, ਜੀ ਆਇਆਂ ਨੂੰ ਜੋ ਵੀ, ਸੋ ਪੰਜਾਬੀ ਸੜਕਾਂ ਦੇ ਉੱਤੇ ਜਿਹੜੇ ਨਾਂ ਲਿਖੇ ਆ ਸੜਕਾਂ ਦੇ ਨਾਲ ਅੰਗਰੇਜ਼ੀ ਦੇ ਨਾਲ ਪੰਜਾਬੀ 'ਚ, ਇਹ ਸਿਹਤ ਸਭਾ ਇੰਨੀ ਕਾਮਯਾਬ ਹੋਵੇ, ਇੰਨੀ ਤਾਕਤਵਰ ਹੋਵੇ ਵੀ ਇੱਥੇ ਵੀ ਸਾਡੀਆਂ ਸੜਕਾਂ 'ਤੇ ਅਤੇ ਸਾਡੇ ਬੱਚੇ ਜਿਹੜੇ ਆ ਉਹ ਪੰਜਾਬੀ ਪੜ੍ਹਨ ਲਿਖਣ ਅਤੇ ਪੰਜਾਬੀ ਸਾਡੀ ਇੱਥੇ ਬੋਲੀ ਜਾਵੇ। ਅਤੇ ਬਾਕੀ ਤਾਂ ਜਿਹੜੇ ਸਾਹਿਤਕਾਰ ਨੇ, ਜਿਹੜੇ ਲਿਖਣ ਵਾਲੇ ਨੇ, ਉਹ
ਬੜੀ ਹਿੰਮਤ ਨਾਲ ਮਿਹਨਤ ਨਾਲ ਇਹਨੂੰ ਅੱਗੇ ਖੜ੍ਹਦੇ ਆ। ਮੈਂ ਸਾਰਿਆਂ ਨੂੰ ਕਾਲਜ ਦੀ ਤਰਫੋਂ ਜੋ ਕਿ ਪੰਜਾਬੀ ਦਾ ਬੋਰਡ ਹੈ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ। ਵਾਹਿਗੁਰੂ ਹੋਰ ਤੁਹਾਨੂੰ ਹਿੰਮਤ ਤਾਕਤ ਬਖਸ਼ੇ ਅਤੇ ਸਾਡੀ ਪੰਜਾਬੀ ਜਿਹੜੀ ਆ ਉਹ ਅਸਮਾਨ ਦੀਆਂ ਬੁਲੰਦੀਆਂ ਤੱਕ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਦਾਰ ਦਲਜੀਤ ਸਿੰਘ ਸੰਧੂ ਜੀ, ਬਹੁਤ ਵਧੀਆ ਤੁਹਾਡੇ ਵਿਚਾਰ, ਧੰਨਵਾਦ ਤੁਹਾਡਾ। ਤੁਸੀਂ ਪੰਜਾਬੀ ਨਾਲ ਪਿਆਰ ਕਰਦੇ ਹੋ। ਮੈਂ ਖਾਸ ਤੌਰ 'ਤੇ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਆ ਉਹ ਗੁਰਦੁਆਰਾ ਸੰਤ ਸਾਗਰ ਉੱਥੇ ਹੁੰਦੀ ਆ, ਅਤੇ ਸਾਡੇ ਲਈ ਇਹ ਬੜਾ ਵੱਡਾ ਉਪਰਾਲਾ ਹੋਇਆ ਕਿਉਂਕਿ ਸਾਡੀ ਮੀਟਿੰਗ 'ਚ ਵੀ ਐਵਰੇਜ 40 ਕੁ ਬੰਦੇ ਹੋ ਜਾਂਦੇ ਆ ਹਰ ਮਹੀਨੇ ਆਖਰੀ ਸੰਡੇ ਨੂੰ, ਅਤੇ ਸਾਨੂੰ ਬੜਾ ਔਖਾ ਜਿਹਾ ਲੱਗਦਾ ਜਦੋਂ ਅਸੀਂ ਕਿਤੇ ਪੀਜ਼ਾ ਹਾਊਸ ਜਾਣਾ ਜਾਂ ਕਿਸੇ ਰੈਸਟੋਰੈਂਟ ਜਾਣਾ, ਬਿੱਲ ਦੇਣ ਲੱਗਿਆ ਥੋੜ੍ਹਾ ਜਿਹਾ ਚੁੱਭਦਾ ਸੀ। ਅਤੇ ਸਾਡੀ ਬਹੁਤ ਸਹਾਇਤਾ ਹੋਈ ਹੈ ਇਸ ਨਾਲ ਸਰਦਾਰ ਨਰਿੰਦਰਪਾਲ ਸਿੰਘ ਹੁੰਦਲ, ਜਿਹੜੇ ਕਿ ਸੰਤ ਸਾਗਰ ਗੁਰੂ ਘਰ ਦੇ ਇੰਚਾਰਜ ਆ, ਮੁਖੀ ਆ। ਅਤੇ ਮੈਂ ਬੇਨਤੀ ਕਰਾਂਗਾ ਜੀ ਸਟੇਜ 'ਤੇ ਆਓ, ਆਪਣੇ ਸ਼ਬਦ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ, ਅਤੇ ਅਸੀਂ ਤੁਹਾਨੂੰ ਅੱਜ ਵਿਸ਼ੇਸ਼ ਤੌਰ 'ਤੇ ਸਨਮਾਨ 'ਤੇ ਵੀ ਕਰਨ ਜਾ ਰਹੇ ਹਾਂ। ਪਰਮ ਸਤਿਕਾਰਯੋਗ ਪ੍ਰਧਾਨਗੀ ਮੰਡਲ ਅਤੇ ਮੇਰੇ ਸਾਹਮਣੇ ਬੈਠੇ ਸਤਿਕਾਰਯੋਗ ਵੀਰੋ ਅਤੇ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਖਿਮਾ ਦਾ ਜਾ ਚੁੱਕਾਂ ਕਿ ਲੇਟ ਪਹੁੰਚਿਆ, ਮੈਂ ਤੁਹਾਡੇ ਵਡਮੁੱਲੇ ਵਿਚਾਰ ਬਹੁਤੇ ਸੁਣ ਨਹੀਂ ਸਕਿਆ, ਲੇਕਿਨ ਜਦੋਂ ਤੋਂ ਮੈਂ ਆਇਆ ਕੁਛ ਮਿੰਟਾਂ ਤੋਂ ਜਿਹੜੇ ਵਿਚਾਰ ਦਿਲ ਨਿੱਜਰ ਜੀ, ਰੰਧਾਵਾ ਸਾਹਿਬ ਅਤੇ ਹੋਰ ਬੁਲਾਰਿਆਂ ਨੇ ਪੇਸ਼ ਕੀਤੇ ਆ, ਮੈਂ ਉਹਨਾਂ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਤਾਈਦ ਵੀ ਕਰਦਾ ਔਰ ਆਪਣੇ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਵੀ ਦਿੰਦਾ, ਜਿਵੇਂ ਰੰਧਾਵਾ ਸਾਹਿਬ ਨੇ ਕਿਹਾ ਕਿ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਉੱਥੋਂ ਦੀ ਜਿਹੜੀ ਸੁਵਿਧਾ ਆ, ਅਸੀਂ ਆਪ ਇਹਨਾਂ ਨੂੰ ਬੇਨਤੀ ਕਰਕੇ ਵਾਰ ਵਾਰ ਕਿ ਤੁਸੀਂ ਕਿਰਪਾ ਕਰਕੇ ਉੱਥੇ ਮੀਟਿੰਗ ਕਰਿਆ ਕਰੋ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਆ। ਸੋ ਇਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ, ਮੈਂ ਸਮਝਦਾ ਸਾਨੂੰ ਮਾਣ ਬਖਸ਼ਿਆ। ਜਦੋਂ ਸਾਰੇ ਭਰਾ ਭੈਣਾਂ ਇਕੱਠੇ ਹੁੰਦੇ ਆ ਅਤੇ ਉਹਨਾਂ ਦੇ ਵਿਚਾਰ ਸੁਣਨ ਦਾ ਸਮਾਂ ਮਿਲਦਾ। ਮੈਂ ਖੁਦ ਨਾ ਤਾਂ ਕੋਈ ਲੇਖਕ ਹਾਂ, ਲੇਕਿਨ ਮੈਂ ਕੌਮ ਦਾ ਪ੍ਰਚਾਰਕ ਜ਼ਰੂਰ ਰਿਹਾ। ਮੈਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਚਾਰਕ ਦੀ ਡਿਗਰੀ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਅਤੇ ਮੈਂ ਬਤੌਰ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਖ ਕੌਮ ਦੀ ਸੇਵਾ ਸ਼ੁਰੂ ਕੀਤੀ ਅਤੇ ਵੱਖ ਵੱਖ ਕਵੀਆਂ ਦੇ, ਵੱਖ ਵੱਖ ਸ਼ਾਇਰਾਂ ਦੇ, ਉਹਨਾਂ ਦੇ ਲਿਖੇ ਹੋਏ ਸਾਹਿਤ ਨੂੰ ਅੱਗੇ ਆਪਣੇ ਲੈਕਚਰਾਂ ਦੇ ਵਿੱਚ ਬੋਲਣ ਦੇ ਵਿੱਚ ਮੈਂ ਮਾਣ ਮਹਿਸੂਸ ਕਰਦਾ ਹੁੰਦਾ ਸੀ। ਸੋ ਇਸ ਕਰਕੇ ਸਾਹਿਤਕਾਰਾਂ ਨੂੰ ਹਮੇਸ਼ਾ ਮੈਂ ਬਹੁਤ ਸਤਿਕਾਰ ਦਿੱਤਾ ਔਰ ਮੇਰੀ ਹੁਣ ਵੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਸਾਹਿਤਕਾਰਾਂ ਦਾ ਸਤਿਕਾਰ ਕੀਤਾ ਜਾਵੇ ਔਰ ਸਾਹਿਤਕਾਰਾਂ ਨੂੰ ਬੁਲਾ ਕੇ ਜਿੱਥੇ ਆਪਣੀ ਮੀਟਿੰਗ ਦੇ ਵਿੱਚ ਆਪਣੀਆਂ ਗੱਲਾਂ ਕਰਦੇ ਆ। ਮੈਂ ਤਾਂ ਰੰਧਾਵਾ ਸਾਹਿਬ ਨੂੰ ਕਿਹਾ ਸੀ ਕਿ ਮਹੀਨੇ ਦੇ ਵਿੱਚ ਇੱਕ ਐਤਵਾਰ ਜਿਵੇਂ ਤੁਸੀਂ ਮੀਟਿੰਗ ਕਰਦੇ ਹੋ, ਇੱਕ ਐਤਵਾਰ ਕਵੀ ਦਰਬਾਰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਰਿਆ ਕਰੋ। ਅਸੀਂ ਜਿੰਨੇ ਵੀ ਤੁਸੀਂ ਟਾਈਮ ਕਹੋਗੇ ਉਸ ਦਿਨ ਇੱਕ ਘੰਟੇ ਤੋਂ ਲੈ ਕੇ 2 ਘੰਟੇ ਤੱਕ ਦਾ ਟਾਈਮ ਵੀ ਤੁਹਾਨੂੰ ਤੁਹਾਡੇ ਸਪੁਰਦ ਸਟੇਜ ਕਰ ਦਿਆ ਕਰਾਂਗੇ, ਅਸੀਂ ਸਾਹਮਣੇ ਬੈਠ ਕੇ ਸੁਣਿਆ ਕਰਾਂਗੇ। ਉਹਦੇ ਵਿੱਚ ਤੁਸੀਂ ਨਵੇਂ ਹੋਰ ਜਿਹੜੇ ਕਵੀ ਆ, ਲੇਖਕ ਆ, ਉਹਨਾਂ ਨੂੰ ਸਟੇਜ ਦੇ ਰੂਬਰੂ ਕਰੋ।
ਮੈਂ ਹੋਰ ਬਹੁਤਾ ਕੁਛ ਨਾ ਕਹਿੰਦਾ ਹੋਇਆ ਇਹੀ ਬੇਨਤੀ ਕਰਨੀ ਚਾਹਾਂਗਾ। ਪੰਜਾਬੀ ਬਹੁਤ ਲੋਕਾਂ ਦੀ ਜ਼ੁਬਾਨ ਆ। ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ 18 ਕਰੋੜ ਤੋਂ ਵੀ ਵੱਧ ਲੋਕ ਪੰਜਾਬੀ ਬੋਲਦੇ ਆ। ਪਾਕਿਸਤਾਨ ਦੇ ਵਿੱਚ ਅੱਧੀ ਤੋਂ ਜ਼ਿਆਦਾ ਆਬਾਦੀ, 60% ਆਬਾਦੀ ਉੱਥੋਂ ਦੀ ਪੰਜਾਬੀ ਬੋਲਦੀ ਹੈ। ਸੋ ਭਾਵੇਂ ਵੱਖਰੇ ਵੱਖਰੇ ਲਿਪੀ ਦੇ ਵਿੱਚ ਲਿਖੀ ਜਾਂਦੀ ਆ, ਲੇਕਿਨ ਗੱਲਾਂ ਸਾਡੀਆਂ ਉਹੀ ਆ ਜਿਹੜੀਆਂ ਅਸੀਂ ਗੁਰਮੁਖੀ ਲਿਪੀ 'ਚ ਪੜ੍ਹਦੇ ਹਾਂ, ਉਹ ਸ਼ਾਹਮੁਖੀ ਲਿਪੀ 'ਚ ਪੜ੍ਹਦੇ ਆ। ਕਈ ਸਾਡੇ ਹੁਣ ਨਵੇਂ ਜਿਹੜੇ ਬੱਚੇ ਆ ਉਹ ਰੋਮਨ ਐਲਫਾਬੈਟਿਕ ਦੇ ਵਿੱਚ ਵੀ ਲਿਖ ਕੇ ਪੰਜਾਬੀ ਗੱਲਾਂ ਬਾਤਾਂ ਕਰਦੇ ਆ। ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਜਾਣੀ ਚਾਹੀਦੀ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਦਾਰ ਨਰਿੰਦਰਪਾਲ ਸਿੰਘ ਜੀ ਹੁੰਦਲ, ਬਹੁਤ ਬਹੁਤ ਮਿਹਰਬਾਨੀ। ਵਧੀਆ ਤੁਸੀਂ ਸਾਡੀ ਜਿੱਥੇ ਹੈਲਪ ਕਰਦੇ ਹੋ, ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਹੋ, ਸਾਨੂੰ ਬਹੁਤ ਹੰਗਾਰਾ ਮਿਲਦਾ ਜਦੋਂ ਹਰ ਵਾਰ ਕੋਈ ਨਾ ਕੋਈ ਨਵਾਂ ਸਾਨੂੰ ਕੋਈ ਪ੍ਰੋਜੈਕਟ ਦੇ ਕੇ ਜਾਂਦੇ ਹੋ। ਇੱਧਰ ਆ ਜਾਓ, ਸਾਹਮਣੇ ਆ ਜਾਓ, ਅਸੀਂ ਤੁਹਾਡਾ ਸਨਮਾਨ ਕਰਨ ਜਾ ਰਹੇ ਹਾਂ। ਕੁਛ ਜੇ ਆਪਣੇ ਐਗਜ਼ੈਕਟਿਵ ਮੈਂਬਰ ਸਿੱਧੂ ਸਾਹਿਬ, ਤੁਸੀਂ ਵੀ ਆ ਜਾਓ। ਮੇਜਰ ਸਾਹਿਬ ਆ ਜਾਓ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਤੁਸੀਂ ਡਿਜ਼ਰਵ ਕਰਦੇ ਸੀ, ਤੁਹਾਡਾ ਸਨਮਾਨ ਹੋਣਾ ਜ਼ਰੂਰੀ ਸੀ। ਸਾਡੇ ਅਗਲੀ ਸਨਮਾਨਿਤ ਸ਼ਖਸੀਅਤ ਹੈ ਜੀ ਪ੍ਰਗਟ ਸਿੰਘ ਸੰਧੂ ਜੀ, ਪਲੀਜ਼ ਸਟੇਜ 'ਤੇ ਆ ਜਾਓ। ਮੇਅਰ ਸਾਹਿਬ, 2 ਵਾਰ ਦੇ ਮੇਅਰ, 1 ਵਾਰੀ ਵਾਈਸ ਮੇਅਰ ਵੀ ਰਹੇ ਆ ਗਾਲਟ ਸਿਟੀ ਦੇ। ਮੈਂ ਬੇਨਤੀ ਕਰਾਂਗਾ ਕਿ ਸਰਦਾਰ ਪ੍ਰਗਟ ਸਿੰਘ ਸੰਧੂ ਹੋਰਾਂ ਨੂੰ ਵੀ ਉਹ ਸਟੇਜ 'ਤੇ ਆ ਜਾਣਾ, ਅਸੀਂ ਉਹਨਾਂ ਦਾ ਸਨਮਾਨ ਕਰ ਸਕੀਏ। ਸਾਰੇ ਸਾਡੇ ਐਗਜ਼ੈਕਟਿਵ ਮੈਂਬਰ ਇੱਕ ਵਾਰੀ ਫੇਰ ਆ ਜਾਣ। ਬੜਾ ਮਾਣ ਹੁੰਦਾ ਜੀ ਜਦੋਂ ਕੋਈ ਦਸਤਾਰ ਨਾਲ ਅਮੈਰੀਕਨ ਪੋਲੀਟਿਕਸ ਵਿੱਚ ਉਹ ਵਿਚਰਦੇ ਆ, ਅਤੇ ਲੋਕ ਸਗੋਂ ਪੁੱਛਦੇ ਆ ਇਹਦੇ ਨਾਲ ਵੀ ਤੁਸੀਂ ਕੌਣ ਹੁੰਦੇ ਹੋ, ਕਿਸ ਤਰ੍ਹਾਂ ਇਹ ਕਿਹੜੀ ਕੌਮ ਆ। ਜੇ ਨਹੀਂ ਵੀ ਪੁੱਛਦੇ, ਜੇ ਭੀੜ 'ਚ ਕਿਤੇ ਖੜ੍ਹੇ ਹੋਣ, ਜਦੋਂ ਦਸਤਾਰ ਦੇਖ ਲੈਂਦੇ ਅਤੇ ਉਹ ਗੂਗਲ 'ਚ ਜ਼ਰੂਰ ਉਹਨੂੰ ਸਰਚ ਕਰਦੇ ਵੀ ਇਹ ਕੌਣ ਆ, ਅਤੇ ਉਹਦੇ ਨਾਲ ਸਾਡਾ ਜਿਹੜਾ ਇੱਥੇ ਆਈਡੈਂਟੀ ਆ, ਸਾਡੀ ਸ਼ਨਾਖਤ ਆ ਸਿੱਖ ਕੌਮ ਦੀ ਖਾਸ ਕਰਕੇ, ਉਹ ਬਣਦੀ ਆ। ਸਾਡੇ ਅਗਲੇ ਸਨਮਾਨਿਤ ਸ਼ਖਸੀਅਤ ਹੈ ਜੀ ਸਰਦਾਰ ਵਰਿੰਦਰ ਸਿੰਘ ਜੀ ਸਿੱਖੋਂ, ਭੈਣ ਜੀ ਮਨਜੀਤ ਸਿੱਖੋਂ, ਤੁਸੀਂ ਆ ਜਾਓ। ਅੱਜ ਮੈਨੂੰ ਪਤਾ ਵੀ ਇੰਡੀਆ ਗਏ ਆ, ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਰੱਖਿਆ। ਭੈਣ ਜੀ ਮਨਜੀਤ ਕੌਰ ਸਿੱਖੋਂ, ਇਹ ਡਾਇਰੈਕਟਰ ਵੀ ਸਾਡੇ, ਪਰ ਇਹਨਾਂ ਨੂੰ ਅਸੀਂ ਦੱਸਿਆ ਨਹੀਂ ਸੀਗਾ ਵੀ ਉਹਨਾਂ ਦਾ ਵੀ ਅੱਜ ਸਨਮਾਨ ਹੋ ਰਿਹਾ, ਅਤੇ ਉਹ ਜਿਹੜਾ ਸਨਮਾਨ ਆ ਉਹਨਾਂ ਦੇ ਧਰਮ ਪਤਨੀ ਮਨਜੀਤ ਕੌਰ ਸਿੱਖੋਂ। ਥੈਂਕ ਯੂ ਭੈਣ ਜੀ। ਹੁਣ ਅਗਲਾ ਜਿਹੜਾ ਸਾਡਾ ਇੱਕ ਛੋਟਾ ਜਿਹਾ ਸਮਾਗਮ, ਮੈਂ ਪਹਿਲਾਂ ਜਿਹੜਾ ਸਾਡੇ ਪ੍ਰਧਾਨਗੀ ਮੰਡਲ 'ਚ ਪਹਿਲਾਂ ਹੀ ਉੱਠ ਕੇ ਚਲੇ ਗਏ ਆ, ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਹੜਾ ਮਤਲਬ ਇੱਕ ਬਣਦਾ ਸੀਗਾ,
ਅਤੇ ਉਹ ਮੈਨੂੰ ਪਤਾ ਵੀ ਨਹੀਂ ਲੱਗਿਆ ਵੀ ਕਦੋਂ ਉੱਠ ਕੇ ਚਲੇ ਗਏ ਅਤੇ ਸੈਸ਼ਨ ਉਹ ਖਤਮ ਆ। ਤੁਸੀਂ ਤਾਂ ਪ੍ਰਧਾਨ ਵੀ ਹੋ ਅਤੇ ਪ੍ਰਧਾਨਗੀ 'ਚ ਵੀ ਹੋ ਅਤੇ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਪ੍ਰਧਾਨਗੀ ਮੰਡਲ 'ਚ ਬੈਠੇ ਸੀ। ਇਸ ਤੋਂ ਪਹਿਲਾਂ ਕਿ ਅਗਲਾ ਸੈਸ਼ਨ ਸ਼ੁਰੂ ਹੋਵੇ ਮੈਂ ਚਾਹਾਂਗਾ ਕਿ ਜੀਵਨ ਰੱਤੂ ਉਹ ਸਟੇਜ 'ਤੇ ਆ ਜਾਣ, ਕਿਉਂਕਿ ਅੱਜ ਕਿਤਾਬ ਇੱਕ ਰਿਲੀਜ਼ ਕਰਨ ਜਾ ਰਹੇ ਹਾਂ ਦਿਲ ਨਿੱਜਰ ਹੋਰਾਂ ਦੀ, ਅਤੇ ਉਹਦੇ ਬਾਰੇ ਜਿਹੜੀ ਅਗਲੀ ਜਾਣਕਾਰੀ ਆ ਉਹ ਜੀਵਨ ਰੱਤੂ ਹਰੀ ਦੱਸਣਗੇ। ਧੰਨਵਾਦ ਭਾਅ ਜੀ, ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ। ਅਕੇਵਾਂ ਜਿਹਾ ਤੁਹਾਡੇ ਚਿਹਰਿਆਂ ਤੋਂ ਝਲਕ ਰਿਹਾ ਬਹੁਤ, ਅਤੇ ਇੱਦਾਂ ਹੋ ਵੀ ਜਾਂਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ, ਉਹਦੇ ਲਈ ਗੁਸਤਾਖੀ ਦੀ ਮਾਫੀ ਚਾਹੁੰਦੇ ਹਾਂ। ਧੰਨਵਾਦ ਜੀ। ਜੀ ਜੀ ਜ਼ਰੂਰ, ਕੁਛ ਨਾ ਕੁਛ ਇੱਦਾਂ ਦਾ ਪ੍ਰੋਗਰਾਮ ਹੋਰ ਵੀ ਬਦਲਾਅ ਹੋਣਾ ਚਾਹੀਦਾ, ਸੋ ਆਪਾਂ ਉਹ ਵੀ ਕਰਾਂਗੇ ਜ਼ਰੂਰ। ਪਾਤਰ ਸਾਹਿਬ ਨੂੰ ਸਮਰਪਿਤ ਅੱਜ ਦੀ ਜੋ ਕਾਨਫਰੰਸ ਹੈ ਉਹਦੇ ਨਾਲ ਨਾਲ ਇਹ ਵੀ ਹੈ ਕਿ ਸਾਡੀ ਸਭਾ ਦੇ ਪ੍ਰਧਾਨ ਭਾਅ ਜੀ ਦਲਵੀਰ ਨਿੱਜਰ, ਮੈਂ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਆਪ ਪੜ੍ਹੀਆਂ ਨੇ, ਅੱਖਰ ਟੂ ਅੱਖਰ, ਲਾਈਨ ਟੂ ਲਾਈਨ ਮੈਂ ਕਿਤਾਬਾਂ ਉਹਨਾਂ ਦੀਆਂ ਪੜ੍ਹੀਆਂ ਨੇ। ਇਸ ਕਰਕੇ ਅੱਜ ਜੋ ਉਹਨਾਂ ਦੀ ਕਿਤਾਬ ਜੋ ਆਪਾਂ ਰਿਲੀਜ਼ ਕਰਨ ਜਾ ਰਹੇ ਹਾਂ, ਤੁਹਾਡੀ ਚੁੱਪ ਚਾਹਵਾਂਗਾ ਦੋ ਚਾਰ ਮਿੰਟ ਲਈ ਜੇ ਤੁਸੀਂ ਪਲੀਜ਼ ਬਖਸ਼ ਸਕਦੇ ਹੋ। ਉਹਨਾਂ ਦੀ ਕਿਤਾਬ ਰੂਹਾਂ ਦਾ ਸੰਗਰਾਮ ਜੋ ਆਪਾਂ ਰਿਲੀਜ਼ ਕਰਨ ਜਾ ਰਹੇ ਹਾਂ, ਅਤੇ ਆਪਣੀ ਇੱਕ ਹੋਰ ਆਉਣ ਵਾਲੀ ਨਵੀਂ ਕਿਤਾਬ ਵੀ ਉਹ ਤਿਆਰੀ ਚੱਲ ਰਹੀ ਉਹਨਾਂ ਦੀ, ਅਤੇ ਉਹਨਾਂ ਦੀ ਕਿਤਾਬ ਦੇ ਵਿੱਚੋਂ ਦੋ ਤਿੰਨ ਸ਼ੇਰ ਅਤੇ ਪਾਤਰ ਸਾਹਿਬ ਦੀ ਇੱਕ ਕਵਿਤਾ ਦੇ ਵਿੱਚੋਂ ਦੋ ਤਿੰਨ ਸ਼ੇਰ ਤੁਹਾਡੇ ਨਾਲ ਸਾਂਝੇ ਕਰਾਂਗਾ। 5 ਮਿੰਟ ਤੋਂ ਵੀ ਮੈਂ ਸ਼ਾਇਦ ਬੇਲੀ ਘੱਟ ਸਮਾਂ ਲਵਾਂਗਾ, ਅਤੇ ਇੰਨੇ ਕੁ ਲੋੜੀਂਦੇ ਵੀ ਨੇ ਮੈਨੂੰ ਤਾਂ ਲਾਜ਼ਮ ਵੀ ਨੇ। ਦਿਲ ਭਾਅ ਜੀ ਦੀ ਕਿਤਾਬ ਰੂਹਾਂ ਦਾ ਸੰਗਰਾਮ ਵਿੱਚੋਂ ਉਹਨਾਂ ਦੀ ਇੱਕ ਗਜ਼ਲ ਦੇ ਕੁਛ ਦੋ ਚਾਰ ਸ਼ੇਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ। ਇੱਕ ਵਾਰੀ ਨਹੀਂ ਕਈ ਵਾਰੀ ਏ, ਨਾਲ ਮੇਰੇ ਇੰਜ ਹੋਇਆ ਹੈ। ਇੱਕ ਵਾਰੀ ਨਹੀਂ ਕਈ ਵਾਰੀ ਹੀ, ਨਾਲ ਮੇਰੇ ਇੰਜ ਹੋਇਆ ਏ। ਹੰਝੂ ਡਿੱਗਦਾ ਦਿਸਿਆ ਨਹੀਂ ਪਰ, ਅੱਖੀਆਂ ਵਿੱਚੋਂ ਚੋਇਆ ਏ। ਦਿਲ ਦੇ ਜਾਨੀ ਤੇਰਾ ਛੱਡ ਕੇ, ਜਾਣਾ ਵੀ ਸਰ ਮਾਇਆ ਲੱਗੇ। ਦਿਲ ਦੇ ਜਾਨੀ ਤੇਰਾ ਛੱਡ ਕੇ, ਜਾਣਾ ਵੀ ਸਰ ਮਾਇਆ ਲੱਗੇ। ਭਾਵੇਂ ਤੇਰੇ ਹਿਜਰ ਦੇ ਅੰਦਰ ਹਰ ਪਲ ਇਹ ਮਨ ਰੋਇਆ ਹੈ। ਹੰਝੂ ਡਿੱਗਦਾ ਦਿਸਿਆ ਨਹੀਂ ਪਰ, ਅੱਖੀਆਂ ਵਿੱਚੋਂ ਚੋਇਆ ਏ। ਜੀਵਨ ਦੇ ਵਿੱਚ ਸਭ ਕੁਝ ਪਾਇਆ, ਮੇਰੇ ਉਹਦੀ ਦਾ ਸਦਕਾ। ਜੀਵਨ ਦੇ ਵਿੱਚ ਸਭ ਕੁਝ ਪਾਇਆ, ਮੇਰੇ ਉਹਦੀ ਦਾ ਸਦਕਾ। ਮਿਲਿਆ ਜੋ ਯਾਦ ਨਹੀਂ ਪਰ, ਭੁੱਲਦਾ ਨਹੀਂ ਜੋ ਖੋਇਆ ਹੈ। ਹੰਝੂ ਡਿੱਗਦਾ ਦਿਸਿਆ ਨਹੀਂ ਪਰ,
ਅੱਖੀਆਂ ਵਿੱਚੋਂ ਚੋਇਆ ਏ ਖੁਸ਼ੀਆਂ ਲੱਭਣੇ ਖਾਤਰ ਤੁਰਿਆ ਦਰਸੀ ਕਈ ਅਜ਼ਮਾਏ ਮੈਂ ਸ਼ੇਰ ਧਿਆਨ ਦੇਣਾ ਕਿ ਖੁਸ਼ੀਆਂ ਲੱਭਣ ਖਾਤਰ ਤੁਰਿਆ ਦਰਸੀ ਕਈ ਅਜ਼ਮਾਏ ਮੈਂ ਕਿਸ ਦਰ ਖੋਲੇ ਯਾਦ ਨਹੀਂ ਪਰ ਭੁੱਲਦਾ ਨਹੀਂ ਜਿਸ ਟੋਇਆ ਹੈ ਹੰਝੂ ਡਿੱਗਦਾ ਦਿਸਿਆ ਨਹੀਂ ਪਰ ਅੱਖੀਆਂ ਵਿੱਚੋਂ ਚੋਇਆ ਏ ਆਪਣੇ ਹੀ ਚਿਹਰੇ ਨੂੰ ਦਿਲ ਨੇ ਹੰਝੂਆਂ ਦੇ ਨਾਲ ਧੋਇਆ ਏ ਮਾਫ ਕਰਨਾ ਜ਼ਰਾ ਇੱਕ ਵਾਰੀ ਆ ਕੇ ਵੇਖ ਲਈ ਕਿਤੇ ਕਿੰਜ ਮੈਂ ਜਿਉਂਦਾ ਹਾਂ ਆਪਣੇ ਹੀ ਚਿਹਰੇ ਨੂੰ ਦਿਲ ਨੇ ਹੰਝੂਆਂ ਦੇ ਨਾਲ ਧੋਇਆ ਹੈ ਹੰਝੂ ਡਿੱਗਦਾ ਦਿਸਿਆ ਨਹੀਂ ਪਰ ਅੱਖੀਆਂ ਵਿੱਚੋਂ ਚੋਇਆ ਹੈ ਇੱਕ ਵਾਰੀ ਨਹੀਂ ਕਈ ਵਾਰੀ ਹੀ ਨਾਲ ਮੇਰੇ ਇੰਜ ਹੋਇਆ ਹੈ ਬਹੁਤ ਧੰਨਵਾਦ ਪਾਤਰ ਸਾਹਿਬ ਦੇ ਦੁੱਖ ਸ਼ੇਰ ਮੈਂ ਦਿਲ ਨਜ਼ਰ ਤੋਂ ਇਲਾਵਾ ਹੋਰ ਜੇ ਕਿਸੇ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਤਾਂ ਉਹਨੇ ਪਾਤਰ ਸਾਹਿਬ ਅਤੇ ਮੈਨੂੰ ਬਹੁਤ ਸਾਰੀਆਂ ਉਹਨਾਂ ਦੀਆਂ ਕਵਿਤਾਵਾਂ ਕੰਠ ਨੇ ਪਰ ਜੋ ਮੈਂ ਗਾਉਣ ਜਾ ਰਿਹਾ ਇਹ ਮੈਂ ਨਵੀਂ ਲੱਭੀ ਆ ਮਤਲਬ ਮੈਂ ਇਹ ਨਹੀਂ ਯਾਦ ਕੀਤੀ ਪਰ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਉਹਨਾਂ ਦੇ ਗੁਜ਼ਰ ਜਾਣ ਤੋਂ ਬਾਅਦ ਇਹ ਬੜੀ ਢੁੱਕਵੀਂ ਕਵਿਤਾ ਜੋ ਉਹਨਾਂ ਦੇ ਲਈ ਅਸਾਂ ਵੀ ਅੰਤ ਕਿਰਕੇ ਖਾਦ ਹੋਣਾ ਖਾਦ ਹਾਂਜੀ ਅਸਾਂ ਵੀ ਅੰਤ ਕਿਰਕੇ ਖਾਦ ਹੋਣਾ ਕਦੀ ਸਾਂ ਫੁੱਲ ਕਿਸ ਨੂੰ ਯਾਦ ਹੋਣਾ ਖਾਦ ਜਿਹੜੀ ਫੁੱਲਾਂ ਨੂੰ ਪਾਉਂਦੇ ਆਪਾਂ ਅਸਾਂ ਵੀ ਅੰਤ ਕਿਰਕੇ ਖਾਦ ਹੋਣਾ ਕਦੀ ਸਾਂ ਫੁੱਲ ਕਿਸ ਨੂੰ ਯਾਦ ਹੋਣਾ ਕਿਸੇ ਦਿਸਣਾ ਕਿਸੇ ਨੇ ਗੁੰਮ ਹੋਣਾ ਕਿਸੇ ਦਿਸਣਾ ਕਿਸੇ ਨੇ ਗੁੰਮ ਹੋਣਾ ਕਿਸੇ ਗੁੰਬਦ ਕਿਸੇ ਬੁਨਿਆਦ ਹੋਣਾ ਕਦੀ ਸਾਂ ਫੁੱਲ ਕਿਸ ਨੂੰ ਯਾਦ ਹੋਣਾ ਸੁਲਗਦੇ ਲਫ਼ਜ਼ ਨੇ ਸੜ ਜਾਣਗੇ ਸੁਲਗਦੇ ਲਫ਼ਜ਼ ਨੇ ਸੜ ਜਾਣਗੇ ਨਹੀਂ ਇਹ ਨਾ ਕਦੇ ਫਰਿਆਦ ਹੋਣਾ ਕਦੇ ਸਾਂ ਫੁੱਲ ਕਿਸ ਨੂੰ ਯਾਦ ਹੋਣਾ ਉਦੋਂ ਸਮਝਣਗੇ
ਲੋਕੀ ਦਿਲ ਦੀ ਅੱਗ ਨੂੰ ਉਦੋਂ ਸਮਝਣਗੇ ਲੋਕੀ ਦਿਲ ਦੀ ਅੱਗ ਨੂੰ ਸਿਵੇ ਵਿੱਚ ਜਦ ਇਹਦਾ ਅਨੁਵਾਦ ਹੋਣਾ ਕਦੀ ਸਾਂ ਫੁੱਲ ਕਿਸ ਨੂੰ ਯਾਦ ਹੋਣਾ ਅਸਾਂ ਵੀ ਅੰਤ ਕਿਰਕੇ ਖਾਦ ਹੋਣਾ ਕਦੀ ਸਾਂ ਫੁੱਲ ਕਿਸ ਨੂੰ ਯਾਦ ਹੋਣਾ ਬਹੁਤ ਧੰਨਵਾਦ ਜੀ ਥੈਂਕ ਯੂ ਅਤੇ ਕਿਤਾਬ ਭਾਅ ਜੀ ਦੀ ਰਿਲੀਜ਼ ਕਰੀਏ ਮੈਂ ਮਾਂ ਹੁਣਾਂ ਨੂੰ ਬੇਨਤੀ ਕਰਾਂ ਸੋ ਮੈਂ ਮਾਂ ਹੁਣਾਂ ਨੂੰ ਬੇਨਤੀ ਕਰਾਂ ਕਿ ਉਹ ਸਟੇਜ 'ਤੇ ਆ ਜਾਣ ਅਤੇ ਭਾਅ ਜੀ ਦੀ ਕਿਤਾਬ ਰਿਲੀਜ਼ ਕਰ ਸਕੀਏ ਆਪਾਂ ਆਓ ਜੀ ਮਾਂ ਜੀ ਮੈਨੂੰ ਪਤਾ ਬਈ ਸਾਰੇ ਬਹੁਤ ਵਿਦਵਾਨ ਸਕਾਲਰ ਡਾਕਟਰ ਬੈਠੇ ਆ ਪਰ ਮੈਨੂੰ ਲੱਗਦਾ ਵੀ ਮਾਂ ਤੋਂ ਵੱਡਾ ਕੋਈ ਵਿਦਵਾਨ ਨਹੀਂ ਹੁੰਦਾ ਇਸ ਕਰਕੇ ਅੱਜ ਮੈਂ ਚਾਹੁੰਦਾ ਵੀ ਮੇਰੀ ਕਿਤਾਬ ਮੇਰੀ ਮਾਂ ਰਿਲੀਜ਼ ਕਰ ਦੇ ਲਿੱਜਰ ਜੀ ਉਹ ਇਹ ਉਸ ਮਾਂ ਦੀ ਬਦੌਲਤ ਹੀ ਹੈ ਜੇ ਅੱਜ ਸਿਹਤ ਖੇਤਰ ਦੇ ਵਿੱਚ ਪੁੱਜੇ ਨੇ ਤਾਂ ਉਹ ਇੱਕ ਮਾਂ ਦੀ ਖਾਤਰ ਹੈ ਜੇ ਅੱਜ ਉਹ ਕੱਦ ਦੇ ਫਿਜ਼ੀਕਲੀ ਕੱਦ ਦੇ ਮੁਤਾਬਕ ਪਹੁੰਚੇ ਨੇ ਤਾਂ ਉਹ ਇੱਕ ਮਾਂ ਦੀ ਖਾਤਰ ਹੀ ਹੈ ਇੱਕ ਮਾਂ ਦੇ ਕਰਕੇ ਤਾੜੀਆਂ ਮਾਰ ਦਿਉ ਇੱਕ ਮਹਾਨ ਮਾਂ ਜਿਹਦੇ ਇਹੋ ਜਿਹਾ ਦਿਲ ਸਰਵ ਵਿਆਪੀ ਅਤੇ ਸਰਵ ਸਾਂਝਾ ਹੋ ਗਿਆ ਉਸ ਦਿਲ ਨੂੰ ਜਨਮ ਦਿੱਤਾ ਅਤੇ ਅੱਜ ਦਿਲ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਨਾਲ ਸਾਰੇ ਸੂਰਜਵੰਤ ਇਹੋ ਜਿਹੇ ਪਹੁੰਚੇ ਹੋਏ ਲੋਕਾਂ ਨੂੰ ਇੱਥੇ ਆਪਣੇ ਸੱਦਿਆ ਦਿੱਤਾ ਤਾਂ ਅੱਜ ਉਹਨਾਂ ਵਾਸਤੇ ਫੁੱਲ ਪਛਾਏ ਨੇ ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਵਧਾਈਆਂ ਨਿੱਜਰ ਸਾਹਿਬ ਕਿਤਾਬ ਤਾਂ ਮੈਂ ਵੀ ਰਿਲੀਜ਼ ਕਰਨੀ ਸੀ ਘਰੇ ਰਹਿ ਗਈ ਅਗਲੀ ਵਾਰੀ ਸਹੀ ਮੇਜਰ ਸਾਹਿਬ ਮੇਜਰ ਭੁਪਿੰਦਰ ਦਲੇਰ ਪਲੀਜ਼ ਸਟੇਜ 'ਤੇ ਆ ਜਾਓ ਕਹਿੰਦੇ ਵੀ ਪਿਕਚਰ ਕਰਨੀ ਹੈ ਇਸ ਦੇ ਨਾਲ ਹੀ ਆਪਾਂ ਇਸ ਤੋਂ ਬਾਅਦ ਕਥੂਰੀਆ ਸਾਹਿਬ ਦੀ ਵੀ ਇੱਕ ਕਿਤਾਬ ਆ ਉਹ ਵੀ ਰਿਲੀਜ਼ ਕਰਾਂਗੇ ਧੰਨਵਾਦ ਜੀ ਆ ਜਾਓ ਇੱਕ ਕਿਤਾਬ ਹੁਣ ਕਥੂਰੀਆ ਸਾਹਿਬ ਦੀ ਵੀ ਲੱਗੇ ਜੀ ਆਪਾਂ ਕਥੂਰੀਆ ਸਾਹਿਬ ਤੁਹਾਡੀ ਵੀ ਕਿਤਾਬ ਰਿਲੀਜ਼ ਹੋ ਗਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਬਹੁਤ ਵਧੀਆ ਤੁਸੀਂ ਲਿਖਦੇ ਹੋ ਹੁਣ ਅਸੀਂ ਇੱਕ ਸਾਡੇ ਸਨਮਾਨਿਤ ਸ਼ਖਸੀਅਤ ਰਹਿੰਦੇ ਆ ਜੀ ਰਘਬੀਰ ਸਿੰਘ ਭਰੋਵਾਲ ਜੀ ਪਲੀਜ਼ ਆ ਜਾਓ ਮੈਂ ਚਾਹਾਂਗਾ ਕਿ ਪ੍ਰੀਤਮ ਸਿੰਘ ਭਰੋਵਾਲ ਹੁਣੇ ਵੀ ਨਾਲ ਹੀ ਆ ਜਾਣ ਅਤੇ ਹੀਰਾ ਸਿੰਘ ਵੀ ਹੀਰਾ ਸਿੰਘ ਆ ਜਾਓ ਇੱਕ ਫੋਟੋ ਕਰਾ ਲਓ